ਅੱਛਾ ਮੇਰੇ ਕੋਲੇ ਆ ਗਏ ਹਾਂ ਮੈਨੂੰ ਹੀ ਮਾਰਨਾ ਹੈ ਮੈਨੂੰ ਹੀ ਆ ਕੇ ਕਹਿੰਦੇ ਵੀ ਅਸੀਂ ਆ ਲੈ ਲਿਆ ਮੈਨੂੰ ਕਹਿੰਦੇ ਆ ਆਏ ਮੈਂ ਕਿਹਾ ਵੀ ਅੱਛਾ ਹੈ ਰਵਾਲਵਰ ਅੱਛਾ ਤੇ ਬਸ ਕਾਰਤੂਸ ਨਹੀਂ ਮਿਲਦੇ ਉਹ ਪ੍ਰਬੰਧ ਤੁਸੀਂ ਕਰਕੇ ਦਿਓ ਮੈਂ ਕਿਹਾ ਤੈਨੂੰ ਪਤਾ ਨਹੀਂ ਮੇਰੇ ਬਾਰੇ ਕੀ ਮੈਂ ਬਹੁਤ ਵੱਡਾ ਪਾਗਲ ਹੈ ਮੈਂ ਬਹੁਤ ਕੁਝ ਛੱਡਿਆ ਮੈਂ ਇਹਨਾਂ ਚੋਂ ਲੜਨ ਵਾਲਾ ਸਿੱਧਾ ਕੋਈ ਵੀ ਨਹੀਂ ਵੀ ਅੱਖ ਚੱਖ ਪਾ ਕੇ ਕੋਈ ਵੀ ਲੜ ਲਵੇ ਇੱਕ ਵੀ ਹੈ ਨਹੀਂ ਸਪਾਰੀ ਦੇ ਸਕਦੇ ਸੁਪਾਰੀ ਦਿੰਦੇ ਨੇ ਇੱਕ ਫਿਰ ਉੱਥੇ ਬੈਕ ਜਾ ਕਿ ਜਿਹੜਾ ਸਵਾਲ ਛੱਡ ਗਿਆ ਸੀ ਸਭ ਤੋਂ ਔਖਾ ਕਵਜਾ ਤੇ ਮੈਂ ਕਤਲ ਵੇਖੇ ਵੀ ਬੜੇ ਨੇ ਹੋ ਸਕਦਾ ਉਹ ਕੀਤੇ ਹੂੰ ਤੇ ਮੈਂ ਮੈਨੂੰ ਪਤਾ ਵੀ ਤੁਸੀਂ ਉਹਨੂੰ ਨਹੀਂ ਛੱਡਣਾ ਹਾਂ ਮਾਰਨਾ ਅਸੀਂ ਪਰੇ ਹੋ ਜਾਂਦੇ ਹਾਂ ਤੁਸੀਂ ਮਾਰ ਲਓ ਪਰ ਮੇਰੀ ਇੱਕ ਗੱਲ ਹੈ ਇੱਕ ਟੈਨਸ਼ਨ ਇੱਕ ਡਿਪਰੈਸ਼ਨ ਨਾ ਮੇਰੀ ਸਾ ਆਪਦੇ ਮੇਰੇ ਸ਼ਬਦ ਨੇ ਨਾ ਜ਼ਿੰਦਗੀ ਚਾਏ ਨਾ ਮੇਰੇ ਸਹਿ ਮੈਂ ਕਹਿੰਦਾ ਫੀਮ ਵਾਲੀ ਗੱਲ ਪੂਰੀ ਕਰ ਲਈਏ ਹਾਂ ਕਰੋ 5 ਕਿਲੋ ਫੀਮ ਉਹ ਸੀਆਰਪੀ ਦਾ ਜਵਾਨ ਲਿਆਉਂਦਾ ਸੀ ਉਹ ਘਰੇ ਉਹਨਾਂ ਦੇ ਖੇਤ ਖੂਤ ਸੀਗੇ ਉਹਨਾਂ ਦੀ ਆਪਦੀ ਹੁੰਦੀ ਬਹੁਤ ਵਧੀਆ ਇਸ ਤਰ੍ਹਾਂ ਦੀ ਐਵੇਂ ਨਹੀਂ ਖਾਦੀ ਮਤਲਬ ਘੋਰੀਆਂ ਵਾਲੇ ਅਮਲੀਆਂ ਵਾਲਾ ਕੰਮ ਨਹੀਂ ਕੀਤਾ ਨਾ ਕਦੇ ਅਮਲੀ ਬਣੇ ਇਹ ਤਾਂ ਆਮal ਹੈ ਵੀ ਨਹੀਂ ਨਾ ਹੰ ਹੈ ਅਫੀਮ ਇਹਨਾਂ ਕਈ ਗੱਲਾਂ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਸ਼ਾਂਤ ਰੱਖਦੀ ਹੈ ਤੁਹਾਨੂੰ ਗੁੱਸੇ 'ਚ ਨਹੀਂ ਆਉਣ ਦਿੰਦੀ ਤੇ ਕਬਜ਼ੇ ਦਾ ਜਿਹੜਾ ਤੁਹਾਨੂੰ ਪਤਾ ਹੈ ਇਹਦੇ 'ਚ ਵੀ ਮੈਂ ਲਿਖਿਆ ਇੱਕੋ ਹੀ ਉਸੂਲ ਹੈ ਬੰਦਾ ਨਹੀਂ ਮਰਨਾ ਚਾਹੀਦਾ ਗਾਲਾਂ ਕੱਢੀ ਜਾਓ ਗੋਲੀਆਂ ਚਲਾਈ ਜਾਓ ਕੁਛ ਬੰਦਾ ਨਾ ਮਰੇ ਬੰਦਾ ਮਰ ਗਿਆ ਤਾਂ ਕਬਜ਼ਾ ਕਿੱਡਾ ਵੀ ਤੁਸੀਂ ਤੱਕੜਿਓ ਕੁਛ ਉੱਥੇ ਹੀ ਰਹਿ ਜਾਊਗਾ ਮਾਲੂ ਕੇਸੇ ਕਲੇ ਆਸਲਾ ਹਾਂ ਚੈੱਕ ਕਿਵੇਂ ਕਰਦੇ ਸੀ ਉਹ ਬੱਲੇ ਬੱਲੇ ਉਹ ਕੁਲਦੀਪ ਕਿੱਥੇ ਤੂੰ ਇੰਨਾ ਚਰ ਉਹਨੂੰ ਜੱਫੀ ਪਾ ਲੈਣੀ ਘੁੱਟ ਕੇ ਸਾਰਾ ਉਹਨੂੰ ਟੋ ਲੈਣਾ ਵੀ ਇਹਦੇ ਕੋਲੇ ਹੈ ਤਾਂ ਨਹੀਂ ਕੁਛ ਹੂੰ ਉਹਨੇ ਫਿਰ ਦੱਸਣਾ ਵੀ ਨਹੀਂ ਭਾਜੀ ਮੈਂ ਕੁਲਦੀਪ ਨਹੀਂ ਮੈਂ ਤੇ ਨਿਸ਼ਾਨਸ ਬਿਲਕੁਲ ਯਾਰ ਉਹਦੇ ਵਾਂਗੂ ਹੀ ਲੱਗਦਾ ਤੂੰ ਕੁਲਦੀਪ ਵਾਂਗੂ ਹੀ ਉਹੀ ਕੱਦ ਉਹੀ ਕੱਦ ਉਹੀ ਚਾਹ ਵੇਖੋ ਭਾਜੀ ਇਦਾਂ ਸਾਰਾ ਇਹੋ ਜਿਹੇ ਤਰੀਕੇ ਜਿਹੜੇ ਸੀ ਨਾ ਉਹਨੂੰ ਮਹਿਸੂਸ ਹੋਵੇ ਵੀ ਭਾਈ ਸਾਡੀ ਤਲਾਸ਼ੀ ਲਈ ਹੈ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਚਟਾਕੜਤਾ ਪਜਾਮਾ ਸ੍ਰੀ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਆਜ ਇੱਕ ਬਹੁਤ ਹੀ ਖਾਸ ਬੰਦੇ ਦੇ ਨਾਲ ਗੱਲਬਾਤ ਕਰਾਂਗੇ ਮੈਂ ਤਾਂ ਬਹੁਤ ਟਾਈਮ ਹੋ ਗਿਆ ਸੀ ਬਾਈ ਤੋਂ ਟਾਈਮ ਮੰਗਦੇ ਨੂੰ ਵੀ ਬਾਈ ਗੱਲ ਕਰਕੇ ਗੱਲ ਪਰ ਬਾਈ ਤੋਂ ਟਾਈਮ ਕਢਾਉਣਾ ਉਹ ਡਾਉਣ ਵਾਲੀ ਡਾਉਣ ਵਾਲਾ ਡਲ ਗਿਆ ਜਿਆਦਾ ਗਿਆ ਮੈਨੂੰ ਬਾਈ ਉਹ ਕਹਿੰਦੇ ਉਹ ਡਾਉਣ ਕੋ ਪਕੜਨਾ ਹਾਂ ਮੁਸ਼ਕਿਲ ਹੀ ਨਹੀਂ ਨਾਮੁਨ ਕਰਨ ਹੈ ਬਾਈ ਸੁਖਜੀਤ ਤੋਂ ਟਾਈਮ ਕਢਾਉਣਾ ਇੱਕ ਤਾਂ ਮੈਂ ਲੈ ਆ ਬਾਈ ਨਾਲ ਕਈ ਵਰੀ ਆਪਾਂ ਹੁੰਦਾ ਨਾ ਵੀ ਇੰਟਰਵਿਊ ਚ ਰਾਈਟਰ ਲੈ ਕੇ ਆਉਂਦਾ ਪਰ ਕਿਉਂਕਿ ਅਸੀਂ ਪੜਦੇ ਆ ਬੈਠੋ ਜੀ ਆਜੋ ਗੱਲਾਂ ਕਰਦੇ ਆ ਬਾਈ ਨਾਲ ਤੇ ਬਾਈ ਦੀ ਕਿਤਾਬ ਕਮਾਲ ਦੀ ਕਿਤਾਬ ਆ ਮੈਂ ਇਹਨੂੰ ਵਿੱਚੋਂ ਵੀ ਕਈ ਪੇਜ ਇਹਦੇ ਆ ਮੋੜ ਮੋੜ ਕੇ ਰੱਖੇ ਹੋਏ ਆ ਹੂੰ ਵੀ ਕੋ ਗੱਲ ਰਹਿਣ ਆ ਜਾਵੇ ਜੀ ਤੁਸੀਂ ਬਹੁਤ ਕਿਤਾਬਾਂ ਲਿਖੀਆਂ ਬਾਈ ਪਰ ਮੇਰੀ ਨਜ਼ਰ 'ਚ ਜੋ ਹੁੰਦਾ ਨਾ ਮਤਲਬ ਲੇਖਕ ਨੂੰ ਤਾਂ ਹੋ ਸਕਦਾ ਹਰ ਚੀਜ਼ ਹੀ ਵਧੀਆ ਲੱਗੇ ਪਰ ਬਾਰੀ ਤਾਕਤ ਨਾ ਇੱਥੇ ਪੜਨ ਵਾਲੇ ਦੇ ਹੱਥ 'ਚ ਆ ਵੀ ਉਹ ਫਿਰ ਕਿਹੜੀ ਚੀਜ਼ ਕਨੈਕਟ ਕਰਦਾ ਬਾਈ ਇਸਦਾ ਇਹਦੇ ਨਾਲ ਕਨੈਕਟ ਬਹੁਤ ਹੁੰਨੇ ਆ ਕਮਾਲ ਹੈ ਨਹੀਂ ਮੈਂ ਮੈਂ ਉਹ ਜਿਹਾ ਲੇਖਕ ਵੀ ਨਹੀਂ ਹੈਗਾ ਜਿਹੜਾ ਕਹਾਂਗੇ ਮੇਰਾ ਸਾਰਾ ਕੁਝ ਹੀ ਲਿਖਿਆ ਜਿਹੜਾ ਵੀ ਉਹ ਮੈਨੂੰ ਚੰਗਾ ਲੱਗਦਾ ਹਾਂ ਹਾਂ ਮੈਨੂੰ ਵੀ ਪਤਾ ਹੈ ਕਿ ਕਿਹੜੀਆਂ ਕਹਾਣੀਆਂ ਮੇਰੇ ਦਿਲ ਦੇ ਨੇੜੇ ਨੇ ਹਾਂ ਤੇ ਇਹ ਕਿਤਾਬ ਤਾਂ ਜਿਹੜੀ ਹੈਗੀ ਇਹ ਇਹ ਜਿੱਥੋਂ ਜਿੱਥੋਂ ਤੁਸੀਂ ਵਰਕੇ ਮੋੜੇ ਨੇ ਨਾ ਸਮਝੋ ਮੇਰੀ ਜ਼ਿੰਦਗੀ ਦੇ ਉੱਥੋਂ ਉੱਥੋਂ ਵਰਕੇ ਮੁੜੇ ਹੋਏ ਨੇ ਐਵੇਂ ਨਹੀਂ ਵਰਕਾ ਮੁੜਦਾ ਜੇ ਲੇਖਕ ਦੀ ਜ਼ਿੰਦਗੀ 'ਚ ਕੋਈ ਵਰਕਾ ਮੁੜਦਾ ਨਾ ਹਾਂਜੀ ਤੇ ਉਹ ਤਾਂ ਹੀ ਉਹਦੀ ਕਿਤਾਬ ਦਾ ਵਰਕਾ ਮੁੜਦਾ ਹੈ ਬੇਸ਼ੱਕ ਹਾਂ ਪਰ ਮੈਨੂੰ ਤਾਂ ਇਹਦਾ ਕਮਾਲ ਇਹ ਲੱਗਿਆ ਵੀ ਇੰਨਾ ਸੱਚ ਲਿਖਣ ਤੋਂ ਲੋਕ ਡਰ ਜਾਂਦੇ ਹੁੰਦੇ ਆ ਲੋਕਾਂ ਨੂੰ ਆਏ ਹੁੰਦਾ ਯਾਰ ਵੀ ਜਿਹੜੇ ਨਾਲ ਲੋਕ ਜੁੜਿਆ ਇਹਨਾਂ ਨੂੰ ਕੋਈ ਦਿੱਕਤ ਨਾ ਆ ਜੇ ਬੰਦਾ ਆਪਣੇ ਤੇ ਸਹਿ ਲੈਂਦਾ ਬੰਦੇ ਨੂੰ ਨਾਲ ਜੁੜੇ ਹੋਏ ਲੋਕਾਂ ਦਾ ਫਿਕਰ ਹੁੰਦਾ ਤੇ ਇਹ ਵੀ ਫਿਕਰ ਹੁੰਦਾ ਵੀ ਯਾਰ ਜਿੰਨਾਂ ਅੱਜ ਐਨੀ ਵਧੀਆ ਹੂੰ ਕਿਉਂ ਖਰਾਬ ਕਰਨੀ ਬਾਈ ਤੇ ਪਰ ਮੈਨੂੰ ਤੁਹਾਡੀ ਕਿਤਾਬ ਦੇਖ ਕੇ ਤਾਂ ਇਹ ਲੱਗਿਆ ਵੀ ਜਿਵੇਂ ਵੀ ਆਈ ਹੁੰਦਾ ਵੀ ਯਾਰ ਤੁਸੀਂ ਰੁੱਸਦੇ ਕਿਉਂ ਨਹੀਂ ਅਸਲ ਵਿੱਚ ਨਾ ਡਰ ਵਾਲੀ ਗੱਲ ਜਿਹੜੀ ਹਾਂਜੀ ਬਹੁਤੇ ਤਾਂ ਬਹੁਤਿਆਂ ਨੇ ਇਹ ਸਵਾਲ ਮੈਨੂੰ ਕੀਤਾ ਹੂੰ ਉਹ ਤੇ ਆਨੇ ਹਮਦਰਦੀ ਚੋਂ ਕੀਤਾ ਇਹ ਵੀ ਤੈਨੂੰ ਯਾਰ ਉਹਨਾਂ ਨੂੰ ਜਿਨ੍ਹਾਂ ਬਾਰੇ ਤੂੰ ਲਿਖਦਾ ਡੇਰੇ ਵਾਲਿਆਂ ਤੋਂ ਧਰ ਨਹੀਂ ਲੱਗਿਆ ਹੈਗਾ ਹੂੰ ਇਹਨਾਂ ਮੈਂ ਕਦੇ ਗੱਲਾਂ ਕੀਤੀਆਂ ਨਹੀਂ ਅੱਜ ਮੇਰਾ ਜੀ ਹੈ ਵੀ ਤੁਸੀਂ ਵੀ ਇਹ ਗੱਲ ਛੇੜੀ ਹੈ ਹੂੰ ਕੋਈ ਥੋੜੀ ਜਿਹੀ ਗੱਲ ਕਰ ਲਈਏ ਠੀਕ ਹੈ ਜੀ ਅਹ ਐਂ ਕਰ ਲਈਏ ਨਾ ਆਪਾਂ ਜਿਵੇਂ ਮਰਜੀ ਮੈਂ ਤਾਂ ਜੇ ਕਿ ਹੋਰ ਵੀ ਕਰਨੀ ਆ ਮੈਂ ਵੀ ਨਹੀਂ ਚਾਹੁੰਦਾ ਹੈਗਾ ਵੀ ਨਹੀਂ ਕੋਈ ਮੈਂ ਕਿਹਾ ਉਹ ਫਾਰਮਲ ਜਿਹਾ ਵੀ ਦੇਖੋ ਤੁਸੀਂ ਆਏ ਤੁਸੀਂ ਕਿਵੇਂ ਹੋ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ ਹੁਣ ਇਹ ਤੋਂ ਤੁਹਾਨੂੰ ਪਤਾ ਲੱਗ ਜਾ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਦੇ ਸੀ ਖੇਤੀ ਹੂੰ ਬਾਅਦ ਵੀ ਖੇਤੀ ਕਰਾਂਗੇ ਕੋਈ ਵੀ ਜੀ ਸਥਾਈ ਹੈ ਨਹੀਂ ਖੇਤੀ ਨੂੰ ਛੱਡ ਕੇ ਮੈਨੂੰ ਲੱਗਦਾ ਇਹ ਠੀਕ ਉਹ ਆਪਣੇ ਕਰਮਾਂ ਚ ਪਰਖਾਂ ਤੋਂ ਆਈ ਹੈ ਫਿਰ ਕਿਸੇ ਚੱਕਰ ਹੀ ਨਹੀਂ ਬਾਈ ਤੁਸੀਂ ਮੈਂ ਕਹਣਾ ਉਹ ਕਰਨੀ ਵੀ ਆਪਾਂ ਨੂੰ ਆਏ ਆਉਂਦੀ ਆ ਨਾ ਵੀ ਜਿਵੇਂ ਜਿਹੜੇ ਮੱਛੀ ਦਾ ਬੱਚਾ ਹੈ ਨਾ ਉਹਨੂੰ ਕੋਈ ਤੈਰਨਾ ਨਹੀਂ ਸਿਖਾਉਂਦਾ ਹੈਗਾ ਇਵੇਂ ਖੇਤੀ ਆਪਾਂ ਨੂੰ ਸਿੱਖਣਾ ਸਿਖਾਉਣ ਦੀ ਉਹ ਹਕੂਨ ਚ ਹੈ ਆਪਣੀ ਕਿਹੜਾ ਮਾਰ ਕੀ ਪਤਾ ਲੱਗਦਾ ਪਤਾਈ ਹੈ ਕਿ ਨਹੀਂ ਕਦੇ ਮੋਇਸਚਰਾਈਜ਼ਰ ਨਹੀਂ ਐ ਦੇਖਣਾ ਪੈਂਦਾ ਵੀ ਇੰਨਾ ਅੱਜ ਹੁਣ ਆਪਾਂ ਦੇਖੋ ਇੱਥੇ ਬੜਾ ਜਾਣਿਆ ਪਛਾਣਿਆ ਔਰ ਦੇਸ਼ਾਂ ਵਿਦੇਸ਼ਾਂ ਚ ਇਹ ਸਟੱਡ ਫਾਰਮ ਹੈ ਮੈਨੂੰ ਸ਼ਰਮਾ ਹੋ ਰਾਂ ਦਾ ਹਾਂ ਮਿੱਤਰ ਨੇ ਆਪਣੇ ਮੈ ਇਹ ਚੰਗਾ ਲੱਗਿਆ ਕਿ ਤੁਸੀਂ ਇਹ ਜਗ੍ਹਾ ਚੁਣੀ ਸਹੀ ਹੈ ਮੇਰੇ ਵਾਸਤੇ ਵੀ ਇਹ ਬੜੀ ਮਾਣ ਦੀ ਗੱਲ ਹੈ ਤੇ ਉਹ ਹੁਣੇ ਉਹਨਾਂ ਨੇ ਬੜਾ ਜੀਲਵਾ ਕੇ ਰੱਖਿਆ ਤੇ ਉਹ ਨਾ ਘੋੜਿਆਂ ਦੇ ਮੂਰੇ ਪੋ ਪਿਆ ਸੀਗਾ ਹਾਂ ਉਹ ਮੈਂ ਤਾਂ ਉਹਨਾਂ ਨੂੰ ਇਹ ਪੁੱਛਿਆ ਜਿਹੜੇ ਸੱਜਣ ਉੱਥੇ ਸੀਗੇ ਹਾਂ ਵੀ ਇਹ ਆਉਂਦਾ ਕਿੱਥੋਂ ਆ ਉਹ ਕਹਿੰਦਾ ਜੀ ਇਹ ਪੋ ਹੈ ਹੁਣ ਨਹੀਂ ਇਹ ਪਤਾ ਇਹ ਪੰਜਾਬ ਵਿੱਚ ਇਹ ਨਹੀਂ ਹੁੰਦਾ ਉਹ ਮੈਂ ਕਿਹਾ ਯਾਰ ਮੇਰਾ ਪਿੰਡ ਰਾਇਆ ਹੈ ਹਾਂ ਉਹਨਾਂ ਉੱਥੇ ਟਿੱਪਿਆਂ 'ਚ ਮੂੰਫਲੀ ਉਹ ਹੀ ਹੁੰਦੀ ਸੀ ਮੈਨੂੰ ਪੋ ਟੰਗਰੇ ਮੈਨੂੰ ਸਾਰਾ ਪਤਾ ਹੈ ਮੈਂ ਮੈਂ ਤਾਂ ਇਹ ਵੀ ਹੁਣ ਕਿੱਥੋਂ ਤੁਸੀਂ ਲਿਆਉਂਦੇ ਹੋ ਅੱਛਾ ਤੁਸੀਂ ਤਾਂ ਜਦੋਂ ਸਾਨੂੰ ਤੁਹਾਡੇ ਏਰੀਆ 'ਚ ਮੇਰੇ ਇੱਕ ਹੋਰ ਵੀ ਮਿੱਤਰ ਆ ਉਹ ਦੱਸ ਦਿਆ ਵੀ ਇੱਥੇ ਟਿੱਬੇ ਹੁੰਦੇ ਸੀ ਮੈਨੂੰ ਹਰਾਨੀ ਹੁੰਦੀ ਹੈ ਮੈਂ ਟਿੱਬਿਆਂ ਦਾ ਤਾਂ ਤਾਂ ਕਾਪੀਰਾਈਟ ਹੀ ਸਾਨੂੰ ਲੱਗਦਾ ਸਾਡੇ ਕੋਲੇ ਬਟੰਡੇ ਵਾਲਾ ਕੋਈ ਨਹੀਂ ਬਹੁਤ ਬਹੁਤ ਟਿੱਬੇ ਹੁੰਦੇ ਸੀ ਔਰ ਨਾਲ ਇਹ ਵੀ ਸੀ ਕਿ ਅਸੀਂ ਦੋਹੇ ਤਰ੍ਹਾਂ ਦੀ ਜ਼ਿੰਦਗੀ ਦੇਖੀ ਅਸੀਂ ਜਿੱਥੇ ਬੈਠੇ ਸੀ ਉਹਦੇ ਇੱਕ ਪਾਸੇ ਵੇਟ ਤੇ ਉੱਪਰ ਟਾਹਾ ਹਾਂ ਥੱਲੇ ਪਾਣੀ ਸੀ ਦਰਿਆ ਦੋ ਦਰਿਆਵਾਂ ਦਾ ਸੰਨ ਸੀ ਤੇ ਉੱਪਰ ਜਿਹੜੇ ਸੀ ਉਹ ਟਿੱਬੇ ਸੀਗੇ ਸੋ ਅਸੀਂ ਇਹ ਦੋਹੇ ਤਰ੍ਹਾਂ ਦਾ ਇਹ ਦੇਖਿਆ ਇਕ ਡਾਇਲੌਗ ਵਰਕੇ ਸੁਣਾਵਾ ਹੂੰ ਮੇਰੀ ਮਾਂ ਦਾ ਇਹ ਵੱਡਾ एहसान ਸੀ ਮੇਰੇ ਤੇ ਹੂੰ ਕਿ ਉਹਦੀ ਇਸ ਅੰਨੀ ਸ਼ਰਧਾ ਨੇ ਮੈਨੂੰ ਵਿਦਰੋਹੀ ਬਣਾ ਦਿੱਤਾ ਤੇ ਲੇਖਕ ਵੀ ਆਹ ਬਿਲਕੁਲ ਜਣੀ ਨਾ ਇੱਕ ਸੌਰੀ ਮੈਂ ਹੁਣ ਮਾੜਾ ਜਿਹਾ ਹੋਰ ਵੀ ਲੈਣ ਬੋਲੂ ਇੱਕ ਇੱਕ ਤੁਸੀਂ ਗੱਲ ਤੇ ਕਹਿੰਦੇ ਹੋ ਵੀ ਮੇਰੀ ਇਹ ਗੱਲ ਨੂੰ ਉਹੀ ਬੰਦੇ ਸਮਝ ਸਕਦੇ ਆ ਜਿਨ੍ਹਾਂ ਦੇ ਪਰਿਵਾਰ ਕਿਸੇ ਡੇਰੇ ਨਾਲ ਜਾਂ ਕਿਸੇ ਥਾਂ ਤੇ ਧਾਰਮਿਕ ਥਾਂ ਤੇ ਬਹੁਤ ਜ਼ਿਆਦਾ ਸਰਦਾਰਾ ਜੁੜੇ ਹੋਏ ਆ ਇਹ ਕਿਸਾਵਾ ਮਤਲਬ ਕਿਉਂਕਿ ਮੇਰੇ ਵਰਗੇ ਬੰਦੇ ਲਈ ਹੁਣ ਮੈਂ ਇਸ ਗੱਲ 'ਚ ਨਾ ਬਿਲਕੁਲ ਆਊਟਸਾਈਡਰ ਹਾਂ ਮੈਂ ਤੁਹਾਨੂੰ ਇਹ ਦੋਨੇ ਗੱਲਾਂ 'ਚ ਪੁੱਛਣਾ ਚਾਹਣਾ ਵੀ ਇਹਦਾ ਕੀ ਮਤਲਬ ਕੀ ਬਣਿਆ ਬਈ ਇਹਦਾ ਇਹ ਹੈ ਕਿ ਉਹੀ ਬੰਦਾ ਜਾਣ ਸਕਦਾ ਹੈ ਕਿ ਉਸ ਘਰ ਦੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਮਾਵਾ ਉਹ ਉਸ ਡੇਰੇ ਦੇ ਬਾਬਾ ਜੀ ਨਾਲ ਮਹਾਪੁਰਸ਼ ਨਾਲ ਇੰਨੀਆਂ ਜੁੜੀਆਂ ਹੁੰਦੀਆਂ ਨੇ ਇੰਨੀ ਸ਼ਰਧਾ ਹੁੰਦੀ ਹੈ ਕਿ ਮੇਰੇ ਵਾਸਤੇ ਜੀ ਕਿਉਂਕਿ ਸਾਰਾ ਦਿਨ ਉੱਥੇ ਇਹ ਜੀਆਂ ਸਾਖੀਆਂ ਸੁਣਾਈਆਂ ਜਾਣੀਆਂ ਨੇ ਇਹੀ ਕੁਝ ਹੈ ਵੀ ਆ ਸਾਰੀ ਜ਼ਮੀਨ ਜਾਇਦਾਦ ਮੇਰੇ ਬੱਚੇ ਮੇਰਾ ਘਰ ਵਾਲਾ ਸਭ ਇਹ ਨਹੀਂ ਜੋ ਕੁਝ ਨੇ ਬਾਬਾ ਜੀ ਨੇ ਤੇ ਉਹਨਾਂ ਤੋਂ ਕਦੇ ਵੀ ਇਹ ਵਾਰਿਆ ਜਾ ਸਕਦਾ ਤੇ ਜਿਉਂ ਕਹਿ ਦੇਣ ਵੀ ਆਪਦੀ ਆਹ 4 ਕਿੱਲੇ ਜ਼ਮੀਨ 2 ਕਿੱਲੇ ਜ਼ਮੀਨ ਸਾਨੂੰ ਮੱਥਾ ਟੇਕ ਦੋ ਕਿ ਉਹਨਾਂ ਨੇ ਮੈਂਟ ਨਹੀਂ ਲਾਉਣਾ ਉਧਰ ਨੂੰ ਚਲੇ ਜਾਣਾ ਆਪਣੇ ਬੱਚਿਆਂ ਦਾ ਕੁਝ ਨਹੀਂ ਸੋਚਣਾ ਹੈਗਾ ਇਹ ਇੱਕ ਡੇਰੇ ਦੀ ਨਹੀਂ ਗੱਲ ਮੈਂ ਕਰਦਾ ਹੈਗਾ ਇਹ ਹਰ ਡੇਰੇ ਦੀ ਇਹੀ ਗੱਲ ਹੈਗੀ ਆ ਕੋਈ ਨਹੀਂ ਪਾਣੀ ਹੈ ਲੈਜ ਕੋਈ ਨਹੀਂ ਪਾਣੀ ਵੀ ਹਾਂਜੀ ਹਾਂ ਆਪਾਂ ਲੈਨੇ ਆ ਅੱਛਾ ਬਈ ਇਹ ਹੈਗੀ ਐ ਇਸ ਕਰਕੇ ਮੈਨੂੰ ਇਹ ਹੈ ਕਿ ਜਿਹੜੀਆਂ ਗੱਲਾਂ ਮੈਂ ਕਰਦਾ ਕਿਸੇ ਨੂੰ ਲੱਗਦਾ ਵੀ ਯਾਰ ਇੰਨਾ ਐਂ ਤਾਂ ਨਹੀਂ ਹੁੰਦਾ ਹੈਗਾ ਪਰ ਉਹ ਸਮਝ ਸਕਦੇ ਨੇ ਉਹ ਮੇਰੇ ਤਾਂ ਇਹੋ ਜਿਹੇ ਬਹੁਤ ਸਾਰੇ ਜਿਹੜੇ ਬੰਦੇ ਨੇ ਦੋਸਤ ਮਿੱਤਰ ਗਾਹਾਂ ਕੁਝ ਮੁੰਡੇ ਉਹ ਕੁੜੀਆਂ ਜਿਨ੍ਹਾਂ ਨੂੰ ਇਹ ਭੁਗਤਣਾ ਪਿਆ ਕਿ ਉਹਨਾਂ ਦੇ ਮਾਪਿਆਂ ਨੇ ਕਿਹਾ ਵੀ ਇੱਥੇ ਹੁਣ ਆ ਹੁਕਮ ਹੋ ਗਿਆ ਤੇ ਤੈਨੂੰ ਵਿਆਹ ਇੱਥੇ ਹੀ ਕਰਾਉਣਾ ਪੈਣਾ ਇਹੋ ਜਿਹੀਆਂ ਬਹੁਤ ਉਦਾਹਰਣਾਂ ਨੇ ਪਰ ਜਿਹੜੇ ਤੁਸੀਂ ਆਪਦੇ ਮਾਮਾ ਜੀ ਦਾ ਜ਼ਿਕਰ ਕਰਦੇ ਹੋ ਉਹਨਾਂ ਨੇ ਵੀ ਤਾਂ ਕਿਉਂਕਿ ਜਿਹੜੇ ਤੁਹਾਡੇ ਮੰਮੀ ਰੇੜੀ ਦਾ ਰਿਸ਼ਤਾ ਸੀ ਬਾਈ ਜੀ ਹਾਂ ਉਹ ਵੀ ਤਾਂ ਆਹੀ ਹੁੰਦਾ ਵੀ ਉਹ ਜਾਂਦੇ ਆ ਕਿਤੇ ਅਨਾਰਥਿਕ ਥਾਂ ਤੇ ਇੱਕ ਤਾਂ ਆ ਡੇਰੇ ਹੈ ਨਾ ਭੈਣੀ ਸਾਹਿਬ ਜਾਂਦੇ ਆ ਬਿਲਕੁਲ ਭੈਣੀ ਸਾਹਿਬ ਤੇ ਉੱਥੇ ਕਹਿ ਦਿੱਤਾ ਇਹਦਾ ਵੀ ਇਹਨਾਂ ਦਾ ਵਿਆਹ ਹੋ ਗਿਆ ਉਹ ਮੇਰੇ ਮੇਰੇ ਜਿਹੜੇ ਪਾਪਾ ਜੀ ਨੇ ਹਾਂ ਉਹਨਾਂ ਦੀ ਉਮਰ ਉਸ ਵੇਲੇ 32 ਸਾਲ ਹੈ ਠੀਕ ਹੈ ਜੀ 30 ਸਾਲ ਤੋਂ ਉੱਤੇ ਹੈ ਹਾਂ ਤੇ ਜਿਹੜੀ ਮੇਰੀ ਮਾਂ ਹੈ ਉਹਦੀ ਉਮਰ 16 17 ਸਾਲ ਹੈ ਤੇ ਉਹ ਉੱਥੇ ਹੋ ਗਿਆ ਕਿ ਬਸ ਇਹ ਦੇ ਨਾ ਕਰ ਦਿਓ ਜੀ ਆ ਕੁੜੀ ਦਾ ਉਹ ਮੈਨੂੰ ਪਤਾ ਹੈ ਕਿ ਉਹ ਮਾਹਨੇ ਕਹਿਤਾ ਵੀ ਜਿਵੇਂ ਹੋਣਾ ਠੀਕ ਹੈ ਮੰਨ ਲਿਆ ਪਰ ਉਹਦੇ ਅੰਦਰ ਇਸ ਗੱਲ ਦਾ ਰਹਿ ਹੈ ساری ਉਮਰ ਹੂੰ ਮੈਂ ਦੇਖਦਾ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਲੇਖਕ ਮੈਂ ਬਾਅਦ ਚ ਬਣਿਆ ਪਰ ਬਚਪਨ ਦੇ ਵਿੱਚ ਕੁਝ ਨਾ ਕੁਝ ਅਜਿਹਾ ਤੁਹਾਡੇ ਅੰਦਰ ਹੁੰਦਾ ਹੈ ਜਿਹੜਾ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਮੈਂ ਬਹੁਤ ਛੋਟਾ ਹੁੰਦਾ ਇਹਨਾਂ ਇਹਨਾਂ ਗੱਲਾਂ ਨੂੰ ਸਮਝਣ ਲੱਗ ਗਿਆ ਸੀ ਔਰ ਮੈਂ ਆਪਣੀ ਮਾਂ ਦੇ ਰਾਹੀਂ ਆਪਣੇ ਪੇਤਾ ਦੇ ਰਾਹੀਂ ਡੇਰੇ ਨਾਲ ਜੁੜਿਆ ਬਹੁਤ ਰਹਾਂ ਬਚਪਨ ਚ ਬੇਸ਼ੱਕ ਘਰ ਰਹਿੰਦੇ ਸੀ ਖੇਤੀ ਕਰਦੇ ਸੀ ਪਰ ਅਸੀਂ ਸਾਡਾ ਜਿਹੜਾ ਸਾਰਾ ਸਮਾਜਿਕ ਤਾਣਾ ਬਾਣਾ ਰਿਸ਼ਤੇਦਾਰੀਆਂ ਉਹ ਡੇਰਾ ਪੈਣੀ ਸਾਭੀ ਹੈ ਉੱਥੇ ਹੀ ਮੇਲਿਆਂ ਤੇ ਮੇਲ ਹੋਣੇ ਉੱਥੇ ਹੀ ਸਾਰੇ ਸਾਡੇ ਜਿਹੜੇ ਫੈਸਲੇ ਨੇ ਉਹ ਉੱਥੇ ਤੈਹ ਹੁੰਦੇ ਨੇ ਕੀ ਕਰਨਾ ਹੈ ਕਿਵੇਂ ਕਰਨਾ ਉੱਥੇ ਹੀ ਅਰਜ਼ ਹੁੰਦੀ ਹੈ ਬਹੁਤ ਕੁਸ਼ ਹੈ ਜਿਹੜਾ ਇਹ ਇਹ ਡੇਰੇ ਵਾਲਾ ਜਿਹੜਾ ਇੱਕ ਕਲਚਰ ਹੈ ਨਾ ਇਹਨੂੰ ਮੈਨੂੰ ਲੱਗਦਾ ਕਿ ਮੈਂ ਇੱਕ ਦੋ ਕਿਤਾਬਾਂ ਹੋਰ ਲਿਖ ਕੇ ਕੁਝ ਨਾ ਕੁਝ ਸਮਝਾ ਸਕਦਾ ਹੈ ਪਰ ਜਿਹੜੇ ਉੱਥੇ ਵੇਚ ਰਿਹਾ ਨਾ ਕਿਸੇ ਵੀ ਡੇਰੇ ਨਾਲ ਹੂੰ ਉਹ ਨਾਨਕ ਸਰ ਨਾਲ ਜੁੜਿਆ ਹੋਵੇ ਰਾਧਾ ਸਵਾਮੀਆ ਨਾਲ ਜੁੜਿਆ ਹੋਵੇ ਕਿਤੇ ਪੁੱਚੋ ਨਾਲ ਜੁੜਿਆ ਹੋਵੇ ਥੋੜੇ ਨੇੜੇ ਹੂੰ ਉਹਨਾਂ ਦਾ ਸਾਰਿਆਂ ਦਾ ਕਲਚਰ ਥੋੜੇ ਬਹੁਤੇ ਫਰਕ ਨਾਲ ਇਵੇਂ ਹੀ ਹੁੰਦਾ ਹੈ ਐਕਸਟਰਾ ਪਰ ਸਭ ਤੋਂ ਮਾ ਮੇ ਜੋ ਪੜਦਾ ਸੀ ਉਹ ਫਟਵਾਲ ਟੀਮ ਆਈ ਸੀ ਜਦੋਂ ਬਾਹਰੋਂ ਖੇਡਣ ਹਾਂ ਬਿਲਕੁਲ ਤੇ ਉਹ ਦੁੱਧ ਤੁਸੀਂ ਉੱਥੇ ਕਮਿਟਮੈਂਟ ਕਰਕੇ ਆਏ ਹੋ ਤੇ ਹਾਂਜੀ ਉਹ ਇੰਨੀ ਤੁਹਾਡੀ ਉਸ ਵੇਲੇ ਉਹ ਉਮਰ ਹੁੰਦੀ ਕਿ ਤੁਸੀਂ ਆਪਣੇ ਯਾਰਾਂ ਦੋਸਤਾਂ ਚ ਵੀ ਬਾਹਰੋਂ ਟੀਮ ਆ ਰਹੀ ਹੈ ਹੋਰ ਕਿਸੇ ਦੇ ਘਰੇ ਇੰਨਾ ਦੁੱਧ ਹੈ ਨਹੀਂ ਉਹ ਕਹਿੰਦੇ ਨੇ ਵੀ ਹੁੰਦਾ ਵੀ ਆ ਪਰ ਇਹ ਹੋ ਗਿਆ ਕਿ ਅਸੀਂ ਲਿਆਵਾਂਗੇ ਹਾਂ ਉਹਨਾਂ ਦੀ ਚਾਹ ਵਾਸਤੇ ਹਾਂ ਸਵੇਰੇ ਦੁੱਧ ਅਸੀਂ ਚੋਕ ਕੇ ਧਾਰਾ ਕੱਢ ਕੇ ਰੱਖਤਾ ਹਾਂ ਉਹ ਦੁਪਹਿਰੇ ਕਿਤੇ ਅਸੀਂ ਕੰਮ ਲਾ ਗਏ ਤੇ ਮਾਂ ਉੱਠੀ ਆ 14 15 ਕਿਲੋਮੀਟਰ ਹੈ 4 5 ਕਿਲੋਮੀਟਰ ਤੁਰ ਕੇ ਜਾਣਾ ਫਿਰ ਉੱਥੋਂ ਬੱਸ ਚੜ੍ਹ ਕੇ ਅੱਗੇ ਫੇਰ 2 ਕਿਲੋਮੀਟਰ ਤੁਰ ਕੇ ਉਹ ਪੈਣੀ ਸਾਹਿਬ ਜਾ ਕੇ ਤੇ ਸਾਰਾ ਦੁੱਧ ਪਾਇਆ ਤੇ ਜਦੋਂ ਅਸੀਂ 3:00 ਵਜੇ ਚੱਲੇ ਦੇਖੀਏ ਵੀ ਦੁੱਧ ਹਾਂ ਤੇ ਉਹ ਦੁੱਧ ਹੈ ਨਹੀਂ ਬਈ ਮਾਂ ਉਹਦੋਂ ਉਹ ਵੀ ਆ ਗਈ 4:00 ਵਜੇ ਮੈਚ ਸੀਗਾ ਸਾਡਾ ਤੇ ਕਹਿੰਦੀ ਵੀ ਇਸ ਦਾ ਦੁੱਧ ਉਹ ਕਹਿੰਦੀ ਉਹ ਤਾਂ ਮੈਂ ਪੈਣੀ ਸਾਪ ਆਇਆ ਹੀ ਉਹ ਕਹਿੰਦਾ ਵੀ ਕਿਹਾ ਤਾਂ ਸੀਗਾ ਛੋਟਾ ਮੈਥੋਂ ਕਹਿੰਦਾ ਹੂੰ ਬਈ ਉਹ ਕਹਿੰਦੀ ਵੀ ਉਹ ਹੁਣ ਕੋਈ ਨਹੀਂ ਹੋਰ ਚੋਲਾਂਗੇ ਉਹ ਜਦੋਂ ਚੋਈਏ ਉਹ ਕੋਈ ਮਿਲੇ ਨਾ ਉਦੋਂ ਤੇ ਇੰਨੀ ਸਾਡੀ ਪੋਜੀਸ਼ਨ ਐਕੁਅਰਡ ਹੋਈ ਹੋਈ ਭਰਾਵਾਂ ਦੀ ਦੋਹਾਂ ਤਿੰਨ ਦੋਹਾਂ ਤਿੰਨਾਂ ਦੀ ਚਾਰਾਂ ਦੀ ਹੋਈ ਵੀ ਅਸੀਂ ਉਹ ਮੇਰੇ ਕੰਨੀ ਦੇਖੇ ਤੇ ਉਹ ਗੁੱਸੇ 'ਚ ਉਹ ਮੈਂ ਲਿਖਿਆ ਵੀ ਹੋਇਆ ਲਿਖਿਆ ਹੋਇਆ ਤੇ ਉਹ ਮੈਥੋਂ ਛੋਟਾ ਬਿੰਦਰ ਤੇ ਹਾਲਾਂਕਿ ਇਹ ਗੱਲ ਸਤਿਗੁਰੂ ਜੀ ਨੂੰ ਵੀ ਮਤਲਬ ਸੁਣਾਈ ਇੱਕ ਵਾਰੀ ਮੇਰਾ ਉਹਨਾਂ ਨਾਲ ਤੁਹਾਨੂੰ ਪਤਾ ਹੈ ਬੋਲਦੇ ਰਿਹਾ ਉਹ ਕਹਿੰਦਾ ਵੀ ਚੋਲਾ ਹੁਣ ਫਿਰ ਸਤਿਗੁਰਾਂ ਦੇ ਡੋਕੇ ਇਹ ਇਹ ਜਿਆ ਬਹੁਤ ਸਾਰੀਆਂ ਨਿਕ ਨਿਕੀਆਂ ਗੱਲਾਂ ਬਹੁਤ ਛੋਟੀ ਗੱਲ ਹੈ ਪਰ ਇਹਦੇ ਨਾਲ ਤੁਸੀਂ ਸਮਝ ਸਕਦੇ ਹੋ ਵਰਤਾਰੇ ਹਾਂ ਕਿ ਕੀ ਹੁੰਦਾ ਹੈ ਚੱਲਦੇ ਥੋੜਾ ਜਿਹਾ ਤੁਰਨ ਤੋਂ ਮੈਂ ਵੀ ਆਪਾਂ ਵੀ ਤੁਰਦੇ ਪਾਣੀ ਤੁਸੀਂ ਪੀਣਾ ਹਾਂ ਪਾਣੀ ਵੀ ਮੈਂ ਲਵਾਂਗਾ ਬਈ ਪਾਣੀ ਵੀ ਚੱਕ ਲਾਂਗੇ ਨਾਲ ਅੱਛਾ ਨਾ ਮੈਂ ਚੱਕ ਲੈਣਾ ਕੋਈ ਨਹੀਂ ਅੱਛਾ ਤੁਹਾਡਾ ਪਾਣੀ ਮੈਂ ਚੱਕਦਾ ਨਹੀਂ ਨਹੀਂ ਉਹ ਨਹੀਂ ਯਾਰ ਕੋਈ ਗੱਲ ਨਹੀਂ ਆਪਾਂ ਪਾਣੀ ਦੀ ਏਡੀ ਲੋੜ ਨਹੀਂ ਨਹੀਂ ਤਾਂ ਫਿਰ ਹੋਰ ਆ ਜੂ ਆਪਾਂ ਕਿਹੜਾ ਕਿਸੇ ਨੂੰ ਕੋਸਣਾ ਹੈ ਪਾਣੀ ਪੀ ਪੀ ਕੇ ਕੋਸ ਤੇ ਆਪਾਂ ਆਪਣੀਆਂ ਗੱਲਾਂ ਕਰਨੀਆਂ ਹਾਂ ਹਾਂ ਤੇ ਹਾਂ ਆਪਾਂ ਹਾਂ ਜਿਹੜੀ ਡਰ ਵਾਲੀ ਗੱਲ ਹਾਂ ਬਚਪਨ ਤੋਂ ਤੁਹਾਡੀ ਜ਼ਿੰਦਗੀ ਚ ਬਈ ਕਿਦਾਂ ਓਵਰਆਲ ਅਸੀਂ ਜੋ ਵੀ ਬਣਦੇ ਹਾਂ ਸਾਡੇ ਨਾਲ ਕੀ ਹੁੰਦਾ ਬਚਪਨ ਦੇ ਵਿੱਚ ਹੂੰ ਉਹਦੇ ਤੇ ਬਹੁਤ ਚੀਜ਼ਾਂ ਨਿਰਭਰ ਕਰਦੀਆਂ ਬਿਲਕੁਲ ਬਚਪਨ ਜਿਹੇ ਜੀਆਂ ਕਿਹੜੀਆਂ ਗੱਲਾਂ ਸੀ ਜਿਨ੍ਹਾਂ ਨੇ ਜੋ ਫਿਰ ਬਾਅਦ ਚ ਹੋਇਆ ਕਿਉਂਕਿ ਇਹ ਕਹਾਣੀ ਯਾਰ ਫਿਲਮੀ ਲੱਗਦੀ ਆ ਬਹੁਤ ਫਿਲਮੀ ਲੱਗਦੀ ਆ ਮਾਫ ਕਰਿਓ ਇਹ ਨਹੀਂ ਨਹੀਂ ਤੁਹਾਡੇ ਤੇ ਤਾਂ ਬੀਤੀ ਆ ਹੁਣ ਮੈਨੂੰ ਫਿਲਮ ਕਿਉਂਕਿ ਇੰਨਾ ਹੋ ਇੰਨਾ ਕੁ ਹੁੰਦਾ ਵੀ ਜੇ ਉਹਨੂੰ ਚੱਕੀ ਜਿ ਕਹਾਂਗੇ ਜਾਂ ਉਹ ਚੁੜੇ ਚੁੜੂਲ ਦੀ ਕੀ ਹੁੰਦੀ ਆ ਘੁੰਮਣ ਵਾਲੀ ਹਣਾ ਉਹਦੇ ਅੰਗੂਆਂ ਐ ਆ ਵੀ ਗੇੜੀ ਆ ਬਸ ਫਿਰ ਜਦੋਂ ਸ਼ੁਰੂ ਹੋ ਗਿਆ ਨਾ ਫਿਰ ਉੱਥੇ ਰੋਕ ਰੋਕਾਵਟ ਨਹੀਂ ਹੈ ਕੋਈ ਨਹੀਂ ਹੈਗੀ ਬਚਪਨ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਹਾਂ ਕਿ ਉਹ ਜਿਹੜਾ ਬਹੁਤ ਦਰਦੀ ਹਾਂ ਅੱਛਾ ਜੀ ਹਾਂ ਇਹੋ ਜੇ ਹਾਲਾਤ ਨੇ ਉਸ ਵੇਲੇ ਉਹ ਜਿਹੜੀ ਜ਼ਮੀਨ 'ਚ ਜਾ ਕੇ ਘਰ ਬਣਾਇਆ ਹੈ ਬਹੁਤ ਵਾਰੀ ਮੈਂ ਲਿਖਿਆ ਵੀ ਹੈ ਇਹ ਮੈਂ ਗੱਲ ਅਕਸਰ ਕਰਦਾ ਵੀ ਹਾਂ ਕਿ ਤੁਸੀਂ ਬਚਪਨ ਦੇ ਵਿੱਚ ਜਿਵੇਂ ਉਸਰਦੇ ਹੋ ਉਹ ਉਹ ਤੁਹਾਡੀ ਸਾਰੀ ਜ਼ਿੰਦਗੀ ਨੂੰ ਉਹ ਤੈਅ ਕਰਦੀਆਂ ਨੇ ਉਹ ਗੱਲਾਂ ਜਿਹੜੀਆਂ ਨੇ ਹੁਣ ਉਹ ਜ਼ਮੀਨ ਬੰਜਰ ਹੈ ਹੂੰ ਕੰਡੇ ਕੰਡੇ ਨੇ ਇੱਧਰ ਵੀ ਦਰਿਆ ਏ ਸਤਲੁਜ ਇੱਧਰ ਵੀ ਇੱਕ ਦਰਿਆ ਏ ਹਾਂਜੀ ਆਜੋ ਇੱਧਰ ਥੱਲੇ ਨੂੰ ਹੀ ਚੱਲ ਵਰਦੇ ਆਂ ਫਿਰ ਥੱਲੇ ਨੂੰ ਚੱਲਦੇ ਆਂ ਹਾਂ ਤੇ ਉਹ ਉਹਦੇ ਵਿੱਚਕਾਰ ਜ਼ਮੀਨ 'ਚ ਹੁੰਦਾ ਕੁਛ ਨਹੀਂ ਹੂੰ ਦੂਰ ਤੱਕ ਕੋਈ ਜਿਹੜਾ ਉਹ ਪਿੰਡ ਨਹੀਂ ਹੈਗਾ ਪਿੰਡ ਮਾਣੇ ਵਾਲ ਦੂਰ ਹੈ ਹਾਂਜੀ ਖੇਤਾਂ ਦੇ ਵਿੱਚ ਅਸੀਂ ਬੈਠੇ ਆਂ ਹਾਂ ਅੱਜ ਮੈਨੂੰ ਐ ਲੱਗਦਾ ਵੀ ਹੋਰ ਤਾਂ ਇੰਟਰਵਿਊ ਤਾਂ ਚਲੋ ਜਿਹੜੀ ਤੁਹਾਡੀ ਕਰਨੀ ਆ ਹਾਂ ਸਾਡੀ ਟੀਮ ਲੱਤਾ ਵਾਹ ਪੱਕਾ ਤੜਾ ਕੇ ਲਾਊਗੀ ਅੱਜ ਤੂੰ ਉਹ ਦੋ ਵਾਰੀ ਦਵਾੜੀ ਦੇਖਦਾ ਦੇਖਦਾ ਵੱਜ ਗਿਆ ਕੋਈ ਗੱਲ ਨਹੀਂ ਬਾਈ ਹੌਲੀ ਚੱਲ ਪੋ ਕੋਈ ਫਰੇਮ ਕਿਤੇ ਖਰਾਬ ਹੋ ਜੂ ਕੋਈ ਦਿੱਕਤ ਨਹੀਂ ਦੁਬਾਰਾ ਕਰਾਂਗੇ ਅੱਛਾ ਬਾਈ ਤੇ ਉਹ ਖੇਤਾਂ ਦੇ ਵਿੱਚ ਹੀ ਘਰ ਹੈ ਹਮ ਘਰ ਕੀ ਆ ਬਈ ਛੱਪਰ ਹੈ ਇੱਕ ਹਮ ਵੱਡਾ ਛੱਪਰ ਉਹਦੇ ਵਿੱਚ ਮੈਂ ਮੇਰੇ ਭਰਾ ਮਾਂ ਬਾਪ ਗਾਂ ਉਹਦਾ ਬੱਚਾ ਦੋ ਕੁੱਤੇ ਇੱਕ ਬਿੱਲੀ ਇਹ ਸਾਡਾ ਪੂਰਾ ਘਰ ਪਰਿਵਾਰ ਹੈ ਛੱਪਰ ਚ ਰਹਿ ਰਹੇ ਆ ਕਿਤੇ ਆਲੇ ਦਿਵਾਲੇ ਜਿਹੜਾ ਨੇੜੇ ਤੇੜੇ ਕਿਤੇ ਦੀਵਾ ਜਗਦਾ ਬਣੀ ਦਿਸਦਾ ਹਮ ਇੱਕ ਸਾਡੀ ਲਾਲ ਟਣ ਹੈ ਜਿਹੜੀ ਮਤਲਬ ਲੱਗਦੀ ਹੈ ਵੀ ਆਹੀ ਚਾਨਣ ਹੈ ਹੋਰ ਕਿਤੇ ਨਹੀਂ ਪਿੰਡ ਚੋਂ ਵੀ ਕੋਈ ਬਹੁਤਾ ਨਹੀਂ ਦਿਸਦਾ ਹਮ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਹੈ ਜੰਗਲ ਹੈ ਹਮ ਔਰ ਸੱਪ ਬਹੁਤ ਨੇ ਜੰਗਲੀ ਜਾਨਵਰ ਹੋਰ ਵੀ ਨੇ ਰੋਜ ਰੋਜ ਗਿੱਦੜ ਗੁੱਦੜ ਬਹੁਤੇ ਖਤਰਨਾਕ ਤਾਂ ਨਹੀਂ ਹਮ ਪਰ ਸੱਪ ਬਹੁਤ ਨੇ ਇਹੋ ਜਿਹੇ ਇਹੋ ਜੇ ਨਾਗ ਵੀ ਉਹਨਾਂ ਤੋਂ ਅਸੀਂ ਨਾ ਹਮ ਮਤਰਾ ਸਾਡਾ ਨਿਕਲਿਆ ਪਿਆ ਹੈ ਦਹਿਲ ਹੈ ਅੰਦਰ ਪੂਰਾ ਡਰੇ ਹੋਏ ਆ ਕਿਉਂਕਿ ਹੁੰਦਾ ਇਹ ਹੈ ਕਿ ਉਹ ਛੱਪਰ ਦੇ ਉਹਦੇ ਚ ਚੂਹੇ ਹੁੰਦੇ ਨੇ ਤੇ ਸਾਪ ਨੂੰ ਖਾਣ ਲਈ ਉੱਤੇ ਚੜ ਜਾਂਦਾ ਤੇ ਕਈ ਵਾਰੀ ਛੱਪਰ ਦੀ ਛੱਤ ਚੋਂ ਲਟਕ ਕੇ ਆਉਣਾ ਨਾਗ ਨੇ ਹਮ ਤੁਸੀਂ ਦੇਖੋ ਵੀ ਉਸ ਵੇਲੇ ਫਿਰ ਸਾਡੀਆਂ ਜਿਹੜੀਆਂ ਚੀਕਾਂ ਨੇ ਉਹ ਛੱਪਰ ਪਾੜ ਕੇ ਤੇ ਅਸਮਾਨ ਤੱਕ ਜਾਣੀ ਆ। ਬਹੁਤ ਅਸੀਂ ਪੂਰੇ ਡਰ ਗਏ। ਹੂੰ। ਲਾਲਟਣ ਜਗਾ ਕੇ ਰਾਤ ਨੂੰ ਰੱਖਦੇ ਆ ਵੀ ਥੋੜਾ ਜਿਹਾ ਹੌਸਲਾ ਮਿਲੇ। ਹੂੰ। ਉਸ ਲਾਲਟਣ ਦੇ ਜਿਹੜੇ ਆਲੇ ਦੁਆਲੇ ਉਹ ਕੀਟ ਪਤੰਗੇ ਆ ਜਾਂਦੇ ਨੇ ਚਾਨਣ 'ਚ। ਉਹਨਾਂ ਨੂੰ ਖਾਣ ਲਈ ਇੱਕ ਰਾਤ ਉੱਥੇ ਸਾਪ ਆ ਬੈਠਾ। ਹੂੰ। ਉਹ ਵੀ ਜਿਹੜਾ ਚਾਨਣ ਲਾਲਟਣ ਵੀ ਦੂਰ ਰੱਖਣ ਲੱਗੇ। ਵੀ ਇਹ ਵੀ ਮੰਜਿਆਂ ਦੇ ਨੇੜੇ ਨਹੀਂ ਰੱਖਣੀ ਹੈਗੀ। ਹੂੰ। ਸਾਰਾ ਦਿਨ ਸਫਾਈਆਂ ਕੰਮਕਾਰ ਵੀ ਕੋਈ ਮਾ ਥੋੜੀ ਜੀ ਜਗ੍ਹਾ ਬਣੇ ਉਹ ਉੱਥੇ ਕੰਡੇ ਹੀ ਕੰਡੇ ਨੇ ਜ਼ਮੀਨ ਕਿਸੇ ਤਰ੍ਹਾਂ ਵੀ ਅਜੇ ਬਲਦ ਵੀ ਨਹੀਂ ਲਿਆਂਦੇ ਜੋੜੀ ਕਿਉਂਕਿ ਮੇਰੇ ਜਿਹੜੇ ਪਾਪਾ ਜੀ ਨੇ ਉਹਨਾਂ ਨੂੰ ਹਲ ਨਹੀਂ ਸੀ ਪਾਉਣਾ ਆਉਂਦਾ ਉਹ ਵੀ ਆਪਣੇ ਉਧਰ ਭਰਾਵਾਂ ਦੇ ਵਿੱਚੋਂ ਸਾਰਿਆਂ ਤੋਂ ਛੋਟੇ ਸੀ ਉਹਨਾਂ ਨੇ ਖੇਤੀ ਨਹੀਂ ਸੀ ਕੀਤੀ ਹੂੰ ਤੇ ਮਾਂ ਮੇਰੀ ਵੀ ਜਿਹੜੀ ਉਹ ਧੂਰਕੋਟ ਰਣਸੀ ਮੇਰੇ ਨਾਨਕੇ ਨੇ ਨੱਲੇ ਵਾਲੇ ਕੋਲੇ ਹਾਂ ਹੈਗੇ ਹਾਂ ਉੱਥੋਂ ਹੀ ਉਹ ਵੀ ਆਪਦੇ ਭਰਾਵਾ ਦੀ ਛੋਟੀ ਭੈਣ ਸੀ ਤੇ ਉਹ ਵੀ ਉੱਥੋਂ ਆਈ ਹੋਈ ਦੋਏ ਜਾਣੇ ਜਾਨੀ ਸਮਝੋ ਵੀ ਖੇਤੀ ਤੋਂ ਤੇ ਇਨਾ ਚੀਜ਼ਾਂ ਤੋਂ ਕੋਰੇ ਨੇ ਅਸੀਂ ਛੋਟੇ ਹਾਂ ਪਾਪਾ ਜੀ ਇਹ ਸੋਚਦੇ ਰਹਿੰਦੇ ਨੇ ਵੀ ਆਪਣਾ ਟਰੱਕ ਹੁੰਦਾ ਸੀ ਇੱਕ ਉਹਨਾਂ ਨੇ ਲਿਆ ਹੋਇਆ ਉਹ ਟਰੱਕ ਤੇ ਹੀ ਰਹੇ ਵੀ ਕੋਈ ਇਹਨੂੰ ਕਰਾਵਾਂਗੇ ਕੋਈ ਟਰੈਕਟਰ ਆਉ ਉਹ ਤੋਂ ਟਰੈਕਟਰ ਵੀ ਕਿੱਥੇ ਹੁੰਦੇ ਸੀ ਬਹਾਲਾਂਗੇ ਜ਼ਮੀਨਾਂ ਕਰ ਲਾਂਗੇ ਜਿਹੜੇ ਕੋਲੇ ਸੀ ਚਾਰ ਪੈਸੇ ਉਹ ਜ਼ਮੀਨ ਤੇ ਲਾਲੇ ਇਹਨਾਂ ਚੀਜ਼ਾਂ ਤੇ ਪੈਸਾ ਕੋਲੇ ਕੋਈ ਨਹੀਂ ਜ਼ਿੰਦਗੀ ਬਹੁਤ ਔਖੀ ਹੈ ਤੇ ਸੱਪਾਂ ਨੇ ਤੇ ਸਾਰੀਆਂ ਚੀਜ਼ਾਂ ਨੇ ਗੱਲ ਇੱਥੇ ਲਿਆ ਕੇ ਖੜੀ ਕਰਤੀ ਵੀ ਮਾਂ ਇਹ ਫੈਸਲਾ ਕਰਨ ਲੱਗੀ ਵੀ ਮੈਂ ਨਹੀਂ ਇੱਥੇ ਜਵਾਕ ਜਿਹੜੇ ਨੇ ਉਮਰ ਬਵਾਉਣੀ ਹੂੰ ਵੀ ਆਪਾਂ ਇੱਥੋਂ ਜਾਣਾ ਹੈ ਡਰ ਰਹੀ ਨਾ ਤੇ ਅਸੀਂ ਵੀ ਉਹਦੇ ਨਾਲ ਆਏ ਡਰੇ ਹੋਏ ਫੈਸਲੇ ਦਾ ਕੀ ਲੈਣੇ ਸੀ ਬਾਹਲੇ ਵੱਡੇ ਨਹੀਂ ਸੀਗੇ ਤੇ ਕਿਉਂਕਿ ਇਹ ਵੱਡਾ ਹੋ ਕੇ ਮੈਨੂੰ ਸਮਝ ਆਈ ਇੱਕ ਦਿਨ ਗੁਰਵਿੰਦਰ ਗਰੇਵਾਲ ਗੱਲ ਕਰਨ ਲੱਗ ਗਿਆ ਕਹਿੰਦਾ ਯਾਰ ਦੋਏ ਤਾਂ ਥਾਵਾਂ ਹੁੰਦੀਆਂ ਨੇ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਹਮ ਸਾਰੇ ਕਾਸੇ ਤੋਂ ਡਰੇ ਹੋਏ ਇੱਕ ਛੱਤ ਹੈ ਹਮ ਇੱਕ ਚਾਨਣ ਹੈ ਹਮ ਹੁਣ ਛੱਤ ਤੇੋਂ ਤੋਂ ਵੀ 나ਗ ਲਟਕਦਾ ਹੈ ਹਮ ਚਾਨਣ 'ਚ ਵੀ 나ਗ ਬੈਠਾ ਹੈ ਹਮ ਤੇ ਫੇਰ ਮੈਨੂੰ ਸਮਝ ਆਈ ਕਿ ਜਦੋਂ ਦੁਸ਼ਮਣ ਤੁਹਾਡੀ ਛੱਤ ਤੇ ਔਰ ਚਾਨਣ ਦੇ ਉੱਤੇ ਵੀ ਕਾਬਜ ਹੋਣ ਲੱਗ ਜਵੇ ਹਮ ਉਦੋਂ ਜਾਂ ਤਾਂ ਤੁਸੀਂ ਭੱਜੋਗੇ ਉਹ ਫੈਸਲੇ ਦੀ ਘੜੀ ਹੈ ਜਾਂ ਖੜ ਜਾਓ ਤੇ ਜਾਂ ਤੁਸੀਂ ਖੜੋਗੇ ਦੋਏ ਚੀਜ਼ਾਂ ਨੇ ਤੇ ਸਾਡਾ ਫੈਸਲਾ ਭੱਜਣ ਦਾ ਇੱਥੇ ਮੈਂ ਅੰਦਰੋਂ ਮਨੋਂ ਮਨੀ ਸਾਰੇ ਐ ਤਿਆਰ ਨੇ ਤੇ ਪਾਪਾ ਜੀ ਨੇ ਵੀ ਸੋਚ ਲਿਆ ਵੀ ਹੌਲੀ ਹੌਲੀ ਮੈਂ ਆਜਿਆ ਕਰੂੰ ਇਹਨਾਂ ਨੂੰ ਸਮਰਾਲੇ ਕਰਾਏ ਤੇ ਉੱਥੇ ਛੱਡਦਾ ਮਾਛੀਵਾੜੇ ਕੋਈ ਦੇਖਦੇ ਆ ਤੇ ਜ਼ਮੀਨ ਜਬੂਨ ਬਣਾ ਲਾਂਗੇ ਤੇ ਬੱਚੇ ਬਹੁਤੇ ਡਰ ਗਏ ਤੇ ਮੇਰੀ ਘਰ ਵਾਲੀ ਵੀ ਡਰ ਗਈ ਮੇਰੀ ਮਾਂ ਹੁਣ ਮਤਲਬ 6 18 20 ਸਾਲ ਦੀ ਕੁੜੀ ਐ ਤੇ ਛੋਟੀ ਉਮਰ ਚ ਵਿਆਹ ਹੋਇਆ ਹੋਇਆ ਤੇ ਉਸ ਵੇਲੇ ਇੱਕ ਦਿਨ ਕੀ ਹੁੰਦਾ ਕਿਉਂਕਿ ਕੁਝ ਫੈਸਲੇ ਜਿਹੜੇ ਨੇ ਉਹ ਤੁਸੀਂ ਨਹੀਂ ਕਰਦੇ ਉਹ ਕੁਦਰਤ ਕਰਦੀ ਹੈ ਤੁਹਾਡੀ ਜ਼ਿੰਦਗੀ ਚ ਤਾਂ ਇਹ ਬਾਹਰ ਮੇਰੇ ਤਾਂ ਬਹੁਤ ਹੈ ਇਹ ਮੇਰੇ ਤਾਂ ਇੰਨੇ ਇਸ ਤਰ੍ਹਾਂ ਦੇ ਚਮਤਕਾਰ ਕਹਿ ਲੋ ਇਹਨੂੰ ਅੱਜਕੱਲ ਕੁਆਂਟਮ ਸਾਇੰਸ ਦਾ ਬੜਾ ਬੜਾ ਪੜਿਆ ਆਪਣਾ ਬਹੁਤ ਰੌਲਾ ਤੇ ਮੈਂ ਆਪ ਵੀ ਉਹਨੂੰ ਬੜਾ ਦੇਖਦਾ ਹਾਂ ਪਰ ਮੈਨੂੰ ਲੱਗਦਾ ਕਿ ਉਹ ਬਹੁਤ ਸਾਰੀਆਂ ਗੱਲਾਂ ਨੇ ਯਾਰ ਜਿਹੜੀਆਂ ਮੇਰੀਆਂ ਤਾਂ ਨਿੱਜੀ ਮੇਰੇ ਨਾਲ ਇਹ ਸਾਰਾ ਕੁਝ ਵਾਪਰੇ ਆ ਤੇ ਮਾਂ ਮੇਰੀ ਅੰਦਰੋਂ ਨਾ ਆਟਾ ਲਈ ਆਉਂਦੀ ਆ ਛੱਪਰ ਚੋਂ ਹਾਂ ਤੇ ਮੂਰੇ ਸੱਪ ਆ ਜਾਂਦਾ ਹੈ ਠੀਕ ਹੈ ਜੀ ਹੱਥ 14 ਦੇ ਪ੍ਰਾਤ ਤੇ ਉਹ ਇੱਕਦਮ ਅਸੀਂ ਬਾਹਰ ਖੇਡਦੇ ਹਾਂ ਜਵਾਰ ਹਾਂ ਤੇ ਮੈਨੂੰ ਆਂਦੀ ਬੇ ਵੱਡਿਆ ਹੂੰ ਮੈਂ ਉਥੋਂ ਲਿਆ ਕਹਿੰਦੀ ਡਾਂਗ ਤੇ ਮਾਰ ਜਾ ਵੱਡੇ ਦੇ ਹੂੰ ਓਏ ਮੈਨੂੰ ਪਤਾ ਨਹੀਂ ਕੀ ਹੋਇਆ ਤੇ ਮੈਂ ਉਹ ਡੰਡਾ ਜਿਹਾ ਏਡਾ ਚੱਕਿਆ ਤੇ ਆਖੇ ਮੈਂ ਉਹਨੂੰ ਅੰਨੇ ਵਾਈ ਕੁਟਣ ਲੱਗ ਗਿਆ ਤੇ ਉਹ ਮਰ ਗਿਆ ਸੱਪ ਮਾਰ ਲਿਆ ਮੇਰਾ ਤਾਂ ਜਿਹੜਾ ਭੈ ਸੀ ਉਹ ਜਾ ਖੜਾ ਦੂਰ ਉਦੋਂ ਹੂੰ ਮੇਰਾ ਭੈ ਜਾਂਦਾ ਰਿਹਾ ਬਈ ਇਹ ਕੋਈ ਏਡੀ ਗੱਲ ਨਹੀਂ ਇਹ ਮਾਰਿਆ ਜਾ ਸਕਦਾ ਯਾਰ ਹਾਂ ਸੱਪ ਜਿਹੜਾ ਹੈਗਾ ਇਹ ਪਹਿਲੀ ਵਾਰੀ ਮੇਰੇ ਹੁਣ ਤੱਕ ਜ਼ਿੰਦਗੀ ਚ ਜੇ ਉਹ ਭੈ ਮੇਰੇ ਉੱਤੇ ਸਵਾਰ ਹੋ ਜਾਂਦਾ ਉਸ ਸੰਕਟ ਚ ਤਾਂ ਮੈਂ ਸਾਰੀ ਉਮਰ ਡਰਦਾ ਰਹਿੰਦਾ ਸਹੀ ਹੈ ਮੇਰਾ ਡਰ ਉਦੋਂ ਨਿਕਲ ਗਿਆ ਉਸ ਤੋਂ ਬਾਅਦ ਤੇ ਬੜਾ ਕੁਝ ਹੋਇਆ ਜ਼ਿੰਦਗੀ ਚ ਤੁਹਾਨੂੰ ਪਤਾ ਹੈ ਬੜੀਆਂ ਲੜਾਈਆਂ ਬੜੇ ਕਬਜੇ ਬੜਾ ਪਰ ਉੱਥੇ ਵੱਡੀ ਗੱਲ ਉਦੋਂ ਇਹੀ ਰਹੀ ਕਿ ਭੈ ਕਿਤੇ ਨਹੀਂ ਸੀਗਾ ਤੇ ਮਾਂ ਦਾ ਵੀ ਮੇਰੀ ਦਾ ਭੈ ਨਿਕਲ ਗਿਆ ਤੇ ਅਸੀਂ ਇਹ ਫੈਸਲਾ ਕਰ ਲਿਆ ਵੀ ਹੁਣ ਇੱਥੇ ਸੱਪ ਨਹੀਂ ਅਸੀਂ ਰਹਾਂਗੇ ਤੇ ਫਿਰ ਰਹੇ ਹਾਂ ਉੱਥੇ ਮਤਲਬ ਅੱਛਾ ਇਹਦਾ ਕਮਾਲ ਦੀ ਗੱਲ ਹੈ ਤੇ ਇਹ ਆ ਤੁਹਾਡੀ ਇਹ ਕਹਾਣੀ ਚ ਵੀ ਹੂੰ ਉਦੋਂ ਤੱਕ ਜ਼ਰੂਰ ਤੁਹਾਨੂੰ ਇਹ ਲੱਗਦਾ ਵੀ ਅਸੀਂ ਇਥੋਂ ਭੱਜਣਾ ਹੂੰ ਉਹ ਤੋਂ ਬਾਅਦ ਸਾਰੀ ਤੁਹਾਡੀ ਕਹਾਣੀ ਦੇ ਵਿੱਚ ਜਿੰਦਗੀ ਦੀ ਕਹਾਣੀ ਚ ਬਿਲਕੁਲ ਛੱਡ ਕੀਤੀ ਚ ਹੂੰ ਤੁਸੀਂ ਫਿਰ ਛੱਡਦੇ ਹੋ ਜਿਹਨੂੰ ਵੀ ਛੱਡਦੇ ਹੋ ਭੱਜਦੇ ਨਹੀਂ ਭੱਜਦੇ ਫਿਰ ਬੜਾ ਕੁਝ ਛੱਡਿਆ ਪਿੱਛੇ ਜੇ ਇੱਕ ਦਿਨ ਇੱਕ ਪਿੱਛੇ ਜੇ ਇੱਕ ਦਿਨ ਇੱਕ ਗੱਲ ਹੋਈ ਹਾਂ ਕੋਈ ਗੱਲ ਸੀ ਕਹਿੰਦੇ ਵੀ ਆਹਾ ਫਿਰ ਤੁਸੀਂ ਇਹਨੂੰ ਕਿਵੇਂ ਕਰੋਗੇ ਫਿਰ ਏਡੀ ਗੱਲ ਛੱਡ ਦੋਗੇ ਹਾਂ ਮੈਂ ਕਿਹਾ ਤੈਨੂੰ ਪਤਾ ਨਹੀਂ ਮੇਰੇ ਬਾਰੇ ਕੀ ਮੈਂ ਬਹੁਤ ਵੱਡਾ ਪਾਗਲ ਆ ਮੈਂ ਬਹੁਤ ਕੁਝ ਛੱਡਿਆ ਮੈਂ ਕਿਹਾ ਛੱਡਣ ਵਾਲੀ ਗੱਲ ਕਿਸਮਤ ਦੇ ਇੰਨੇ ਤਾਂ ਨਹੀਂ ਕਿਹਾ ਤੁਹਾਨੂੰ ਬੰਦੇ ਮਾਰਨ ਵਾਸਤੇ ਹਾਂ ਇੰਨੇ ਵਾਰੀ ਤਿਆਰੀ ਕਰਦੇ ਆ ਇੱਕ ਵਾਰੀ ਤਾਂ ਅਸਲਾ ਚਾਹੀਦਾ ਤੇ ਅਸਲਾ ਵੀ ਤੁਸੀਂ ਅਗੇ ਮੈਂ ਰਾਰ ਤੂੰ ਸੈਣੀ ਹਾਂ ਮੈਂ ਥੋੜਾ ਕਰ ਲੋ ਅਗੇ ਕਰ ਤੂੰ ਸੈਣੀ ਤੇ ਤੁਸੀਂ ਅਗੇ ਕਰ ਤੂ ਸਪਈ ਮੈਂ ਲੈ ਕੇ ਦੇ ਦਿੰਦਾ ਤੁਹਾਨੂੰ ਯਾਰ ਰੱਖੋ ਫਿਰ ਵੀ ਬਚ ਗਏ ਫਿਰ ਵੀ ਬਹੁਤ ਇਹੋ ਜਿਹਿਆਂ ਪਤਾ ਨਹੀਂ ਹੁਣ ਕਿੰਨੀਆਂ ਗੱਲਾਂ ਨੇ ਇਹੋ ਜਿਹਿਆਂ ਤਾਂ ਇੱਕ ਦੋ ਉਹਨਾਂ ਨੇ ਫਿਰ ਜੇਲ੍ਹ ਚੋਂ ਆ ਕੇ ਮੈਨੂੰ ਦੱਸੀ ਹਾਂ ਵੀ ਉਹ ਜਿਹੜੇ ਉਹ ਨਹੀਂ ਦੱਸੀਓ ਤਾਂ ਪਤਾ ਹੀ ਨਹੀਂ ਉਹ ਪਤਾ ਨਹੀਂ ਕਿੰਨੀਆਂ ਕਰਨ ਹੁਣ ਇਹਦੇ ਪਿੱਛੇ ਇੱਕ ਨਾ ਕਾਰਨ ਹੋਰ ਹੈ ਹਾਂ ਉਹ ਪਹਿਲਾਂ ਵੀ ਜਿਹੜਾ ਹੁਣ ਉਹ ਡੇਰੇ ਵਾਲਿਆਂ ਦੀ ਵੀ ਗੱਲ ਮੈਂ ਇੱਕ ਤੇ 82 ਚ ਨਾ ਗੱਲ ਹੋਈ ਉਦੋਂ ਮੈਂ ਭੈਣੀ ਸਾਹਿਬ ਪੱਕਾ ਹੀ ਤੌਰ ਤੇ ਨਹੀਂ ਸੀ ਗਿਆ ਹੂੰ ਤੇ ਇਹਨਾਂ ਨੇ ਕੀਤਾ ਪੰਜਾਬ ਦੇ ਹਾਲਾਤ ਖਰਾਬ ਹੋਣ ਲੱਗੇ ਹੋਏ ਸੀ ਹੂੰ ਤੇ ਉਹਦੀ ਸ਼ਾਂਤੀ ਵਾਸਤੇ ਇਹਦੇ ਵਾਸਤੇ ਭੈਣੀ ਸਾਹਿਬ ਇੱਕ ਹੀ ਹੁੰਦਾ ਰਿਹਾ ਕਿ ਸਵਾ ਮਹੀਨੇ ਦਾ ਹਾਂ ਇਹ ਕੋ ਜਪ ਜਪ ਕਰਦੇ ਨੇ ਹਾਂ ਤੇ ਹਵਨ ਕਰਦੇ ਨੇ ਠੀਕ ਹੈ ਜੀ ਚੰਡੀ ਦੀ ਵਾਰ ਦਾ ਇਹ ਜਪ ਕਰਨਾ ਸੀਗਾ ਹਵਨ ਕਰਨਾ ਸੀ ਠੀਕ ਹੈ ਜੀ ਤੇ ਘਰਾਂ ਚੋਂ ਮੁੰਡੇ ਚੁਣ ਕੇ ਹਾਂ ਉੱਥੇ ਬੁਲਾਇਆ ਉਹਨਾਂ ਚ ਇੱਕ ਮੈਨੂੰ ਬੁਲਾਇਆ ਮਾਤਾ ਜੀ ਲੈਣ ਆਉਂਦੇ ਸੀਗੇ ਸਤਗੁਰੂ ਜੀ ਦੇ ਮਹਿਲ ਮਾਤਾ ਚੰਦਕੌਰ ਉਹ ਮੈਨੂੰ ਲੈ ਕੇ ਗਏ ਤੇ ਲਿਜਾ ਕੇ ਸਾਨੂੰ ਉੱਥੇ ਉਹਦੋਂ ਮੰਦਿਰ ਆ ਬਣਦਾ ਸੀ ਪ੍ਰਤਾਪ ਮੰਦਿਰ ਇਹਦੇ ਵਿੱਚ ਛੱਡ ਦਿੱਤਾ ਗਿਆ ਅੰਮ੍ਰਿਤ ਛਕਾ ਲਿਆ ਗਿਆ ਦੁਬਾਰਾ ਤੋਂ ਫੇਰ ਘਰਾਂ ਚੋਂ ਆਏ ਆ ਤੇ ਇਹ ਕਹਤਾ ਵੀ ਅੱਜ ਤੋਂ ਬਾਅਦ ਤੁਸੀਂ ਕਿਸੇ ਔਰਤ ਦੇ ਮੱਥੇ ਨਹੀਂ ਲੱਗਣਾ ਬਾਹਰ ਪੂਰਾ ਪੈਰਾ ਲੱਗ ਗਿਆ ਉਹਦੇ ਵਿੱਚ ਹੀ ਸਵਾ ਮਹੀਨਾ ਰਹਿਣਾ ਉੱਥੇ ਹੀ ਉਹ ਹਵਨਕੁੰਡ ਹੈ ਲਗਾਤਾਰ ਚੰਡੀ ਦੀ ਵਾਰ ਦੇ ਜਾਪ ਚੱਲ ਰਹੇ ਨੇ ਤੇ ਉਹਦੇ ਉੱਤੇ ਘਿਓ ਪਾ ਪਾਇਆ ਜਾ ਰਿਹਾ ਹੈ ਸਮੱਗਰੀ ਪਾਈ ਜਾ ਰਹੀ ਹੈ ਤੇ ਸਵਾ ਮਹੀਨ ਚੰਡੀ ਦੀ ਵਾਰ ਦਾ ਪਾਠ ਜੇ ਕਦੇ ਤੁਸੀਂ ਕਰਕੇ ਦੇਖਿਆ ਹੋਵੇ ਨਾ ਇੱਕ ਵਾਰੀ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਤਲਬ ਨਮਸਕਾਰ ਹੈ ਬਾਰੰਬਾਰ ਯਾਰ ਉਹਨਾਂ ਨੇ ਜੋ ਕੁਛ ਉਹ ਚਿਤ ਰਿਆ ਨਾ ਉਹ ਜਿਹੜਾ ਤੁਹਾਨੂੰ ਮਤਲਬ ਜਾਨੀ ਮਰੇ ਬੰਦੇ ਨੂੰ ਖੜਾ ਕਰ ਦਿੰਦਾ ਬੰਦਾ ਹੋਵੇ ਸਹੀ ਇੱਕ ਵਾਰੀ ਉਹ ਪੜਿਆ ਹੋਇਆ ਤੇ ਮੇਰੀ ਤਾਂ ਸ਼ਬਦ ਨਾਲ ਮਤਲਬ ਸੱਚੀ ਮੁੱਚੀ ਜਿਹੜੀ ਆ ਬਹੁਤ ਬਹੁਤ ਮੈਂ ਅੰਦਰੋਂ ਬਹੁਤ ਸਤਕਾਰ ਕਰਦਾ ਹੂੰ ਤੇ ਸਵਾ ਮਹੀਨਾ ਉਹ ਸਾਰਾ ਕੁਝ ਕਰਕੇ ਹੂੰ ਤਾਂ ਬਾਅਦ ਚ ਸਾਧਗੁਰਾਂ ਨੇ ਸਾਰਿਆਂ ਨੂੰ ਮਾਲਾ ਉਗੜਵਾ ਉਹ ਦਿੱਤਾ ਕਿ ਜਦੋਂ ਮੈਂ ਆਇਆ ਨਾ ਹੂੰ ਤੇ ਮੈਨੂੰ ਮੋਢੇ ਤੇ ਆਇਆ ਹੱਥ ਮਾਰ ਕੇ ਕਹਿੰਦੇ ਇਸ ਤਰ੍ਹਾਂ ਕਰਕੇ ਮੇਰੇ ਕੋਲੇ ਕਹਿੰਦੇ ਅੱਜ ਤੋਂ ਬਾਅਦ ਤੇਰੇ ਅੱਗੇ ਕੋਈ ਨਾ ਅੜੂਗਾ ਨਹੀਂ ਅੱਛਾ ਇਹ 82 ਦੀ ਗੱਲ ਹੈ ਥਾਪੜਾ ਉਥੋਂ ਤੇ ਥਾਪੜਾ ਉਦੋਂ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਆਪਦੇ ਘਰ ਆ ਗਿਆ ਬਾਅਦ ਚ ਜਾਂਦੇ ਰਹੇ ਸੇਵਾ ਕਰਦੇ ਰਹੇ ਚੱਲਦਾ ਰਿਹਾ ਹਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਬਣਦਾ ਹੈ ਕਿ ਮੈਂ ਜਦੋਂ ਇਹ 85 86 ਚ ਜਾਣਾ ਦੁਬਾਰਾ ਉਥੇ ਹਾਂ ਹਾਲਾਤ ਜਿਆਦਾ ਪੰਜਾਬ ਦੇ ਖਰਾਬ ਹੋ ਗਏ ਹਾਂ ਉਸ ਵੇਲੇ 86 ਦੇ ਵਿੱਚ ਇੱਕ ਵੱਡੀ ਗੱਲ ਸਾਡੇ ਕੋਲ ਹਾਲਾਤ ਹਲੂਤ ਸੁਧਰ ਗਏ ਖੇਤੀ ਵਾਲੇ ਪੈਸੇ ਚਾਰ ਆ ਗਏ ਤੇ ਜਿਵੇਂ ਜੱਟਾਂ ਦੇ ਮੁੰਡੇ ਕਰਦੇ ਨੇ ਵੀ ਬੁਲਟ ਲੈ ਲਿਆ ਤੇ ਮਰੂਤੀ ਕਾਰ ਲੈ ਲਈ ਉਹ ਕਾਰ ਨੇ ਬਹੁਤ ਕੁਝ ਕੀਤਾ 206 ਨੰਬਰ ਜਿਹੜੀ ਉਹਨਾਂ ਦਿਨਾਂ 'ਚ ਵੱਡੀ ਗੱਲ ਸੀ ਮਰੂਤੀ ਕਾਰ ਜਿਹੜੀ ਸੀ ਹਾਂ ਉਹ ਤਾਂ ਉਸ ਵੇਲੇ ਹਾਂ 85 ਚ ਆਉਂਦੀ ਹੈ 86 ਦੇ ਵਿੱਚ ਉਹ ਦੂਜਾ ਮਾਡਲ ਆਉਂਦਾ ਜਿਹੜਾ ਉਹ ਕਾਰ ਹੈ ਤੇ ਉਹਦੇ ਕਰਕੇ ਕਾਫੀ ਨਾ ਆਲੇ ਦੁਆਲੇ ਮਤਲਬ ਕੰਨਾਂ ਨਾਲ ਯਾਰੀਆਂ ਦੋਸਤੀਆਂ ਇਹਦੇ ਕਰਕੇ ਪੈ ਪੂਗੀਆਂ ਠਾਣਿਆਂ ਠੂਣਿਆਂ ਚਾਉਣ ਜਾਣ ਕਿਸੇ ਐਸ ਐਚਓ ਨੇ ਲੈ ਜਾਣੀ ਕਦੇ ਇਹ ਹੁੰਦਾ ਹੀ ਆ ਆਮ ਬਾਈ ਜੀ ਮਨੂ ਸ਼ਰਮਾ ਹੁਣੀ ਜਾਣਦੇ ਨੇ ਇਹਦਾ ਸਾਰਾ ਕੁਝ ਤੁਸੀਂ ਵੀ ਜਾਣਦੇ ਹੋ ਹਾਂਜੀ ਤੇ ਇਹ ਭਾਈ ਉਹ ਇੱਕ ਕੀ ਕੀਤਾ ਕਿ ਜਿਹੜਾ ਹਥਿਆਰਾਂ ਦਾ ਸ਼ੌਕ ਸੀ ਉਹ ਪੂਰਾ ਕਰਨ ਲਈ 12 ਬੋਰ ਗਨ ਲਈ ਹਾਂ ਗਨ ਜਦੋਂ ਮੈਂ ਚੰਡੀਗੜ੍ਹੋਂ ਲੈਣ ਗਿਆ ਲਾਇਸੈਂਸ ਬਣਾ ਕੇ ਸਿੰਘ ਗਨ ਹਾਊਸ ਵਾਲਿਆਂ ਦੇੋਂ ਹਾਂ ਤਾਂ ਉੱਥੇ ਮੈਂ ਅੰਡਰਓਵਰ ਦੇਖੀ ਠੀਕ ਹੈ ਜੀ ਜਿਹੜੀ ਉਹ ਪਹਿਲਾਂ ਜਰਮਨ ਨੇ ਬਣਾਈ ਸੀ ਹਾਂ ਆਮ ਕਰਕੇ ਪੈਰਲਲ ਗਨ ਹੁੰਦੀ 12 ਬੋਰ ਹਾਂ ਔਰ ਉਹ ਅੰਡਰਓਵਰ ਫੁੱਲ ਚੋਕ ਇਹ ਨਾ ਜਿਹੜੀ ਪੈਰਲਲ ਗਨ ਤੁਸੀਂ ਕਦੇ ਦੇਖੋ ਉਹਦੇ 'ਚ ਨਾ ਚੀਚੀ ਦੋਏ ਬੈਰਲਾਂ 'ਚ ਪਾਈਏ ਠੀਕ ਹੈ ਜੀ ਇੱਕ 'ਚ ਤੇ ਚੀਚੀ ਥੋੜੀ ਜਿਹੀ ਫਸਮੀ ਜਾਊ ਇੱਕ 'ਚ ਖੁੱਲੀ ਠੀਕ ਹੈ ਉਹ ਇੱਕ ਚੋਕ ਹੁੰਦਾ ਹੈ ਇੱਕ ਸਿਲੰਡਰ ਹੁੰਦਾ ਹੈ ਠੀਕ ਹੈ ਉਹ ਜਿਹੜਾ ਸਿਲੰਡਰ ਹੈ ਉਹਦੇ ਵਿੱਚ ਇਹ ਜਿਹੜੇ ਆਪਣੇ ਨੰਬਰੀ ਰੌਂਦ ਨੇ ਇਹ ਤੇ ਦੋਹਾਂ ਚੋਂ ਚਲਾਓ ਪਰ ਜੇ ਬਾਲ ਚਲਾਉਣਾ ਹੈ ਜਿਹਦੇ ਨਾਲ ਸੂਰ ਮਾਰਿਆ ਜਾਂਦਾ ਹੈ ਤੇ ਉਹ ਸਿਲੰਡਰ ਚੋਂ ਹੀ ਚੱਲਣਾ ਇੱਕੋ ਹੀ ਬੈਰਲ ਚੋਂ ਦੂਈ ਚੋਂ ਨਹੀਂ ਚੱਲਦਾ ਠੀਕ ਹੈ ਜੀ ਤੇ ਜਿਹੜੀ ਚੋਕ ਹੈ ਇਹਦੀ ਮਾਰ ਥੋੜੀ ਦੂਰ ਹੁੰਦੀ ਹੈ ਸਿਲੰਡਰ ਦੀ ਘੱਟ ਹੁੰਦੀ ਹੈ ਠੀਕ ਹੈ ਜੀ ਤੇ ਉਹ ਅੰਡਰ ਓਵਰ ਜਿਹੜੀ ਸੀ ਨਾ ਉੱਪਰ ਥੱਲੇ ਬੈਰਲ ਹਾਂ ਉਹ ਸੋਹਣੀ ਬਹੁਤ ਲੱਗੇ ਤੇ ਮੇਰ ਸਿੰਘ ਐਂਡ ਸੰਜ ਦੀ ਬਣੀ ਹੋਈ ਠੀਕ ਹੈ ਮਹਿੰਗੀ ਬਹੁਤ ਉਹ ਦੂਈ ਜਿਹੜੀ ਉਹ 3000 ਦੀ ਹਾਂ ਇਹ ਉਦੋਂ ਮਤਲਬ 9500 ਦੀ ਹੂੰ ਮੈਂ ਕਿਹਾ ਵੀ ਨਹੀਂ ਯਾਰ ਗਨ ਤਾਂ ਹੀ ਲੈਣੀ ਹੈ ਇਹ ਦੋ ਚੀਜ਼ਾਂ ਮੈਂ ਬਹੁਤ ਵਾਰੀ ਇੱਕ ਉਹ ਕਾਰ ਤੇ ਇੱਕ ਇਹ ਗਨ ਇਹ ਮੈਂ ਲੈ ਕੇ ਭੈਣੀ ਸਾਹਿਬ ਗਿਆ ਹਾਂ ਇਸ ਉਸ ਵੇਲੇ ਉੱਥੇ ਸਿਕਿਉਰਟੀ ਦੀ ਵੀ ਲੋੜ ਸੀ ਹੋਰ ਵੀ ਬੜੀਆਂ ਗੱਲਾਂ ਸੀ ਤੇ ਮੈਂ ਤਾਂ ਇਉਂ ਗਿਆ ਨਹੀਂ ਸੀ ਜਿਸ ਤਰ੍ਹਾਂ ਫਿਰ ਬਾਅਦ ਚ ਉੱਥੋਂ ਆਇਆ ਜੋ ਕੁਝ ਬਣ ਕੇ ਤੇ ਇੱਕ ਸਿਕਿਉਰਟੀ ਤੇ ਡਰਾਈਵਰੀ ਆਉਂਦੀ ਸੀ ਦੋ ਚੀਜ਼ਾਂ ਹਾਂ ਇਹ ਕਰਨ ਵਾਸਤੇ ਗਿਆ ਸੀਗਾ ਤੇ ਇਹਨਾਂ ਦੇ ਨਾਲ ਆਲੇ ਦੁਆਲੇ ਥਾਣਿਆਂ ਚ ਹੋਰ ਕਿਤੇ ਹਾਂ ਵਾਵਾ ਉੱਥੇ ਗੱਲਬਾਤ ਮੇਰੀ ਹੋਣ ਲੱਗੀ ਠੀਕ ਹੈ ਜੀ ਸੁਖਵੀਰ ਸਿੰਘ ਵਿਰਕ ਹਾਂ ਚੌਂਕੀ ਇਨਚਾਰਜ ਸੀ ਕੂਮ ਦੇ ਠੀਕ ਹੈ ਜੀ ਮਾਝੇ ਦੇ ਅੰਮ੍ਰਿਤਸਰ ਜ਼ਿਲ੍ਹਾ ਹਾਂ ਤੇ ਆ ਬੜਾ ਲੰਮਾ ਲੰਜਾ ਤੇ ਐ ਸੌਲਾ ਰੰਗ ਮੁੱਛਾ ਮੱਛਾਂ ਬਹੁਤ ਸੋਹਣਾ ਸੱਚੀ ਮਿੱਤਰ ਨੇ ਹੁਣ ਵੀ ਆਪਣੇ ਰਿਟਾਇਰ ਹੋ ਗਏ ਹਾਂ ਉਹਨਾਂ ਨਾਲ ਇਹ ਜੀ ਆੜੀ ਪਈ ਕਿ ਮੇਰੇ ਤੋਂ ਪਹਿਲਾਂ ਜਿਹੜੇ ਇੱਥੇ ਭੈਣੀ ਸਾਹਿਬ ਆਗੂ ਸੀ ਆ ਉਹ 13 ਜਾਣੇ ਸੀ ਜਿਹੜੇ ਕੰਮ ਦੇਖਦੇ ਸੀ ਤੇ ਇੱਕ ਜ਼ਮੀਨ ਸੀ ਕਮਾਣੇ ਦੀ ਉਹਨਾਂ ਨੇ ਉਹ ਜ਼ਮੀਨ ਦਾ ਕਬਜ਼ਾ ਲੈਣਾ ਸੀ ਕਣਕ ਵੜਣੀ ਸੀ ਡੇਰੇ ਵਾਸਤੇ ਠੀਕ ਹੈ ਜੀ ਤੇ ਉਧਰ ਬੈਠਿਆਂ ਬੈਠਿਆਂ ਮੇਰੀ ਉਹ ਸੁਖਵੀਰ ਬੇਰਖ ਹੋਰਾਂ ਨਾਲ ਗੱਲ ਹੋਈ ਮੈਂ ਕਿਹਾ ਵੀ ਨਹੀਂ ਇਹ ਨਾ ਧੱਕਾ ਕਰ ਰਹੇ ਨੇ ਇਹ ਸਾਡੇ ਜਿਹੜੇ ਆਗੂ ਨੇ ਅੱਛਾ ਉਹ ਕਹਿੰਦਾ ਭਾਜੀ ਕੋਈ ਗੱਲ ਹੀ ਨਹੀਂ ਫਿਰ ਆਪਾਂ ਵੱਢਣੀ ਵਾਕਿਆ ਹੀ ਕਹਿੰਦਾ ਹੈ ਤਾਂ ਉਹ ਉਹਨਾਂ ਨੇ ਬੀਜੀ ਹੋਈ ਆ ਉਹ ਗਰੀਬ ਆਦਮੀ ਸੀ ਕੋਈ ਦੂਰ ਮੇਰੇ ਕੋ ਆਏ ਵੀ ਉਹ ਤੇ ਤੂੰ ਵੀ ਉੱਥੇ ਰਹਿਣਾ ਉਹ ਕਰਦਿਆਂ ਉਹ ਪਾਈ ਅੜ ਗਿਆ ਹਾਂ ਵਿਰਕ ਚੌਂਕੀ ਇੰਚਾਰਜ ਇਹਨਾਂ ਸਾਰਿਆਂ ਮੂਰੇ ਇਹਨਾਂ ਨੇ ਸਭ ਕੁਝ ਕਹਾ ਲਿਆ ਉਹਨੂੰ ਜਾ ਕੇ ਉਹਨਾਂ ਦੇ ਨਾਲ ਚ 2 ਲੱਖ ਰੁਪਈਆ ਵੀ ਉਹ ਕਹਿੰਦਾ ਨਾ ਨਾ ਬਾਬਾ ਜੀ 2 ਲੱਖ ਰੁਪਈਆ ਮੈਂ ਨਹੀਂ ਮੈਂ ਘਰ ਕਿਵੇਂ ਰੱਖੂੰ ਮੈਨੂੰ ਤੇ ਨੀਂਦ ਨਾ ਜੀ ਨਾ ਮੈਂ ਨਹੀਂ ਲੈਣੇ ਉਹ ਕਹਿੰਦੇ ਕਣਕ ਸਾਰੀ ਵੱਢ ਕੇ ਤੇਰੇ ਘਰੇ ਸੌੜ ਦਾਂਗੇ ਉਹ ਜੀ ਮੇਰੇ ਤੇ ਕੋਠੇ ਹੀ ਨਹੀਂ ਜੀ ਐਡੇ ਐਡੇ ਨਾ ਜੀ ਨਾ ਮੈਂ ਨਹੀਂ ਉਹਨੇ ਕਣਕ ਨਹੀਂ ਵੱਢਣ ਦਿੱਤੀ ਤੇ ਕਣਕ ਉਹ ਬੰਦੇ ਵੱਢ ਗਏ ਠੀਕ ਹੈ ਫਿਰ ਇਹਨਾਂ ਨੇ ਜਾ ਕੇ ਨਾ ਤੇਰਾ ਨੇ ਸਤਿਗੁਰੂ ਜਗਜੀਤ ਸਿੰਘ ਕੋਲੇ ਮੇਰੀ ਸ਼ਿਕਾਇਤ ਲਾਈ ਹੂੰ ਮੈਨੂੰ ਉੱਥੋਂ ਕਢਾਉਣ ਵਾਸਤੇ ਠੀਕ ਵੀ ਇਸ ਬੰਦੇ ਨੇ ਕੰਮ ਖਰਾਬ ਕੀਤਾ ਜੀ ਤੇ ਸਾਧਗੁਰ ਕਹਿੰਦੇ ਤੁਸੀਂ ਸਾਰੇ ਜਾਣੇ ਇੱਕ ਪਾਸੇ ਸੀ ਤੇ ਉਹ ਮੁੰਡਾ ਆਇਆ ਕੱਲ ਹਾਂ ਤੇ ਉਹ ਉਹਨੇ ਇਹ ਕੀਤਾ ਹਾਂ ਜੀ ਉਹਨੇ ਕਹਿੰਦੇ ਸਾਨੂੰ ਕਣਕ ਨਹੀਂ ਵੜਨ ਦਿੱਤੀ ਹੈਗੀ ਉਹਨੇ ਸਾਧਗੁਰ ਕਹਿੰਦੇ ਠੀਕ ਆ ਚਲੋ ਉਹਨੂੰ ਬੁਲਾਓ ਉਹਨੂੰ ਆ ਕੇ ਇਹ ਚਲੇਗਾ ਵੀ ਚਲੇ ਤਾਂ ਹੁਣ ਜਾਊਗਾ ਥੋੜੀ ਦੇਰ ਨੂੰ ਹੂੰ ਸਾਧਗੁਰਾਂ ਨੇ ਮੈਨੂੰ ਸੱਦ ਕੇ ਕਹਿੰਦੇ ਕਹਿੰਦੇ ਆਹ ਤੇਰੀ ਸ਼ਿਕਾਇਤ ਲਾ ਕੇ ਗਏ ਨੇ ਕੀਤਾ ਓ ਮੇਰਾ ਇਹ ਰਿਹਾ ਮਤਲਬ ਪਹਿਲਾਂ ਤੋਂ ਮੇਰੇ ਪਿਤਾ ਜੀ ਨੇ ਵੀ ਕਹਿ ਕੇ ਭੇਜਿਆ ਸੀ ਵੀ ਸਤਗੁਰੂ ਮਰੇ ਝੂਠ ਨਹੀਂ ਬੋਲਣਾ ਮੈਂ ਕਿਹਾ ਜੀ ਬਿਲਕੁਲ ਹਮ ਕੀਤਾ ਜੀ ਮਾਪ ਜੀ ਦੀ ਕਿਰਪਾ ਨਾਲ ਉਹਨੂੰ ਕਹਿੰਦੇ ਸੇਵਕ ਨੂੰ ਕਹਿੰਦੇ ਉਹਨਾਂ 13 ਤੋਂ ਫਿਰ ਕੀ ਕਰਾਉਣਾ ਇਹ ਇਕੱਲਾ ਰੱਖ ਲੈਨੇ ਅ ਅੱਛਾ ਵਾਹ ਫੈਸਲਾ ਜਦ ਹੀ ਹੋ ਗਿਆ ਕਹਿੰਦੇ ਉਹ 13 ਜਣਿਆਂ ਤੋਂ ਜਿਹੜੇ ਇਨੇਚਰ ਦੇ ਲੱਗੇ ਨੇ ਫਿਰ ਇਕੱਲਾ ਹੀ ਉਹਨਾਂ ਨੂੰ ਸੱਦ ਕੇ ਕਹਿੰਦੇ ਅੱਜ ਤੋਂ ਬਾਅਦ ਪੰਜਾਬ 'ਚ ਜਿਹੜਾ ਕੰਮ ਕਰਨਾ ਇਹਨੂੰ ਪੁੱਛ ਕੇ ਕਰ ਠੀਕ ਆ ਉਹ ਤਾਂ ਬੜਬੜ ਕਰਦੇ ਚਲੇਗੇ ਫਿਰ ਮੈਨੂੰ ਕਹਿੰਦੇ ਵੀ ਹੁਣ ਨਾ ਇਹ ਸਾਰੇ ਤੇਰੇ ਦੁਸ਼ਮਣ ਨੇ ਹਮ ਇਹਨਾਂ ਨੇ ਤੇਰਾ ਨਾ ਘੱਟ ਨਹੀਂ ਕਰਨੀ ਹਾਂ ਪਰ ਤੂੰ ਗੱਲ ਮੇਰੇ ਨਾਲ ਰੱਖਣੀ ਹੈ ਸਹੀ ਇਹ ਸਤਿਗੁਰੂ ਜਗਜੀਤ ਸਿੰਘ ਜੀ ਉਹ ਦਿੱਤਾ ਹੋਇਆ ਜਿਹੜਾ ਉਹਦਾ ਥਾਪੜਾ ਨਾ ਸਤਿਗੁਰੂ ਜਗਜੀਤ ਸਿੰਘ ਦਾ ਇਹ ਹੁਣ ਜਿੰਨੇ ਨੇ ਮੈਂ ਜਿਹੜਾ ਵੀ ਲਿਖਿਆ ਏਸੇ ਕਰਕੇ ਸਤਿਗੁਰੂ ਜਗਜੀਤ ਸਿੰਘ ਬਾਰੇ ਸਾਰੀ ਕਿਤਾਬ ਚ ਹਮ ਮੈਂ ਸਤਕਾਰ ਨਾਲ ਬੋਲਿਆ ਕੋਈ ਅਪਸ਼ਬਦ ਨਹੀਂ ਤੇ ਇਹਨਾਂ ਬਾਰੇ ਮਸੰਦਾਂ ਜਿੰਨਾਂ 'ਚ ਮੈਂ ਵੀ ਸ਼ਾਮਲ ਹੋ ਗਿਆ ਉਹਨਾਂ ਮਸੰਦਾਂ 'ਚ ਬਾਅਦ 'ਚ ਜਾ ਕੇ ਹਾਂ ਤਾਂ ਅਸਲ ਮਸੰਦੀ ਸੀ ਨਾ ਮਸੰਦ ਮਤਲਬ ਆਗੂ ਹੀ ਸੀ ਸਾਰੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੀ ਮਸੰਦਾਂ ਨੂੰ ਸਾੜਦੇ ਨੇ ਤਾਂ ਜਿਹੜੇ ਭਾਈ ਬੈਲੋ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਜਾਂਦੇ ਨੇ ਤੇ ਆਪਣੀਆਂ ਮਾਤਾਵਾਂ ਦੱਸਦੀਆਂ ਨੇ ਪੰਜਾਬ ਕੌਰ ਹੁਰੀ ਗੁਰੂ ਰਾਮ ਰਾਏ ਦੀਆਂ ਪਤਨੀਆਂ ਉਹਨਾਂ ਦੀਆਂ ਵੀ ਇਹਨਾਂ ਨੇ ਜਿਉਂਦਿਆਂ ਨੂੰ ਸਾੜਤਾ ਰਾਮ ਰਾਏ ਸਮਾਦੀ 'ਚ ਸੀਗੇ ਤੇ ਇਹਨਾਂ ਨੇ ਸਾਡੇ ਮਨਾ ਕਰਨ ਤੇ ਮਸੰਦਾਂ ਨੇ ਚੱਕ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜਤਾ ਤੇ ਗੁਰੂ ਗੋਬਿੰਦ ਸਿੰਘ ਤਾਂ ਫੈਸਲਾ ਲੈਂਦੇ ਨੇ ਵੀ ਇਹਨਾਂ ਨੂੰ ਵੀ ਜਿਉਂਦਿਆਂ ਨੂੰ ਸਾੜਿਆ ਜਾਵੇ ਨਹੀਂ ਤੇ ਬਹੁਤ ਕਹਿੰਦੇ ਨੇ ਕਿ ਕਿਵੇਂ ਯਾਰ ਇਹ ਬੜਾ ਗਲਤ ਸੀ ਐ ਸੀ ਪਰ ਉਹ ਪਿੱਛੇ ਕਿਸੇ ਨੂੰ ਪਤਾ ਨਹੀਂ ਵੀ ਹੋਇਆ ਕੀ ਇਤਿਹਾਸ ਕੀ ਸੀ ਤੇ ਭਾਈ ਬਹਿਲੋ ਜਿਹੜੇ ਆਪ ਇੱਕ ਮਸੰਦ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਜਾਂਦੇ ਨੇ ਤੇ ਉਹ ਨਾਲ ਖੜਦੇ ਨੇ ਇਸ ਕਰਕੇ ਸੋ ਇਹ ਸਾਰੇ ਮੈਂ ਮਸੰਦਾਂ ਦੇ ਬਾਰੇ ਲਗਾਤਾਰ ਇਹਦੇ ਵਿੱਚ ਲਿਖਿਆ ਉਹਨਾਂ ਦੀਆਂ ਕਰਤੂਤਾਂ ਜਿਹੜੀਆਂ ਮੈਂ ਮਾੜੇ ਕੰਮ ਕੀਤੇ ਉਹ ਵੀ ਲਿਖੇ ਪਰ ਮੈਂ ਸਤਿਗੁਰੂ ਜਗਜੀਤ ਸਿੰਘ ਬਾਰੇ ਨਹੀਂ ਲਿਖ ਸਕਦਾ ਉਹਨਾਂ ਨੇ ਉਹਨਾਂ ਦਾ ਜਿਹੜਾ ਉਹ ਥਾਪੜਾ ਸੀ ਉਹ ਮੇਰੇ ਨਾਲ ਰਿਹਾ ਜਿਸ ਕਰਕੇ ਇਹ ਮੇਰਾ ਕੁਝ ਵਿਗਾੜ ਨਹੀਂ ਸਕੇ ਵਿਗਾੜਨ ਦਾ ਕੀ ਹੈ ਕਿ ਇਹਨਾਂ 'ਚੋਂ ਲੜਨ ਵਾਲਾ ਸਿੱਧਾ ਕੋਈ ਵੀ ਨਹੀਂ ਵੀ ਅੱਖ ਚੱਕ ਪਾ ਕੇ ਕੋਈ ਵੀ ਲੜ ਲਵੇ ਇੱਕ ਵੀ ਹੈ ਨਹੀਂ ਸੁਪਾਰੀ ਸੁਪਾਰੀ ਦੇ ਸਕਦੇ ਨੇ ਸੁਪਾਰੀ ਦਿੰਦੇ ਨੇ ਉਹੀ ਕੁਝ ਹੁਣ ਉੱਥੇ ਚੱਲਦਾ ਹੈ ਮਾਤਾ ਚੰਦ ਕੌਰ ਵਰਗਾ ਜਿਹੜਾ ਇਹਨਾਂ ਨੇ ਵਾਲਾ ਕਲੰਕ ਲਵਾਇਆ ਨਾ ਉਹਨਾਂ ਦੇ ਮਰਡਰ ਵਾਲਾ ਉਹ ਉਸ ਉਹਨਾਂ ਦਿਨਾਂ 'ਚ ਜਦੋਂ ਅੱਗ ਵਰਦੀ ਸੀ ਉੱਥੇ ਨਹੀਂ ਅਸੀਂ ਕਿਵੇਂ ਵੀ ਕੀਤਾ ਕਿਸ ਤਰ੍ਹਾਂ ਵੀ ਕੀਤਾ ਸਤਿਗੁਰੂ ਦੀ ਕਿਰਪਾ ਨਾਲ ਉਹ ਮੁੰਡਿਆਂ ਨਾਲ ਰੱਖਿਆ ਖਾੜਕੂਆਂ ਨਾਲ ਰੱਖਿਆ ਪੁਲਿਸ ਨਾਲ ਸੀਆਰਪੀ ਜੋ ਮਰਜ਼ੀ ਕੀਤਾ ਸਿਕਿਉਰਿਟੀ ਕੀਤੀ ਪਰ ਇਹੋ ਜੀ ਗੱਲ ਉਦੋਂ ਨਹੀਂ ਵਾਪਰੀ ਜਿਹੜੀ ਹੁਣ ਸ਼ਾਂਤ ਸਮੇਂ ਦੇ ਵਿੱਚ ਅੰਦਰ ਆ ਕੇ ਮਾਤਾ ਚੰਦ ਕੌਰ ਨੂੰ ਗੋਲੀਆਂ ਮਾਰ ਕੇ ਮਾਰ ਕੇ ਉਹ ਆਹੀ ਇਹਨਾਂ ਦੀਆਂ ਸੁਪਾਰੀਆਂ ਦੇਣ ਦੇ ਜਿਹੜੇ ਚੱਕਰ ਉਹ ਨੇ ਮੈਂ ਹੁਣ ਇਹਨਾਂ ਤੋਂ ਡਰਦਾ ਹੀ ਇਸ ਕਰਕੇ ਨਹੀਂ ਵੀ ਮੈਨੂੰ ਤਾਂ ਪਤਾ ਹੈ ਵੀ ਮੈਨੂੰ ਇਹ ਥਾਪੜਾ ਮਿਲਿਆ ਤੇ ਇਹ ਜਿਹੜੇ ਗੱਲਾਂ ਕਰਦੇ ਨੇ ਮੈਂ ਇਹਨਾਂ ਬਾਰੇ ਵੀ ਜਾਣਦਾ ਵੀ ਸਤਿਗੁਰੂ ਜੀ ਇਹਨਾਂ ਬਾਰੇ ਕੀ ਕੀ ਕਹਿੰਦੇ ਹੁੰਦੇ ਸੀਗੇ ਇਸ ਕਰਕੇ ਭੈ ਜਿਹੜਾ ਉਹ ਪਹਿਲਾਂ ਤੋਂ ਨਿਕਲਿਆ ਹੋਇਆ ਤੇ ਹੁਣ ਹੋਇਆ ਇਹ ਹੈ ਕਿ ਜਦੋਂ ਭਾਰਤੀ ਸਿਹਤ ਅਕਾਡਮੀ ਦਾ ਮੈਨੂੰ ਪੁਰਸਕਾਰ ਮਿਲਿਆ ਇਹ ਸਤਿਗੁਰੂ ਜਗਜੀਤ ਸਿੰਘ ਜੀ ਬਾਰੇ ਨਾਂ ਲਿਖਣ ਦੀ ਜਿਹੜੀ ਗੱਲ ਹੈ ਕਿ ਮੇਰੀ ਆਪਣੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਦਿੱਲੀ ਹੂੰ ਤੇ ਉਹ ਨਾਮਧਾਰੀ ਪਰਿਵਾਰ ਚੋਂ ਨੇ ਉਹਨਾਂ ਨਾਲ ਮੇਰੀ ਕੋਈ ਗੱਲ ਹੋ ਰਹੀ ਆ ਉਹ ਨਾਮ ਤੋਂ ਬਾਅਦ ਹੂੰ ਤੇ ਉਹ ਵਧਾਈਆਂ ਵਧੂਈਆਂ ਚੱਲ ਰਹੀਆਂ ਤੇ ਮੈਂ ਕਹਿੰਨਾ ਵੀ ਸਤਿਗੁਰੂ ਜੀ ਦੀ ਕਿਰਪਾ ਹੋਈ ਜਿਵੇਂ ਸਾਡਾ ਇੱਕ ਨਾਮਧਾਰੀ ਸ਼ਬਦਾਵਲੀ ਹੈ ਹੂੰ ਵੀ ਬਖਸ਼ਿਸ਼ ਕੀਤੀ ਉਹਨਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਸੀ ਤੇ ਉਸ ਤੋਂ ਬਾਅਦ ਮੈਨੂੰ ਫੋਨ ਉਹਨਾਂ ਦਾ ਆਉਂਦਾ ਵੀ ਆਹਾ ਸਤਿਗੁਰੂ ਉਦੇ ਸਿੰਘ ਜਿਹੜੇ ਅਸ ਵੇਲੇ ਗੱਦੀ ਤੇ ਨੇ ਵੀ ਉਹਨਾਂ ਉਹ ਹੁਕਮ ਕਰਨਗੇ ਹੂੰ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਉਹ ਪੁਰਸਕਾਰ ਮਿਲਣ ਦੀ ਤੇ ਸ਼ਾਬਾਸ਼ੇ ਦਿੱਤੀ ਤੇ ਹੁਣ ਇਹ ਇਹ ਅੱਜ ਮੈਂ ਗੱਲ ਅੱਜ ਦੱਸ ਰਿਹਾ ਮੈਂ ਕੀਤੀ ਨਹੀਂ ਹੈਗੀ ਕਿਉਂਕਿ ਹਾਂ ਤੁਸੀਂ ਕਰ ਲਓਗੇ ਮੈਨੂੰ ਹਾਂ ਨਹੀਂ ਨਹੀਂ ਉਹ ਮੈਨੂੰ ਕੋਈ ਰਹਿ ਨਾ ਜਾਵੇ ਮੈਂ ਉਹ ਕਸਾ ਜ਼ਰੂਰ ਸੁਣਨਾ ਹੈ ਨਾ ਜਿਹਦੇ ਚ ਉਹ ਰੌਂਦ ਵੀ ਆਪ ਪ੍ਰੋਵਾਈਡ ਕਰਾ ਰਹੇ ਹਨ ਉਹਨਾਂ ਨੂੰ ਵੀ ਕੋਈ ਨਹੀਂ ਜੇ ਨਹੀਂ ਉਹ ਕਿਵੇਂ ਹੈ ਉਹ ਕੀ ਸਾਰੀ ਗੱਲ ਕੀ ਸੀਗੀ ਤੁਹਾਨੂੰ ਮਾਰ ਕੱਲ ਇਹ ਸੀ ਵੀ ਇਹ ਜਿਹੜੇ ਬੰਦੇ ਉੱਥੇ ਸਾਰੇ ਰਹਿੰਦੇ ਸੀ ਜਿਵੇਂ ਮੈਂ ਦੱਸਿਆ ਕਿ ਸਾਹਮਣੇ ਆ ਕੇ ਕੋਈ ਲੜਨ ਵਾਲਾ ਨਹੀਂ ਸੀ ਮੇਰੇ ਨਾਲ ਨਹੀਂ ਕਿਸੇ ਨਾਲ ਵੀ ਨਹੀਂ ਲੜ ਸਕਦੇ ਸੀ ਇਹ ਹੂੰ ਤੇ ਐਂ ਹੀ ਕੋਈ ਉਧਰੋਂ ਬੰਦੇ ਲੈ ਲੈ ਕੋਈ ਉਧਰੋਂ ਬੰਦੇ ਲੈ ਲੈ ਹੂੰ ਇਹੋ ਜਿਹਾ ਕਰਕੇ ਉਹ ਮੁੰਡੇ ਤਿਆਰ ਕਰ ਲੇ ਹੂੰ ਵੀ ਤੁਸੀਂ ਮਾਰਨਾ ਤੇ ਪੈਸੇ ਪੂਸੇ ਦੇਤੇ ਉਹ ਪਤੰਦਰ ਖਰੀਦ ਲਿਆਏ ਜਾ ਕੇ ਜਿਹੜਾ ਰਵਾਲਵਰ ਲਿਆ ਉਹਨਾਂ ਨੇ 38 ਬੋਰ ਠੀਕ ਹੈ ਜੀ .38 .38 ਜਿਹੜਾ ਤਰੀ ਹਾਂ ਤੇ ਉਹ ਉਹ ਉਹਨਾਂ ਨੂੰ ਉਹਦੇ ਕਾਰਤੂਸ ਨਾ ਮਿਲਣ ਹਾਂ ਤੇ ਮੇਰਾ ਇਹ ਸੀ ਕਿ ਮੈਂ ਤਾਂ ਉਦੋਂ ਜਿੰਨੇ ਆਲੇ ਦੁਆਲੇ ਦੇ ਮੁਨਚੀ ਸੀ ਪੁਲਿਸ ਵਾਲੇ ਹੁੰਦੇ ਸੀ ਜੇ ਉਹਨਾਂ ਨੂੰ ਵੀ ਕਾਰਤੂਸ ਨਹੀਂ ਸੀ ਮਿਲਦੇ ਤਾਂ ਉਹਨਾਂ ਨੂੰ ਵੀ ਪ੍ਰਬੰਧ ਕਰਕੇ ਦਿੰਦਾ ਸੀ ਹੂੰ ਕਈ ਵਾਰੀ ਉਹਨਾਂ ਨੂੰ 12 ਬੋਰ ਦੀ ਆਮ ਸਮੱਸਿਆ ਹੁੰਦੀ ਸੀ ਹਾਂ ਕਈ ਅਫਸਰਾਂ ਨੇ ਸ਼ਿਕਾਰ ਖੇਡਣਾ ਹੁੰਦਾ ਸੀ ਮੁਨਚੀ ਵਾਸਤੇ ਬੜਾ ਔਖਾ ਸੀ ਤੇ ਉਹ ਇਹ ਜੇ ਮੈਂ ਇਹ ਜੀਆਂ ਗੱਲਾਂ ਆਮ ਕਰਦਾ ਰਹਿੰਦਾ ਸੀ ਕਿਉਂਕਿ ਸਰਕਾਰ ਨੇ ਬਾਹਰੋਂ ਜਿਹੜਾ ਵੈਪਨ ਆਉਣੇ ਸੀਗੇ ਉਹਦੇ ਤੇ ਪਾਬੰਦੀ ਸੀ ਤੇ ਜਿਹੜਾ ਅਸਲਾ ਸੀ ਆ ਆਉਂਦਾ ਸੀ ਇਮਿਊਸ਼ਨ ਜਿਹੜਾ ਹੈਗਾ ਇਹ ਆਉਂਦੀ ਸੀ ਗੋਲੀ ਸਿਕਾ ਲੇਕਿਨ ਇਹ ਕੁਝ ਜਿਹੜੇ ਸੀ ਡੀਲਰ ਉਹੀ ਮਗਾਉਂਦੇ ਸੀ ਆਗਰੇ ਦਾ ਇੱਕ ਗਨ ਹਾਊਸ ਵਾਲਾ ਸੀ ਜਿਹਦੇ ਕੋਲੇ ਸਾਰੇ ਤਰ੍ਹਾਂ ਦੇ ਕਾਰਤੂਸ ਆਉਂਦੇ ਸੀ ਅਸੀਂ ਕੀ ਕਰਦੇ ਸਸਤੀਆਂ ਜਿਹੜੀਆਂ ਰਾਈਫਲਸ ਸੀਗੀਆਂ ਨਾ ਆਊਟ ਬੋਰ ਜਿਹੜੀਆਂ ਇਹਤੇ ਚੜ ਜਾਂਦੀਆਂ ਨੇ ਨੌਨ ਪਰਹੈਪਟਡ ਹੁੰਦੀਆਂ ਨੇ ਪਰ ਉਹ ਆਊਟ ਬੋਰ ਨੇ ਉਹਨਾਂ ਦੀ ਹੁਣ ਕਾਰਤੂਸ ਨਹੀਂ ਮਿਲਦਾ ਉਹ ਬਹੁਤ ਸਸਤੀਆਂ ਲੋਕਾਂ ਦੇ ਘਰਾਂ ਚ ਡੰਡਿਆਂ ਵਾਂਗੂ ਪਈਆਂ ਹੁੰਦੀਆਂ ਇੱਕ ਇੱਕ ਦੋ ਦੋ ਕਾਰਤੂਸ ਹੁੰਦੇ ਉਹਨਾਂ ਨਾਲ ਉਹ ਖਰੀਦ ਲੈਂਦੇ ਸੀ ਤੇ ਉਹ ਆਗਰੇ ਵਾਲੇ ਕੋਲੋਂ ਮੰਗਾ ਲੈਂਦੇ ਸੀ ਤੇ 38 ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਤੇ ਆਮ ਉਹਨਾਂ ਨੂੰ ਮੈਂ ਪ੍ਰਬੰਧ ਕਰਕੇ ਉਹ ਕਾਰਤੂਸ ਜਿਹੜੇ ਸੀ 38 ਅੱਛਾ ਮੇਰੇ ਕੋਲੇ ਆ ਗਏ ਹਾਂ ਮੈਨੂੰ ਹੀ ਮਾਰਨਾ ਹੈ ਮੈਨੂੰ ਹੀ ਆ ਗਏ ਕਹਿੰਦੇ ਵੀ ਅਸੀਂ ਆ ਲੈ ਲਿਆ ਤੇ ਅਕਸਰ ਆਸਲਾ ਹੁਸਲਾ ਦਿਖਾਉਣ ਮੈਨੂੰ ਆ ਜਾਂਦੇ ਸੀ ਮੁੰਡੇ ਹਾਂ ਤੇ ਹੁਣ ਵੀ ਮੇਰੇ ਨਾ ਫੋਨ ਦੇ ਉੱਤੇ ਆ ਜਾਂਦਾ ਉਦੋਂ ਅਜੇ ਵੀ ਸਰਸੇ ਵੱਲੋਂ ਭਈਆ ਭਾਜੀ 315 ਬੋਰ ਖਰੀਦੀ ਆ 30 ਖਰੀਦੀ ਐ 89000 ਦੀ ਆਈ ਫਲਾਣਾ ਮਾਡਲ ਐ 6 ਫਾਇਰ ਕਰਕੇ ਵੇਖ ਲੇ ਗਿੱਬੀ ਵੀ ਦੇਣ ਦੀ ਲੋੜ ਨਹੀਂ ਪਈ ਇਹੋ ਜੀਆਂ ਗੱਲਾਂ ਤੇ ਉਦੋਂ ਵੀ ਮੈਨੂੰ ਕਹਿੰਦੇ ਆਏ ਮੈਂ ਕਿਹਾ ਵੀ ਅੱਛਾ ਹੈ ਰਵਲਵਰ ਅੱਛਾ ਤੇ ਬਸ ਕਾਰਤੂਸ ਨਹੀਂ ਮਿਲਦੇ ਉਹ ਪ੍ਰਬੰਧ ਤੁਸੀਂ ਕਰਕੇ ਦਿਓ ਠੀਕ ਹੈ ਤੇ ਉਹ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਰ ਦਿੰਨਾ ਉਹ ਮੈਂ ਕਰ ਦੇਣਾ ਸੀਗਾ ਉਸੇ ਦੌਰਾਨ ਕਿਤੇ ਉਹ ਫੜੇ ਗਏ ਪਤੰਦਰ ਜੇਲ ਜੂਲ ਚ ਗਏ ਉਦੋਂ ਬਾਅਦ ਆ ਕੇ ਉਹਨਾਂ ਚੋਂ ਮੈਨੂੰ ਇੱਕ ਨੇ ਦੱਸਿਆ ਹਾਂ ਵੀ ਉਹ ਜਿਹੜੇ ਸੀ ਨਾ ਕਾਰਤੂਸ ਤੁਹਾਨੂੰ ਅਸੀਂ ਕਹਿੰਦੇ ਸੀ ਉਹ ਤੁਹਾਨੂੰ ਹੀ ਮਾਰਨਾ ਸੀ ਉਹਦੇ ਵਾਸਤੇ ਮੰਗਦੇ ਸੀ ਇਹੋ ਜੀਆਂ ਇੱਕ ਕਿਸਮਤ ਹੈ ਇਹ ਕਿਸਮਤ ਹੈ ਇਹ ਇਹ ਚਮਤਕਾਰ ਨੇ ਜਿਹੜੇ ਮੈਂ ਸਮਝਦਾ ਬਹੁਤ ਹੋਏ ਨੇ ਜ਼ਿੰਦਗੀ ਦੇ ਵਿੱਚ ਉਹ ਆ ਹੁਣ ਕੋਈ ਵੀ ਜਿਵੇਂ ਤੁਸੀਂ ਵੀ ਕਹਿੰਦੇ ਹੋ ਵੀ ਉਹਨੂੰ ਪ੍ਰਮਾਤਮਾ ਕਿਸਮਤ ਸ਼ਕਤੀ ਕੋਈ ਕੁਝ ਜੋ ਮਰਜ਼ੀ ਦੇ ਦੋ ਪਰ ਕੁਝ ਹੈ ਜ਼ਿੰਦਗੀ 'ਚ ਜਿਹੜਾ ਹਮੇਸ਼ਾ ਮੁਸੀਬਤਾਂ ਦੇ ਵਿੱਚੋਂ ਕੱਢ ਕੇ ਲੈ ਆਉਂਦਾ ਬਈ ਉਹ ਬਿਲਕੁਲ ਜਦੋਂ ਡੀਐਸਪੀ ਸੀਗੇ ਪੰਨੂ ਸਾਹਿਬ ਸੀਗੇ ਡੀਐਸਪੀ ਹੂੰ ਜਦੋਂ ਆਕੇ ਤੁਹਾਨੂੰ ਕਹਿੰਦੇ ਆ ਵੀ ਹਾਂ ਉਹ ਇਹ ਤਾਂ ਪਹਿਲੀ ਮਰੇ ਪਿਆ ਇਹ ਹੋਣੀ ਤੇ ਕਨਵਿੰਸ ਹੋਏ ਤੁਸੀਂ ਜ਼ਿੰਦਗੀ ਚ ਮੈਨੂੰ ਲੱਗਦਾ ਸਾਰੀ ਕਿਤਾਬ ਚ ਇੱਕ ਬੰਦੇ ਤੋਂ ਜਿਹੜਾ ਤੁਹਾਨੂੰ ਆਉਂਦਾ ਥੋਡੇ ਕੋਲੇ ਬਿਲਕੁਲ ਜ਼ਿਆਦਾਤਰ ਪਾਵਰ ਥੋਡੇ ਕੋਲੇ ਆ ਹਾਂਜੀ ਕਹਦਾ ਹੈ ਨਾ ਵੀ ਜਦੋਂ ਤੁਸੀਂ ਦੇਖਦੇ ਹੋ ਵੀ ਕਿਸੇ ਬੰਦੇ ਕੋਲੇ ਜਾਣੇ ਹੋ ਉਹਨੂੰ ਚਾਰ ਲਾਫਜ਼ ਕਹਿਣੇ ਉਹ ਮੰਨੇ ਜਾਂਦਾ ਬਿਲਕੁਲ ਪਰ ਇੱਕ ਥਾਂ ਤੇ ਆ ਕੇ ਇੱਕ ਬੰਦਾ ਜਿਹੜਾ ਗੱਲ ਚ ਤੁਹਾਨੂੰ ਪ੍ਰਭਾਵਿਤ ਕਰ ਲੈਂਦਾ ਉਹ ਕਰ ਲੈ ਉਸੇ ਡੀਐਸਪੀ ਪੰਨੂ ਸਾਹਿਬ ਉਹ ਜਿਹੜਾ ਨਾ ਹਾਂ ਉਹ ਮੈਂ ਇਸ ਹਵਾਲੇ ਨਾਲ ਹਮੇਸ਼ਾ ਹੀ ਉਹ ਗੱਲ ਕਰਦਾ ਹੁੰਦਾ ਹਾਂ ਕਿ ਮੈਂ ਗੱਲ ਦੀ ਬਹੁਤ ਕਦਰ ਕਰਦਾ ਹਾਂ ਕੋਈ ਬੰਦਾ ਗੱਲ ਕਹਿ ਦਵੇ ਸਹੀ ਹਾਂ ਮੈਂ ਉਹ ਉਹਦੀ ਮੇਰੇ ਅੰਦਰ ਕਦਰ ਬਹੁਤ ਹੈ ਇਹ ਪ੍ਰਾਣੇ ਜਿਹੜੇ ਸਾਡੇ ਬਜ਼ੁਰਗ ਹੋਏ ਨਾ ਪੰਚਾਇਤੀ ਇਹ ਉਹਨਾਂ ਤੋਂ ਗੱਲਾਂ ਆਉਂਦੀਆਂ ਨੇ ਬਹੁਤ ਸਾਰੀਆਂ ਮੈਂ ਇੱਕ ਨਾ ਸ਼ਬਦ ਜਿਹੜਾ ਇਹਦੀ ਸ਼ਕਤੀ ਮੈਨੂੰ ਪਤਾ ਸੀ ਬਹੁਤ ਪਹਿਲਾਂ ਪੜ੍ਹੀ ਹੂੰ ਔਰ ਇਹ ਮੈਂ ਮਹਾਭਾਰਤ ਚੋ ਵੀ ਪੜੀ ਤੇ ਰਮਾਇਣ ਚੋ ਪੜੀ ਸ਼ਬਦ ਦੀ ਸ਼ਕਤੀ ਹੁੰਦੀ ਕੀ ਹੈ ਹੂੰ ਮੰਨ ਲਓ ਵੀ ਉਹੀ ਗੱਲ ਤੇ ਮ ਆਉਣਾ ਹਾਂਜੀ ਹਾਂਜੀ ਸੁਗਰੀਵ ਰਾਮਚੰਦਰ ਜੀ ਕੋਲੇ ਆਉਂਦਾ ਹੈ ਹੂੰ ਤੇ ਆ ਕੇ ਕਹਿੰਦਾ ਜੀ ਮੇਰੇ ਭਰਾ ਨੇ ਬਾਲੀ ਨੇ ਮੇਰਾ ਰਾਜ ਭਾਗ ਵੀ ਖੋ ਲਿਆ ਘਰ ਵਾਲੀ ਵੀ ਖੋਲੀ ਹੂੰ ਤੇ ਉਹ ਰਾਮਚੰਦਰ ਜੀ ਉਹਨੂੰ ਮਾਰਦੇ ਨੇ ਬਾਣ ਤੇ ਮਾਰ ਦਿੰਦੇ ਨੇ ਹੂੰ ਤੇ ਸੋ ਗਰੀਬ ਜਾਂਦਾ ਨਹੀਂ ਮੈਂ ਪਹਿਲਾਂ ਜੀ ਮਾਤਾ ਸੀਤਾ ਨੂੰ ਆਪਾਂ ਲੱਭਣਾ ਹੈ ਜੀ ਪਹਿਲਾਂ ਇਹ ਕਰਨਾ ਹੈ ਉਹ ਕਹਿੰਦੇ ਕੋਈ ਨਹੀਂ ਤੂੰ ਰਾਜ ਭਾਗ ਸੰਭਾਲ ਇਹ ਕੰਮ ਵੀ ਕਰਨਾ ਉਸ ਤੋਂ ਬਾਅਦ ਕਰੇ ਪਰ ਧਿਆਨ ਰੱਖੀਏ ਭੁੱਲੀ ਨਾ ਨਹੀਂ ਜੀ ਨਹੀਂ ਮੈਂ ਜਾਂਦਾ ਹੀ ਐ ਕਰੂੰ ਜਿਵੇਂ ਉਹ ਆਪਣੇ ਕਰਦੇ ਹੁੰਦੇ ਨੇ ਪਰ ਜਿੱਦਣ ਉਹ ਜਾ ਕੇ ਰਾਜ ਸਤਾ ਸੰਭਾਲ ਲੈਂਦਾ ਤੇ ਸਤਾ ਆਪਣਾ ਰੰਗ ਦਿਖਾਉਂਦੀ ਹੈ ਉਹ ਉਸੇ ਭੋਗ ਵਿਲਾਸ ਚ ਹੋ ਜਾਂਦਾ ਉੱਥੇ ਹੀ ਖੋ ਜਾਂਦਾ ਉਹਨੂੰ ਕੋਈ ਸਮਝੇ ਨਹੀਂ ਲੱਗਦੀ ਵੀ ਕੁਝ ਹੋਰ ਵੀ ਦੁਨੀਆ ਤੇ ਕੰਮ ਹੈ ਯਮੇ ਸਾਡੇ ਵਾਲਿਆਂ ਨੂੰ ਅੱਜ ਤੱਕ ਨਹੀਂ ਲੱਗਦੀ ਸਾਰੇ ਜਿੰਨੇ ਹੁੰਦੇ ਨੇ ਪਹਿਲਾਂ ਤਾਂ ਲੋਕਾਂ ਨੂੰ ਬਥੇਰਾ ਕੁਝ ਕਹਿ ਕੇ ਜਾਂਦੇ ਨੇ ਬਈ ਉਹ ਉਹ ਵੀ ਕਹਿ ਕੇ ਗਿਆ ਸੀ ਮੈਂ ਜਾਂਦੇ ਨਹੀਂ ਜੀ ਐਸਐਸਪੀ ਨੂੰ ਕਹਿ ਦੇਣਾ ਮੈਂ ਐਸਐਚਓ ਨੂੰ ਇੱਧਰ ਭੇਜ ਦੇਣਾ ਜੀ ਆਹ ਪਾਸੇ ਆਇਆ ਜਾਊ ਜੀ ਇੱਕ ਪੁਲਿਸ ਪਾਰਟੀ ਇੱਧਰ ਮਾਤਾ ਸੀਤਾ ਨੂੰ ਲੱਭ ਲੈਣਾ ਸਭ ਪੁੱਲ ਗਿਆ ਸਨੇਹੇ ਭੇਜੇ ਜਾ ਰਹੇ ਨੇ ਰਾਮ ਜੀ ਸਨੇਹੇ ਭੇਜਦੇ ਨੇ ਹਾਂ ਜੀ ਆਉਣਾ ਜੀ ਕਰਦਾ ਜੀ ਕਿਹਾ ਹੋਇਆ ਇਹ ਹੈ 4 ਮਹੀਨੇ ਨਹੀਂ ਆਇਆ ਉਹ ਬੰਦਾ ਸੁਗਰੀਬ ਇੱਕ ਦਿਨ ਫਿਰ ਰਾਮਚੰਦਰ ਜੀ ਲక్ష్మణ ਨੂੰ ਭੇਜਦੇ ਨੇ ਵੀ ਉਹਨੂੰ ਕੁਛ ਨਹੀਂ ਖੜਨਾ ਨਹੀਂ ਬੈਠਣਾ ਨਹੀਂ ਕੋਈ ਗੱਲ ਨਹੀਂ ਕਰਨੀ ਕੋਈ ਚਾਹ ਪਾਣੀ ਨਹੀਂ ਪੀਣਾ ਉਹਦਾ ਆ ਇੱਕ ਗੱਲ ਕਹਿ ਕੇ ਉਹਨੂੰ ਮੁੜਿਆਉਣਾ ਠੀਕ ਹੈ ਤੇ ਲక్ష్మణ ਜੀ ਜਾਂਦੇ ਨੇ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਲੱਗਦਾ ਕਰਨ ਉਹ ਮਾਨ ਤਾਣ ਗਿਆ ਉਹ ਕਹਿੰਦੇ ਬਸ ਮੈਂ ਤੈਨੂੰ ਇੱਕ ਗੱਲ ਕਹਿਣਾ ਆ ਉਹ ਸੁਣ ਲੈ ਸੁਨੇਹਾ ਉਹ ਕਹਿੰਦਾ RAM ਜੀ ਨੇ ਕਿਹਾ ਭਈ ਜਿਹੜੇ ਬਾਣਾ ਨਾਲ ਮੈਂ ਬਾਲੀ ਮਾਰਿਆ ਸੀ ਨਾ ਉਹ ਬਾਣ ਅਜੇ ਵੀ ਮੇਰੇ ਕੋਲੇ ਹੈਗੇ ਨੇ ਇੰਨੀ ਗੱਲ ਕਹਿ ਕੇ ਹਾਂ ਲక్ష్మణ ਜੀ ਬਈ ਉਹ रामचंद्र ਜੀ ਦਾ ਇਹ ਸਨੇਹਾ ਵੀ ਜਿਹੜੇ ਬਾਣਾ ਨਾਮ ਹੈ ਬਾਲੀ ਮਾਰਿਆ ਸੀ ਉਹ ਅਜੇ ਵੀ ਮੇਰੇ ਕੋਲੇ ਹੈਗੇ ਨੇ ਲక్ష్మణ ਜੀ ਤਾਂ ਬਾਅਦ ਚ ਪਹੁੰਚਦੇ ਨੇ रामचंद्र ਜੀ ਕੋਲੇ ਕਿਉਂਕਿ ਉਹਨਾਂ ਨੂੰ ਤਾਂ ਰਹਾ ਦਾ ਬਹੁਤਾ ਪਤਾ ਨਹੀਂ ਤੇ ਸੁਗਰੀਬ ਜਿਹੜਾ ਉਹ ਸ਼ਾਰਟਕਟ ਸਿੱਧਾ ਆ ਰਾਮ ਜੀ ਕੋਲੇ ਪਹਿਲਾਂ ਬੈਠਾ ਉਹਨਾਂ ਤੋਂ ਅੱਛਾ ਉਥੋਂ ਇਸ ਜੀਆਂ ਬਹੁਤ ਗੱਲਾਂ ਨੇ ਮਹਾਭਾਰਤ ਚ ਜਿੱਥੋਂ ਮੈਨੂੰ ਆਉਂਦਾ ਵੀ ਇਹ ਸ਼ਬਦ ਚ ਯਾਰ ਸ਼ਕਤੀ ਬਹੁਤ ਹੁੰਦੀ ਹੈ ਬਹੁਤ ਹੈ ਬਹੁਤ ਹੈ ਤੁਹਾਨੂੰ ਇਹ ਗੱਲ ਕਰਨੀ ਆਉਂਦੀ ਹੋਵੇ ਉਹ ਪੰਨੂ ਦੀ ਗੱਲ ਤੋਂ ਜਿਹੜੇ ਪੰਨੂ ਸਾਹਿਬ ਨਾ ਹੁਣ ਐਸਪੀ ਰਿਟਾਇਰ ਹੋਏ ਨੇ ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋ ਜਾਂਦੀ ਆ ਮੈਂ ਤਾਂ ਬਾਈ ਸੌਰੀ ਮੈਂ ਤਾਂ ਉਹ ਸੀਨ ਦੇਖ ਕੇ ਹੀ ਹੈਰਾਨ ਆ ਜਿਹੜਾ ਤੁਸੀਂ ਚਿਤਵਿਆ ਵੀ ਐ ਕਿਲੋ 2-3 ਕਿਲੋਮੀਟਰ ਤੱਕ ਤੁਹਾਡੇ ਬੰਦੇ ਖੜੇ ਆ ਸਾਰਿਆਂ ਕੋਲੇ ਅਸਲੇ ਆ ਉਹ ਫਾਇਰ ਹੋਈ ਜਾਂਦੇ ਆ ਹੋਈ ਜਾਂਦੇ ਨੇ ਹੈਨਾ ਹਾਂ ਤੇ ਜਿੱਧਰ ਦੇਖੋ ਫਾਇਰਿੰਗ ਆ ਪੋਰਸ ਆਏ ਜੀਪ ਨੂੰ ਚੁੰਬੜੀ ਪਈ ਆ ਵੀ ਕਿਤੇ ਮਾਰ ਨਾ ਦੇਣ ਅੱਜ ਹਾਂ ਤੇ ਉੱਥੇ ਇੱਕ ਬੰਦਾ ਆਉਂਦਾ ਹੁਣ ਇਹ ਸ਼ਬਦ ਦੀ ਡਾਇਲੌਗ ਦੀ ਤਾਕਤ ਦੇਖੋ ਇਹਦੀ ਡਾਇਲੌਗ ਦੀ ਹੈਨਾ ਉਹ ਆਉਂਦਾ ਹੈ ਉਹ ਤੁਹਾਨੂੰ ਡੋਗ ਲੈਣਾ ਕਹਿੰਦਾ ਇਹ ਬਾਈ ਮੈਂ ਤਾਂ ਬਰਸਰਵਲ ਦਾ ਹਾਂ ਕਤਲ ਦੇਖੇ ਵੀ ਬਹੁਤ ਆ ਤੇ ਹੋ ਸਕਦਾ ਕਿ ਤੇ ਵੀ ਹੋ ਹਾਂ ਜਿੱਤੇ ਵੀ ਆਏ ਹਾਏ ਉਹ ਅਸੇ ਘਰ ਦਲਵਾਰ ਸਿੰਘ ਪੰਨੂ ਵਾਕਿਆ ਹੈਨਾ ਉਥੇ ਜਾਂਦਾ ਵੀ ਡਾਇਲੌਗ ਕੀ ਆ ਉਹ ਇਨਸੀਡੈਂਟ ਕੀ ਸੀ ਸਾਰਾ ਕੀ ਸੀ ਜੇ ਛੋਟੇ ਇਨਸੀਡੈਂਟ ਇਹ ਸੀ ਕਿ ਜਿਸ ਤਰ੍ਹਾਂ ਹੁਣ ਵੀ ਇਹ ਹੈ ਨਾ ਕਿ ਸਤਗੁਰੂ ਦੇ ਸਿੰਘ ਤੇ ਉਹਨਾਂ ਦੇ ਭਰਾ ਜਿਹੜੇ ਨੇ ਵੱਡੇ ਨੇ ਠਾਕੁਰ ਦਲੀਪ ਸਿੰਘ ਉਹਨਾਂ ਦਾ ਚੱਲਦਾ ਹੈ ਤੇ ਐਵੇਂ ਸਤਗੁਰੂ ਜਗਜੀਤ ਸਿੰਘ ਤੇ ਮਹਾਰਾਜ ਵੀਰ ਸਿੰਘ ਜਿਹੜੇ ਉਹਨਾਂ ਦੇ ਛੋਟੇ ਭਰਾ ਸੀ ਉਹਨਾਂ ਦੇ ਵਿੱਚ ਇਹੋ ਹੀ ਝਗੜਾ ਚੱਲ ਰਿਹਾ ਸੀ ਹਾਂਜੀ ਤੇ ਉਹ ਜਿਹੜਾ ਆਪਾਂ ਥੋੜਾ ਜਿਹਾ ਵਿੱਚ ਬ੍ਰੇਕ ਲੈਣਾ ਪੈ ਗਿਆ ਤੇ ਉਹ ਇਨਸੀਡੈਂਟ ਸੀਗਾ ਜਿਹਦੇ ਵਿੱਚ ਆਪਾਂ ਡੀਐਸਪੀ ਪੰਨੂ ਹੁੰਦੇ ਆ ਤੇ ਉਹ ਤੋਂ ਪਹਿਲਾਂ ਕੀ ਹੋਇਆ ਵੀ ਉਹ ਦੋਨਾਂ ਤਰ੍ਹਾਂ ਦੀ ਆਪਸ ਦੇ ਵਿੱਚ ਹਾਂ ਉਹ ਸੀਗੀ ਹਾਂ ਉਹਨਾਂ ਦੇ ਛੋਟੇ ਭਰਾ ਮਹਾਰਾਜ ਵੀਰ ਸਿੰਘ ਜਿਹੜੇ ਸਤਗੁਰੂ ਜਗਜੀਤ ਸਿੰਘ ਦੇ ਛੋਟੇ ਭਰਾ ਸੀ ਹੂੰ ਉਸ ਦਿਨ ਇਹ ਸੀ ਕਿ ਉਹਨਾਂ ਨੇ ਉਹ ਬੀੜ ਗੁਰੂ ਕਾ ਦੇ ਵਿੱਚ ਹੂੰ ਗੱਦੀ ਦਾ ਐਲਾਨ ਕਰਨ ਆਉਣਾ ਸੀਗਾ ਕਿ ਸਤਗੁਰੂ ਜਗਜੀਤ ਸਿੰਘ ਨੂੰ ਗੱਦੀ ਨਹੀਂ ਮਿਲੀ ਹੈਗੀ ਹੂੰ ਇਹ ਜਿਹੜੀ ਗੱਦੀ ਹੈ ਜਿਹੜੀ ਉੱਥੇ ਸੂਚਨਾਵਾਂ ਪਹੁੰਚੀਆਂ ਵੀ ਇਹ ਮਹਾਰਾਜ ਵੀਰ ਸਿੰਘ ਨੇ ਕਹਣਾ ਵੀ ਮੈਂ ਆ ਇਸ ਗੱਦੀ ਦੇ ਉੱਤੇ ਠੀਕ ਹੈ ਜੀ ਹੁਣ ਇਹ ਗੱਲ ਕਿਸੇ ਤਰ੍ਹਾਂ ਵੀ ਨਹੀਂ ਮੰਨੀ ਜਾ ਸਕਦੀ ਇਹ ਥਾਂ ਤੇ ਜਾ ਕੇ ਹਾਂ ਤੇ ਅਸੀਂ ਭੈਣੀ ਸਾਹਿਬ ਨੂੰ ਸਾਰੀ ਤਿਆਰੀ ਕਰਕੇ ਉਹ ਮੈਂ ਦੇਖ ਰਿਹਾ ਸੀਗਾ ਸਾਰੇ ਕਾਸੇ ਨੂੰ ਜਿਵੇਂ ਤੁਸੀਂ ਪੜਦੇ ਹੋ ਹਾਂ ਉੱਥੇ ਪਹੁੰਚੇ ਉਹਨਾਂ ਤੋਂ 2 ਦਿਨ ਪਹਿਲਾਂ ਪਹੁੰਚੇ ਜਿੱਦਣ ਦਾ ਉਹਨਾਂ ਨੇ ਮਿਥਿਆ ਹੋਇਆ ਸੀਗਾ ਜਾ ਕੇ ਸਾਰਿਆਂ ਨੂੰ ਐਸਐਸਪੀ ਇਹ ਉਮਰਾਨੰਗਲ ਹੁਣੀ ਹੁੰਦੇ ਸੀਗੇ ਉਹਨਾਂ ਨੂੰ ਮਿਲੇ ਉਹ ਉਥੇ 144 ਲਾ ਦਿੱਤੀ ਗਈ ਅਫਸਰ ਆ ਕੇ ਬਹਿ ਗਏ ਐਸਡੀਐਮ ਤਹਿਸੀਲਦਾਰ ਹਾਂ ਤੇ ਪੂਰਾ ਇਹਨਾਂ ਨੂੰ ਉਹਨਾਂ ਨੂੰ ਇਹ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਉਹਨੇ ਆਉਣਾ ਨਹੀਂ ਮਹਾਰਾਜ ਵੀਰ ਸਿੰਘ ਨੇ ਆਉਣਾ ਨਹੀਂ ਜਦੋਂ ਹੁਣ 44 ਲੱਗ ਗਈ ਇੰਨਾ ਪੁਲਿਸ ਦਾ ਹੈ ਹਾਂ ਉਹ ਮੈਂ ਅਸੀਂ ਸਾਰੇ ਜਾਣਦੇ ਸੀ ਕਿ ਮਹਾਰਾਜ ਵੀਰ ਸਿੰਘ ਨੇ ਹਰ ਹਾਲਤ ਚੋਂ ਠੀਕ ਹੈ ਕਿਉਂਕਿ ਉਹ ਰਾਜਨੀਤਿਕ ਜਿੰਨੀ ਸ਼ਕਤੀ ਸੀ ਨਾਮਤਾਰੀਆਂ ਦੀ ਉਹ ਉਹਨਾਂ ਕੋਲੇ ਹੁੰਦੀ ਸੀ ਸਤਿਗੁਰੂ ਜਗਜੀਤ ਸਿੰਘ ਕੋਲੇ ਧਰਮ ਸੀ ਸਾਰਾ ਤੇ ਵੀ ਉਹਨਾਂ ਨੇ ਆਉਣਾ ਹੀ ਹੈ ਆਰਥਿਕ ਤੇ ਰਾਜਨੀਤਿਕ ਸ਼ਕਤੀ ਉਹਨਾਂ ਕੋਲ ਆਰਥਿਕ ਵੀ ਉਹਨਾਂ ਕੋਲੇ ਸੀਗੀ ਇਹ ਵੀ ਉਹਨਾਂ ਕੋਲੇ ਸੀਗੀ ਉਹ ਰੌਲਾ ਹੀ ਅਸਲ ਚੇ ਸੀ ਜਦੋਂ ਹੌਲੀ ਹੌਲੀ ਨਵੇਂ ਬੰਦੇ ਆਉਣ ਲੱਗੇ ਮੈਂ ਹੰਸਪਾਲ ਜੀ ਨੂੰ ਐਮਪੀ ਬਣਾਇਆ ਗਿਆ ਹੋਰ ਉਹਨਾਂ ਨੂੰ ਲੱਗਿਆ ਕਿ ਮੇਰੇ ਹੱਥੋਂ ਇਹ ਰਾਜਨੀਤਿਕ ਸ਼ਕਤੀ ਜਾ ਰਹੀ ਹੈ ਤਾਂ ਇਹ ਰੌਲੇ ਜਿਹੜੇ ਉਹ ਪੈਣ ਲੱਗੇ ਠੀਕ ਹੈ ਜੀ ਔਰ ਜਦੋਂ ਉੱਥੇ ਬੀੜ ਚ ਜਾ ਕੇ ਇਹ ਸਾਰਾ ਹੋਇਆ ਪ੍ਰਬੰਧ ਅਸੀਂ ਕਰ ਲਿਆ ਤੇ ਮੈਂ ਇਸ ਤਰ੍ਹਾਂ ਕੀਤਾ ਵੀ ਜਿੰਨੇ ਸਾਡੇ ਬੰਦੇ ਸੀ ਬੰਦੂਕਾਂ ਵਾਲੇ ਹੂੰ ਉਹ ਸਾਰੀਆਂ ਪਰਾਲੀ ਦੇ ਢੇਰ ਟੂਰ ਸੀਗੇ ਹੂੰ ਉਹਦੇ ਵਿੱਚ ਲੁਕਾ ਕੇ ਉਹ ਪਰਨੇਪੁਰ ਨੇ ਬੰਨ ਕੇ ਕੰਮਕੁਮ ਕਰਦੇ ਫਿਰ ਰਹੇ ਸੀ ਪੁਲਿਸ ਨੂੰ ਲੱਗਿਆ ਵੀ ਇਹਨਾਂ ਕੋਲੇ ਆਹੀ ਜਿਹੜੇ ਇਹਨਾਂ ਦੇ ਵਾਲੇ ਦੁਆਲੇ ਪੰਜ-ਸੱਤ ਬੰਦੇ ਨੇ ਇਹੀ ਨੇ ਬੰਦੂਕਾਂ ਤੁਸੀਂ ਪਹਿਲਾਂ ਹੀ ਉਹ ਪਿੰਡ ਦੇ ਵਿੱਚ ਬੰਦੇ ਥਾਂ-ਥਾਂ ਲੁਕਾ ਥਾਂ-ਥਾਂ ਪਹਿਲਾਂ ਹੀ ਲੁਕਾਦੇ ਠੀਕ ਪੂਰੇ ਉਹਦਾ ਪੁਲਿਸ ਨੂੰ ਬਣੀ ਪਤਾ ਹਾਂ ਵੀ ਉਹ ਉਹਨਾਂ ਨੂੰ ਇਹ ਵੀ ਅਸੀਂ ਕਰ ਰਹੇ ਹਾਂ ਅਸੀਂ ਰੋਕਣਾ ਹੈ ਟਰੋਡ ਕਿੰਨੇ ਏਰੀਆ 'ਚ ਤੁਹਾਡੇ ਬੰਦੇ ਸੀ ਉਦੋਂ ਉਹ ਤੇ ਉਹ ਜਿਹੜੀ ਆ 1125 ਏਕੜ ਹਾਂ ਜ਼ਮੀਨ ਹੈ ਸਾਰੀ ਜਿਹੜੀ ਮਹਾਰਾਜਾ ਨਾਬਾ ਨੇ ਮੱਥਾ ਟੇਕੀ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਤੇ ਉਹ 10 10 20 20 ਕਿੱਲੇ ਦੇ ਕੇ ਨਾਮਤਾਰੀ ਉੱਥੇ ਬਿਠਾਏ ਹੋਏ ਹੂੰ ਤੇ ਉਹਨੂੰ ਜਿਹੜੇ ਸੀ ਉਹ ਚਾਰ ਰਾਹ ਸੀ ਹੂੰ ਚਾਰਾਂ ਰਾਹਾਂ ਦੇ ਉੱਤੇ ਗੱਡੀਆਂ ਖੜੀਆਂ ਸੀ ਹੂੰ ਸਾਡੀਆਂ ਜਿਹੜੇ ਉਗਰਾਹੀ ਕਰਨ ਵਾਲੇ ਟਰੱਕ ਵਗੈਰਾ ਸੀਗੇ ਹੂੰ ਉਹ ਖੜਾਏ ਹੋਏ ਸੀ ਉਹ ਵੀ ਪਰਨੇ ਪੁਰਨੇ ਬੰਨ ਕੇ ਵਿੱਚ ਬੈਠੇ ਸੀ ਇਹ ਨਹੀਂ ਸੀ ਵੀ ਇਹ ਨਾਮਤਾਰੀ ਨੇ ਹੂੰ ਉਹਨਾਂ ਕੋਲੇ ਮੋਬਾਈਲ ਉਦੋਂ ਬਿਲਕੁਲ ਉਦਣ ਦੋ ਦਿਨ ਪਹਿਲਾਂ ਆਚਾਰ ਮੋਬਾਈਲ ਖਰੀਦੇ ਸੀ ਉਦੋਂ ਮੋਬਾਈਲ ਆਇਆ ਆਇਆ ਸੀ 98 ਦੀ ਗੱਲ ਹੈ ਠੀਕ ਹੈ ਇਹ ਤਾਂ ਪੈਂਦੇ ਹੋਣੇ ਕੋਈ 40000 ਰੁਪਏ ਸੋ ਉਹਨਾਂ ਦੇ ਬਹੁਤ ਬਹੁਤ ਤੇ ਉਹ ਸਾਰੇ ਮਤਲਬ ਮੈਨੂੰ ਜਿਹੜੇ ਉੱਥੋਂ ਸੀ ਉਹ ਦੱਸ ਰਹੇ ਸੀ ਮੈਂ ਸੈਂਟਰ ਦੇ ਵਿੱਚ ਮੇਰਾ ਡੇਰਾ ਸੀ ਗੱਲ ਆਇਆ ਹੋਇਆ ਸਾਰੇ ਉੱਥੇ ਹੀ ਪੁਲਿਸ ਵਾਲੇ ਅਫਸਰ ਸਾਰੇ ਮੇਰੇ ਕੋਲੇ ਬਾਕੀ ਉਹਨਾਂ ਨੇ ਲਾਏ ਹੋਏ ਸੀਗੇ ਆਲੇ ਦੁਆਲੇ ਜਿਹੜੇ ਸੀ ਫੋਰਸ ਜਿਹੜੀ ਸੀ ਅੱਛਾ ਜੀ ਔਰ ਉਹ ਸਮਾਂ ਆ ਗਿਆ ਹੂੰ ਤੇ ਮੈਂ ਉਹਨਾਂ ਨੂੰ ਜਿਹੜੇ ਮੇਰੇ ਕੋਲ ਬੈਠੇ ਸੀ ਇਹ ਇਹਨਾਂ ਨੂੰ ਕਿਹਾ ਵੀ ਮਹਾਰਾਜ ਵੀਰ ਸਿੰਘ ਐਸ ਪਾਸਿਓਂ ਐਂਟਰ ਹੋ ਗਏ ਉਹ ਕਹਿੰਦੇ ਪੁਲਿਸ ਨੂੰ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਉਸ ਵੇਲੇ ਉਹਨਾਂ ਨੇ ਦੱਸਿਆ ਇਹ ਜਿਹੜੇ ਆਪਣੇ ਮਾਲ ਸਿੰਘ ਪੁੱਲਰ ਹੋਰਾਂ ਦੇ ਦਮਾਦ ਡੀਐਸਪੀ ਇੱਕ ਵੈਸੇ ਆਏ ਹੋਏ ਸੀ ਉਹ ਸੰਗਰੂਰ ਹੁੰਦੇ ਸੀਗੇ ਡੀਐਸਪੀ ਡੀ ਉਹ ਆਏ ਹੋਏ ਸੀ ਇਹਨਾਂ ਦਾ ਬੇਟਾ ਵੀ ਆਇਆ ਹੋਇਆ ਸੀ ਮੇਰੇ ਕੋਲੇ ਵੈਸੇ ਤੇ ਉਹ ਕਹਿੰਦੇ ਵੀ ਇਹ ਇਹਨਾਂ ਦਾ ਪ੍ਰਬੰਧ ਬਹੁਤ ਹੈ ਇਨਫਾਰਮੇਸ਼ਨ ਜਿਹੜੀ ਆ ਨਾ ਸਰਪੰਚ ਸਾਹਿਬ ਨੇ ਬਹੁਤ ਉਹ ਲੈ ਰਹੇ ਨੇ ਤੇ ਇਹਨਾਂ ਇਹਨਾਂ ਦੀ ਗੱਲ ਸਹੀ ਹੈ ਤੇ ਉਦੋਂ ਨੂੰ ਉਹ ਆ ਗਏ ਹਮ ਮਹਾਰਾਜ ਵੀਰ ਸਿੰਘ ਉਹਨਾਂ ਦੀਆਂ ਉਹ ਤਿੰਨ ਗੱਡੀਆਂ ਹਮ ਸਾਰਿਆਂ ਕੋਲੇ ਅੰਦਰ ਅਸਲੇ ਤੇ ਮਹਾਰਾਜ ਵੀਰ ਸਿੰਘ ਖੁਦ ਜਿਹੜਾ ਇੱਕ ਪਿਸਟਲ ਲੈ ਕੇ ਇਸ ਤਰ੍ਹਾਂ ਉਹ ਪਿੱਛੇ ਵਿਚਾਲੀ ਸੀ ਪਿਛਲੀ ਸੀਟ ਤੇ ਬੈਠੇ ਹਮ ਪੁਲਿਸ ਵਾਲੇ ਉਹਨਾਂ ਨੂੰ ਰੋਕ ਰਹੇ ਨੇ ਹਾਂ ਵੀ ਰੁਕੋ ਰੁਕੋ ਉਹ ਰੁਕਦੇ ਨਹੀਂ ਤੇ ਅਚਾਨਕ ਉਹ ਦੇਖਦੇ ਨੇ ਵੀ ਇਹ ਨਾਮਤਾਰੀ ਜਿਹੜੇ ਇੰਨੇ ਇਹ ਕਿੱਥੋਂ ਨਿਕਲ ਆਏ ਹਾਂ ਤੇ ਉਦੋਂ ਤੱਕ ਤੁਸੀਂ ਕਿੰਨੇ ਬੰਦੇ ਹੋ ਜਾਂਦੇ ਜੋ ਜੀਪ ਦੇਖ ਲੈਨੇ ਹੋ ਉਦੋਂ ਤੱਕ ਹਾਂ ਉਦੋਂ ਤੱਕ ਉੱਥੇ ਮੇਰਾ ਖਿਆਲ 60 70 ਬੰਦੇ ਬੰਦੂਕਾਂ ਮਦਾਕਾਂ ਵਾਲੇ ਤੇ ਦੂਜੇ ਸਾਰੇ ਵਾਲੇ ਵਾਲੇ ਘੇਰਾ ਪੈ ਜਾਂਦਾ ਠੀਕ ਹੈ ਇੱਕਦਮ ਜਿਹੜੇ ਪੁਲਿਸ ਵਾਲੇ ਅਫਸਰ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ ਹਾਂ ਤੇ ਉਹ ਇਨਸਪੈਕਟਰ ਭੁੱਲਾ ਸਿੰਘ ਵਰਗੇ ਤੇ ਸਾਰੇ ਆਪ ਐਸਐਲਰਾਂ ਫੜ ਕੇ ਉਹਨਾਂ ਦੀ ਗੱਡੀ ਘੇਰ ਲੈਂਦੇ ਨੇ ਤੇ ਸਾਡੇ ਬੰਦਿਆਂ ਵੱਲ ਉਹਨਾਂ ਨੇ ਤਾਲੀਆਂ ਹੁੰਦੀਆਂ ਨੇ ਵੀ ਇਹ ਗੱਡੀ ਦੇ ਨੇੜੇ ਨਹੀਂ ਆਉਣਾ ਤੇ ਸਾਡਾ ਇਹ ਉਦੋਂ ਪਹਿਲਾਂ ਕੀਤਾ ਹੋਇਆ ਸੀਗਾ ਪੇਸ਼ ਹੋ ਕੇ ਅਫਸਰਾਂ ਕੋਲੇ ਵੀ ਆ ਜੀ ਜੇ ਉਹ ਇੱਥੇ ਆ ਗਏ ਅਸੀਂ ਉਹਨਾਂ ਨੂੰ ਮਾਰਨਾ ਆਹ ਬੰਦਿਆਂ ਦੇ ਨਾਮ ਲੈ ਲਓ ਇਹਨਾਂ ਤੇ ਪਰਚਾ ਦੇ ਲਓ ਤੇ ਮੇਰੇ ਤੇ 120 ਬੀ ਦਾ ਦੇਣਾ ਤਾਂ ਉਹ ਦੇ ਲੋ ਤੇ ਜੇ ਉਹ ਆਗੇ ਅਸੀਂ ਨਹੀਂ ਉਹਨਾਂ ਨੂੰ ਮੁੜਨ ਨਹੀਂ ਦੇਣਾ ਇਹ ਚਾਈ ਲਿਖਿਆ ਤੁਸੀਂ ਕਹਿੰਦੇ ਵੀ ਮੈਂ ਪਤਾ ਨਹੀਂ ਕਿਹੜੇ ਅਫਸਰ ਕੋਲੇ ਤੁਸੀਂ ਪੇਸ਼ ਹੋ ਹਾਂ ਵੀ ਆ ਦੋ ਬੰਦੇ ਮਾਰਨਗੇ ਇਹ ਮਾਰਨਗੇ ਇਹ ਬਾਅਦ ਚ ਜਿਹੜਾ ਇੰਨਾ ਤੇ ਕਿਸਦਰਜ ਪਹਿਲਾਂ ਕਰਨਾ ਬਾਅਦ ਚ ਕਰਨਾ ਛੱਡੀ ਮਾਰਜੀ 120 ਵੀ ਸਾਜ਼ਿਸ਼ ਰਚਦਾ ਜਿਹੜਾ ਹਾਂ ਉਹ ਮੇਰੇ ਤੇ ਉਹ ਮੇਰੇ ਤੇ ਕਰ ਹਾਂ ਇਹ ਇਹ ਗੱਲ ਕਹੀ ਹੋਈ ਆ ਔਰ ਸਾਡਾ ਹੈ ਵੀ ਐ ਸੀ ਵੀ ਨਹੀਂ ਮੁੜਨ ਦੇਣਾ ਅੱਛਾ ਫੇਰ ਅਸੀਂ ਅਸੀਂ ਬਿਲਕੁਲ ਉਹਨਾਂ ਨੂੰ ਮਾਰਨ ਵਾਸਤੇ ਗਏ ਸੀ ਹਾਂ ਪੁਲਸਰ ਚ ਬੜ ਗਈ ਉਹਨੂੰ ਪੁਲਸ ਉਹਨਾਂ ਨੂੰ ਆਲੇ-ਦਾਲੇ ਗੱਟੀਆਂ ਕਿਥੋਂ ਨਹੀਂ ਮਤਲਬ ਗੋਲੀ ਤੇ ਜਿਹੜੇ ਸਾਡੇ ਮੁੰਡੇ ਨੇ ਹਾਂ ਉਹ ਆਲੇ-ਦਾਲੇ ਫੈਰ ਵੀ ਹੋ ਰਹੇ ਨੇ ਤੇ ਉਹਨਾਂ ਨੂੰ ਗਾਲਾਂ ਵੀ ਕੱਢ ਰਹੇ ਨੇ ਤੇ ਐਦਾਂ ਹੱਥ ਵੀ ਮਾਰ ਰਹੇ ਨੇ ਵੀ ਨਿਕਲ ਬਾਹਰ ਹਾਂ ਹੁਣ ਉਹ ਜਿਹੜਾ ਇੱਕ ਵੱਡੀ ਸ਼ਖਸੀਅਤ ਹੈ ਮਹਾਰਾਜ ਵੀਰ ਸਿੰਘ ਹਾਂ ਕਦੇ ਰਜੀਵ ગાંધી ਜਦੋਂ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਫੋਨ ਕਰਦੇ ਨੇ ਫੋਨ ਆਉਂਦਾ ਵੀ ਪ੍ਰਧਾਨ ਮੰਤਰੀ ਨੇ ਗੱਲ ਕਰਨੀ ਤੁਹਾਡੇ ਨਾਲ ਠੀਕ ਤੇ ਮੂਹਰੇੋਂ ਜਵਾਬ ਇਹ ਮਿਲਦਾ ਕਿ ਮਹਾਰਾਜ ਵੀਰ ਸਿੰਘ ਅਜੇ ਟੱਬ ਬਾਥ ਲੈ ਰਹੇ ਨੇ ਤੇ 15 ਮਿੰਟ ਨੂੰ ਗੱਲ ਕਰਿਓ ਮਤਲਬ ਇਹ ਸ਼ਖਸ਼ੀਅਤ ਹੈ ਹਮ ਉਹਨਾਂ ਦੀ ਇਹ ਹਾਈਟ ਹੈ ਪੋਲੀਟੀਕਲ ਤੌਰ ਤੇ ਵੀ ਤੇ ਨਾਮਤਾਰੀ ਪੰਥ ਦੇ ਵਿੱਚ ਵੀ ਵਿਦਵਾਨ ਦੇ ਤੌਰ ਤੇ ਮਰਯਾਦਾ ਵਾਲੇ ਕਠੜ ਜਿਹੜੇ ਨਾਮਤਾਰੀ ਉਹਨਾਂ ਦੇ ਤੌਰ ਤੇ ਵੀ ਪੂਰੀ ਤੇ ਹੁਣ ਉਹ ਸੋਚ ਵੀ ਨਹੀਂ ਸਕਦੇ ਵੀ ਇਹ ਕੱਲ ਦੇ ਜਿਹੜੇ ਮੁੰਡੂ ਨੇ ਇਹ ਮੈਨੂੰ ਐਂ ਬੋਲਣਗੇ ਹਮ ਇਹ ਗਾਲਾਂ ਕੱਢਣਗੇ ਇਹ ਆਹ ਹਾਲ ਕਰਨਗੇ ਹਮ ਤੇ ਇਸ ਇਹ ਉਹਨਾਂ ਦਾ ਇਹ ਹੋ ਗਿਆ ਕਿ ਉਹਨਾਂ ਸਾਰਿਆਂ ਨੇ ਜਿੰਨੇ ਹਥਿਆਰ ਨੇ ਉਹ ਆਪਣੀਆਂ ਸੀਟਾਂ ਦੇ ਥੱਲੇ ਦੇਣ ਲੱਗ ਗਏ ਹਮ ਮਹਾਰਾਜ ਵੀਰ ਸਿੰਘ ਜੀ ਨੇ ਵੀ ਹਥਿਆਰ ਥੱਲੇ ਰੱਖ ਲਿਆ ਤੇ ਵੇਖਿਆ ਵੀ ਇਹ ਤਾਂ ਸਾਰੀ ਬਾਜੀ ਪਲਟ ਰਹੀ ਹੈ ਉਹਨਾਂ ਨੂੰ ਆਸ ਹੀ ਨਹੀਂ ਸੀ ਵੀ ਸਾਨੂੰ ਇਸ ਤਰ੍ਹਾਂ ਕੋਈ ਕਰੂਗਾ ਅਸ ਤਾਂ ਜਾਣਿਆ ਕਰਕੇ ਮੁੜਿਆ ਆਉਣਾ ਮੇਰੇ ਸਾਹਮਣੇ ਕਿਹਨੇ ਆਉਣਾ ਤੇ ਪੁਲਿਸ ਵਾਲਿਆਂ ਨੇ ਜਦੋਂ ਨਾ ਐਂ ਦੇਖਿਆ ਵੀ ਇਹਦੀਆਂ ਗੱਡੀਆਂ ਅਸੀਂ ਬਾਹਰ ਲੰਘਾਇਆ ਹੀਏ ਹਾਂ ਤੇ ਉਹਨਾਂ ਨੇ ਜਦੋਂ ਗਾਹਾਂ ਨਿਗਾਹ ਮਾਰੀ ਤੇ ਉਹਨਾਂ ਨੂੰ ਤੇ ਉਦੋਂ ਪਤਾ ਲੱਗਿਆ ਵੀ ਜਿਹੜੇ ਉਹ ਬੈਠੇ ਬਰਸੀਮ ਜਿਹਾ ਵੱਢਦੇ ਸੀ ਤੇ ਉਹ ਕਹੀ ਜੀ ਲਈ ਫਿਰਦਾ ਸੀ ਤੇ ਉਹ ਉੱਥੇ ਸਾਰਾ ਕੁਝ ਛਿੱਟ ਕੇ ਉੱਪਰ ਪਰਾਲੀ ਚੋਂ ਬੰਦੂਕਾਂ ਲਿਆਏ ਤੇ ਉਹ ਖੜੇ ਨੇ ਤੇ ਹਾਂ ਕਿਲੋਮੀਟਰ ਬ ਹੈਗਾ ਤੇ ਉੱਥੋਂ ਤੱਕ ਅਸੀਂ ਲਿਜਾ ਨਹੀਂ ਸਕਦੇ ਪਰ ਉਹ ਹੌਲੀ ਹੌਲੀ ਉਹ ਜੂੰ ਦੀ ਤੋਰ ਤੁਰਦੇ ਨੇ ਤੇ ਇਸ ਦੌਰਾਨ ਫਿਰ ਆਉਂਦੇ ਨੇ ਡੀਐਸਪੀ ਦਲਬਾਗ ਸਿੰਘ ਪੰਨੂ ਪੁਲਿਸ ਨੂੰ ਉਦੋਂ ਤੱਕ ਪਤਾ ਲੱਗਿਆ ਵੀ ਅਸੀਂ ਲਿਜਾ ਨਹੀਂ ਸਕਦੇ ਅਸੀਂ ਕਹੀ ਜਾਂਦੇ ਆ ਵੀ ਅਸੀਂ ਨਹੀਂ ਇਹ ਇਹ ਮਾਰਨਾ ਹੈ ਹਾਂ ਤੇ ਦਲਬਾਗ ਸਿੰਘ ਪੰਨੂ ਮੈਨੂੰ ਆ ਕੇ ਕਹਿੰਦੇ ਵੀ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਹਾਂ ਮੈਂ ਆ ਮੇਰਾ ਜ਼ਿਲ੍ਹਾ ਅੰਮ੍ਰਿਤਸਰ ਆ ਤੁਸੀਂ ਭੈਣੀ ਸਾਹਿਬ ਦੇ ਉਦੋਂ ਸਰਪੰਚ ਸੀ ਉਦੋਂ ਮੈਂ ਭੈਣੀ ਸਾਹਿਬ ਸਰਪੰਚ ਸੀਗਾ ਹਾਂ ਜ਼ਿਲ੍ਹਾ ਅੰਮ੍ਰਿਤਸਰ ਹੈ ਹਾਂ ਤੇ ਮੈਂ ਕਤਲ ਵੇਖੇ ਵੀ ਬੜੇ ਨੇ ਹੋ ਸਕਦਾ ਉਹ ਕੀਤੇ ਵੀ ਹੋਣ ਹੂੰ ਤੇ ਮੈਂ ਮੈਨੂੰ ਪਤਾ ਵੀ ਤੁਸੀਂ ਉਹਨੂੰ ਨਹੀਂ ਛੱਡਣਾ ਹਾਂ ਮਾਰਨਾ ਅਸੀਂ ਪਰੇ ਹੋ ਜਾਂਦੇ ਹਾਂ ਤੁਸੀਂ ਮਾਰ ਲਓ ਪਰ ਮੇਰੀ ਇੱਕ ਗੱਲ ਹੈ ਹਾਂ ਕਿ ਇਹ ਉਹ ਮਹਾਰਾਜ ਵੀਰ ਸਿੰਘ ਨਹੀਂ ਹੈਗਾ ਇਹ ਉਹ ਬੰਦੇ ਨਹੀਂ ਜਿਹੜੇ ਆਏ ਸੀ ਪਿਸਤੌਲ ਲੈ ਕੇ ਫੜ ਕੇ ਜਿਹੜੇ ਫੜ ਕੇ ਪਿਸਤੌਲ ਲੈ ਕੇ ਸੀ ਹਾਂ ਹੁਣ ਉਹਨਾਂ ਨੇ ਹਥਿਆਰ ਜਿਹੜੇ ਨੇ ਨਾ ਉਹਨਾਂ ਨੇ ਕੋਈ ਹੋਰ ਸ਼ਬਦ ਵਰਤਿਆ ਵੀ ਆਪਣੀ ਉਹ ਥੱਲੇ ਜਿਵੇਂ ਦਿੱਤੇ ਸੀ ਉਹ ਦੇਲੇ ਸਾਰਿਆਂ ਨੇ ਹਾਂ ਤੇ ਇਹ ਅਰਥੀਆਂ ਨੇ ਹੂੰ ਤੁਸੀਂ ਵੇਖ ਲਓ ਵੀ ਅਰਥੀਆਂ ਨਾਲ ਜੇ ਕੋ ਕਰਨਾ ਵੀ ਮੈਂ ਇਹ ਆ ਵੀ ਮਰਦ ਜਿਹੜੇ ਨੇ ਉਹ ਅਰਥੀਆਂ ਨਹੀਂ ਡੱਕਦੇ ਹੁੰਦੇ ਇਹ ਗੱਲ ਤੇ ਮੈਂ ਨਾ ਉਹਦੀ ਗੱਲ ਮੈਨੂੰ ਨਾਲ ਲੱਗ ਗਈ ਮੈਂ ਕਿਹਾ ਵੀ ਯਾਰ ਇਹ ਇਹ ਗੱਲ ਜਿਹੜੀ ਆ ਇਹ ਵੱਡੀ ਹੈ ਹਾਂ ਉਹ ਫੈਸਲਾ ਮਤਲਬ ਮੈਂ ਹੀ ਲੈ ਰਿਆ ਮੈਂ ਹੀ ਉਹਦੇ ਬਾਰੇ ਸਾਰਿਆਂ ਨੂੰ ਜਵਾਬ ਦੇਣਾ ਸੀਗਾ ਬਈ ਮੁੜ ਕਿਵੇਂ ਗਏ ਉਹ ਉਹ ਟਿਰਟਾਂ ਦਾ ਇਸ ਤਰ੍ਹਾਂ ਢੇਰ ਸਿਓ ਰੱਖੇ ਹੋਏ ਸੀਗੇ ਰੋੜੇ ਮਾਰਨ ਵਾਸਤੇ ਉਹ ਜਿਹੜਾ ਸਾਰੀ ਤਿਆਰੀ ਪੂਰੀ ਕੀਤੀ ਹੋਈ ਸੀਗੀ ਤਾਂ ਸਾਰੇ ਕੰਮ ਜਿਹੜੇ ਨੇ ਉਹ ਗੋਲੀ ਨਾਲ ਹੀ ਨਾ ਹੁੰਦੇ ਤੇ ਉਹ ਮੈਂ ਉਹਨਾਂ ਦੇ ਉੱਤੇ ਚੜ ਕੇ ਹੱਥ ਖੜਾ ਕਰਕੇ ਦੋ ਵਾਰੀ ਐ ਕੀਤਾ ਤੇ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ ਤੇ ਉਹ ਜਿਹੜੇ ਰੌਲਾ ਗਾਲਾਂ ਪੈਂਦੇ ਉਹ ਖੜ ਗਏ ਉਹ ਮੈਂ ਕਿਹਾ ਗੱਲ ਸੁਣੋ ਵੀ ਆ ਡੀਐਸਪੀ ਸਾਹਿਬ ਨੇ ਕਿਹਾ ਭਈ ਭਈ ਇਹ ਜਿਹੜੀਆਂ ਨੇ ਇਹ ਅਰਥੀਆਂ ਨੇ ਤੇ ਮੈਂ ਕਿਹਾ ਆਪਾਂ ਔਰ ਵੀ ਮਰਦ ਅਰਥੀਆਂ ਨਹੀਂ ਡੱਕਦੇ ਹੁੰਦੇ ਮਹਾਰਾਜ ਆਪਾਂ ਸਤਿਗੁਰੂ ਜਗਜੀਤ ਸਿੰਘ ਦੇ ਸੇਵਕਾਂ ਆਪਾਂ ਮਰਦਾਂ ਆਪਾਂ ਇਹਨਾਂ ਨੂੰ ਜਾਣਦੇ ਹੋ ਕੁਛ ਨਹੀਂ ਕਹਿਣਾ ਉਹ ਗੱਡੀਆਂ ਬੈਕ ਕਰਕੇ ਸੀ ਬੀਆ ਸਾਹਿਬ ਹੂੰ ਉੱਥੋਂ ਉਹ ਗਏ ਬੀੜ ਦੀ ਜੂ ਦੇ ਵਿੱਚ ਵਿੱਚ ਮਹਾਰਾਜ ਵੀਰ ਸਿੰਘ ਬਿਮਾਰ ਹੋ ਗਏ ਅੱਛਾ ਅਟੈਕ ਹੋ ਗਿਆ ਉੱਥੋਂ ਉਹ ਸਿੱਧੇ ਜੀਵਨ ਨਗਰ ਨਹੀਂ ਗਏ ਉਹ ਸਿੱਧੇ ਹਸਪਤਾਲ ਪਹੁੰਚੇ ਦਿੱਲੀ ਸਕਾਉਟ ਹਸਪਤਾਲ ਦੇ ਵਿੱਚ ਤੇ ਸਤਗੁਰੂ ਜਗਜੀਤ ਸਿੰਘ ਦੂਜੇ ਦਿਨ ਕੈਨੇਡਾ ਤੋਂ ਫਿਰ ਉਹਨਾਂ ਦੀ ਉੱਥੇ ਖਬਰ ਲੈਣ ਗਏ ਆਪਣੇ ਭਰਾ ਦੀ ਛੋਟੇ ਦੀ ਇਹ ਇਹ ਅਸਰ ਹੋਇਆ ਇਹ ਸਾਰਾ ਉਹ ਕਿੱਸਾ ਸੀ ਹਨਾ ਇਹ ਸਾਰਾ ਉਹ ਕਿੱਸਾ ਸੀਗਾ ਇਹ ਬਿਲਕੁਲ ਇੱਕ ਬੜਾ ਤੁਸੀਂ ਜੋ ਖੁੱਲ ਕੇ ਲਿਖ ਦਿਓ ਅਫੀਮ ਕਦੋਂ ਤੋਂ ਖਾਣ ਲੱਗੇ ਭਾਈ ਇਹ ਕਿੱਸਾ ਬੜਾ ਹੈ ਅਫੀਮ ਮੈਂ ਕਹਿੰਦਾ ਯਾਰ ਫੀਮ ਹੀ ਕਹਿਣਾ ਚਾਹੀਦਾ ਵੈਸੇ ਫੀਮ ਹੈ ਹਨਾ ਫੀਮਾੜਾ ਤਾਂ ਇਹ ਵੀ ਲਾਉਂਦੇ ਆ ਬਿਲਕੁਲ ਹਣਾ ਹਾਲਾਂਕਿ ਸਾਡਾ ਤਾਂ ਲੋਗੋ ਆ ਪਰ ਫੀਮ ਕੋ ਨੂੰ ਖਾਣ ਲੱਗੇ ਫਿਰ ਅਹੀਂ ਫੀਮ ਤਾਂ ਵੈਸੇ ਉਹ ਖਾਣੀ ਚਾਹੀਦੀ ਨਹੀਂ 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 ਹਾਂ ਉਹ ਮੈਂ ਦੱਸਦਾ ਹਾਂ ਹਾਂ ਅ ਹੁਣ ਮੈਂ ਮਤਲਬ 2010 ਚ ਛੱਡਤੀ ਸੀ ਉਹ ਵੀ ਦੱਸੂਗਾ ਵੀ ਕਿਉਂ ਛੱਡਤੀ ਤੇ ਆਦਾ ਦਿਲੀ ਤੋੜਦਾ ਮੇਰਾ ਨਹੀਂ ਨਹੀਂ ਉਹ ਨਾ ਮਿਲਣ ਕਰਕੇ ਅੱਛਾ ਆ ਜਿਹੜਾ ਨਵਾਂ ਸਿਆਪਾ ਚੱਲ ਪਿਆ ਨਾ ਇਹਦੇ ਕਰਕੇ ਫੀਮ ਆਉਣੋਂ ਹੀ ਹਟ ਗਈ ਸੀਗੀ अच्छा ਤੇ ਕੋਈ ਨਹੀਂ ਆਇਆ ਦਿਲ ਨਹੀਂ ਮੈਂ ਟੁੱਟਣ ਦਿੰਦਾ ਹੁੰਦਾ ਕਿਸੇ ਗੱਲ ਚ ਕੋਈ ਚਿੰਤਾ ਨਾ ਕਰੋ اچھا ਇਹ ਤੇ ਉਹ ਮੈਂ ਅਸਲ ਚ ਤਾਂ 7ਵੀਂ ਚ ਪੜਦਾ ਸੀ ਹਾਂ ਤੇ ਸਕੂਲ ਚ ਛੁੱਟੀਆਂ ਹੋਈਆਂ ਗਰਮੀਆਂ ਦੀਆਂ ਹਾਂ ਕਣਕ ਸੀਗੀ ਵਾਵਾ ਸਾਰੀ ਉਹ ਕਿੱਥੇ ਕਿਤੇ ਕਿਤੇ ਆਏ ਡਾਲ ਹੁੰਦਾ ਸੀ ਕੰਡੇ ਹੀ ਹੁੰਦੇ ਸੀਗੇ 20 ਕਿੱਲਿਆਂ ਚ ਕਣਕ ਸੀ 17 18 ਕਿੱਲੇ ਸੀਗੇ ਕੁਝ ਪੱਠੇ-ਪੁੱਠੇ ਹੁੰਦੇ ਸੀ ਤੇ ਕਣਕ ਵੜਦੇ ਆ ਤੇ ਛੁੱਟੀਆਂ ਮੁੱਕਣ ਵਾਲੀਆਂ ਨੇ ਕਣਕ ਵਾਵਾ ਪਈ ਐ ਠੀਕ ਹੈ ਜੀ ਤੇ ਮੇਰੇ ਬਾਪੂ ਨੇ ਸੋਚਿਆ ਪਾਪਾ ਜੀ ਨੇ ਵੀ ਇਹ ਜਵਾਕਾਂ ਨੇ ਚਲੇ ਜਾਣਾ ਕਣਕ ਐ ਵਿੱਚੇ ਰਹਿ ਜੂਗੀ ਹੂੰ ਤੇ ਐਡਾ ਤਾਂ ਹੁੰਦਾ ਨਹੀਂ ਸੀ ਵੀ ਬੰਦੇ ਲਾ ਲਓ ਤੇ ਐ ਕਰ ਲਓ ਇੰਨਾ ਕਿੱਥੇ ਸੀਗਾ ਹਾਂ ਬੜੀ ਥੋੜ੍ਹੀ ਸੀ ਬੜੀਆਂ ਚੀਜ਼ਾਂ ਦੀ ਉਹਨਾਂ ਨੇ ਉਸ ਵੇਲੇ ਦੁਪਹਿਰੇ ਜਦੋਂ ਕੰਡੇ ਹੁੰਦੇ ਨਾ ਵੀ ਤੁਹਾਡੇ ਹੱਥਾਂ ਪੱਛੇ ਪਏ ਹੁੰਦੇ ਜੀ ਨਹੀਂ ਕਰਦਾ ਦਾਤੀ ਚੱਕਣ ਨੂੰ ਹੂੰ ਤੇ ਉਸ ਵੇਲੇ ਉਹਨਾਂ ਨੇ ਨਾ ਕਿ ਤੋਂ ਉਹ ਰੱਖੀ ਕਿਉਂਕਿ ਉਹ ਟਰੱਕ ਹੋਣ ਕਰਕੇ ਡਰਾਈਵਰੀ ਲਾਈਨ 'ਚ ਸੀਗੇ ਉਹਨਾਂ ਨੇ ਕੱਢੀ ਤੇ ਭੋਰਾ ਕੋ ਮੈਨੂੰ ਦਿੱਤੀ ਪਹਿਲੀ ਵਾਰੀ ਅੱਛਾ ਉਹ ਮੈਂ ਖਾਧੀ ਤੇ ਨਾਲ ਉਹਨਾਂ ਦੇ ਉੱਥੇ ਖੇਤ 'ਚ ਹੀ ਘਰ ਸੀ ਤੇ ਮਾਂ ਨੂੰ ਆਵਾਜ਼ ਮਾਰੀ ਵੀ ਚਾਹ ਲੈ ਆਉ ਚਾਹ ਬਣਾ ਲਈ ਦੁੱਧ 'ਚ ਪੱਤੀ ਪਾ ਕੇ ਉਹ ਖਾ ਕੇ ਮਤਲਬ ਬਹਿ ਗਏ ਦੋ ਚਾਰਕ ਗੱਲਾਂ ਕੀਤੀਆਂ ਬਸ ਉਹੀ ਫਿਰ 15-20 ਮਿੰਟ ਬਾਅਦ ਹਾਂ ਤੇ ਮੈਨੂੰ ਫਿਰ ਨਾ ਕੋਈ ਕੰਡਾ ਦੇ ਸੀ ਨਾ ਕੁਝ ਹੋਰ ਤੇ ਆਥਣ ਤੱਕ ਉਹ ਜਿਹੜੇ ਡਾਲ ਡੂਲ ਕਣਕ ਦੇ ਸੀ ਸਾਰੇ ਚੋਗ ਤੇ ਮੈਂ ਪਹਿਲੀ ਵਾਰੀ ਜਿਹੜੀ ਮੈਂ ਦੱਸਦਾ ਤੁਹਾਨੂੰ ਅਸਲ 'ਚ ਬਹੁਤ ਚੀਜ਼ਾਂ ਇਹੋ ਜਿਹੀਆਂ ਤੁਸੀਂ ਕਰਦੇ ਹੋ ساری ਉਮਰ ਕਿ ਉਹ ਜਿਹੜਾ ਪਹਿਲੀ ਵਾਰੀ ਉਹ ਆਨੰਦ ਆਇਆ ਹੁੰਦਾ ਨਾ ਤੁਹਾਨੂੰ ਬਸ ਤੁਸੀਂ ਉਹਦੇ ਮਗਰੀ ਭੱਜਿਆ ਫਿਰ ਉਹਦੇ ਮਗਰੀ ਪੱਜਿਆ ਉਹ ਜ਼ਵਾਰੇ ਮਿਲ ਜਿਓ ਮਿਲਦਾ ਨਹੀਂ ਉਹ ਮਿਲਦਾ ਨਹੀਂ ਤੇ ਉਹ ਪਹਿਲੀ ਵਾਰੀ ਤਾਂ ਉਦੋਂ ਖਾਧੀ ਮੁਰ ਕੇ ਪੈਣੀ ਸਭ ਚਲੇ ਗਏ ਸਰਪੰਚ ਬਣ ਗਏ ਸਰਪੰਚ ਬਣਨ ਤੋਂ ਪਹਿਲਾਂ ਹੀ ਮੈਂ ਖਾਣ ਲੱਗ ਗਿਆ ਸੀ ਅਭੀਮ ਜਿਹੜੀ ਸੀ ਕਿਉਂਕਿ ਜਿਹੜੇ ਬਹੁਤ ਸਾਰੇ ਬੰਦੇ ਸੀ ਆਲੇ ਦੁਆਲੇ ਮਿਲਣ ਵਾਲੇ ਧਾਂਦਰੇ ਵਾਲੇ ਸਰਪੰਚ ਬੂਟੇ ਹੁਣੀ ਸਾਰੇ ਉਹ ਖਾਂਦੇ ਹੁੰਦੇ ਸੀਗੇ ਹਾਰੇ ਫਿਰ ਤਾਂ ਅਸੀਂ 30 35 ਸਰਪੰਚ ਇਕੱਠੇ ਹੋ ਗਏ ਤੇ ਫੀਮ ਦਾ ਇਹ ਵੀ ਰਿਹਾ ਕਿ ਜਦੋਂ ਪੜ੍ਹਦੇ ਸੀ ਮਤਲਬ ਪੜਦਾ ਮੈਂ ਬਹੁਤ ਸੀ ਬਚਪਨ ਤੋਂ ਇਹ ਪਤਾ ਮੈਂ ਬਹੁਤ ਵਾਰੀ ਇਹ ਬੜੀ ਥਾਈ ਗੱਲ ਕੀਤੀ ਹੈ ਕਿ ਮੈਂ ਬਹੁਤ ਗ੍ਰੰਥ ਪੜ੍ਹੇ ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸੈਂਚੀਆਂ ਤੋਂ ਪਾਠ ਮੇਰੇ ਪਿਤਾ ਜੀ ਨਾ ਉਹ ਸੈਂਚੀਆਂ ਤੋਂ ਪਾਠ ਕਰਦੇ ਰਹੇ ਨੇ ਹਰ ਮਹੀਨੇ ਭੋਗ ਪਾਉਂਦੇ ਸੀ ਤੇ ਮੈਨੂੰ ਵੀ ਉਹਨਾਂ ਨੇ ਪੜ੍ਹਨ ਲਾਇਆ ਤੇ ਮੈਨੂੰ ਜਣੀ ਆਏ ਸੀ ਵੀ ਉਸ ਵੇਲੇ ਵੀ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਹਾਲਾਂਕਿ ਨਾਮ ਧਾਰੀ ਗੁਰੂ ਨਹੀਂ ਮੰਨਦੇ ਉਹ ਦੇਹ ਧਾਰੀ ਗੁਰੂ ਨੂੰ ਮੰਨਦੇ ਨੇ ਅੱਛਾ ਜੀ ਪਰ ਮੈਂ ਕਿਉਂਕਿ ਬਾਹਰ ਜਿਹੜਾ ਗੈਰ ਨਾਮ ਧਾਰੀਆਂ ਚ ਬਹੁਤ ਵਿਚਰਦੇ ਸੀਗੇ ਆਮ ਸਿੱਖਾਂ ਦੇ ਵਿੱਚ ਵੀ ਤੇ ਬਾਕੀਆਂ ਨੂੰ ਤਾਂ ਪਤਾ ਨਹੀਂ ਇਹ ਗੱਲ ਲੱਗਦੀ ਸੀ ਕਿ ਨਹੀਂ ਮੈਨੂੰ ਇਹ ਲੱਗਦੀ ਸੀ ਕਿ ਮੇਰੇ ਨਾਲ ਯਾਰ ਵੀ ਬਚਨ ਕਰਦੇ ਨੇ ਸੈਂਚੀਆਂ ਤੋਂ ਪਾਠ ਕਰਦੇ ਆ ਮੈਨੂੰ ਲੱਗਣਾ ਵੀ ਆਹ ਗੱਲ ਜਿਹੜੀ ਆਹ ਹੁਕਮ ਹੋਇਆ ਹੈ ਇਸ ਤਰ੍ਹਾਂ ਦਾ ਮੈਂ ਪੜਿਆ ਵੀ ਇਹ ਕੱਲ ਮੇਰੇ ਨਾਲ ਆਇਆ ਹੋਇਆ ਸੀ ਹੁਣ ਕੱਲ ਨੂੰ ਆਏ ਹੋ ਤੇ ਉਹ ਹੁੰਦਾ ਰਿਹਾ ਮੇਰਾ ਹੁਣ ਵੀ ਇਹ ਹੈਗਾ ਕਿ ਮੈਂ ਅੱਜ ਤੱਕ ਵੀ ਹੋਮੇ ਪੜਦਾ ਵਿਚਾਲੇ ਜੇ ਹਾਲਾਂਕਿ ਇੱਕ ਫੇਜ ਆਇਆ ਜਦੋਂ ਮੈਂ ਆ ਦਾੜੀ ਦੂੜੀ ਕਟਾਤੀ ਵਾਲ ਬੂਲ ਉਧਰੋਂ ਉਹਨਾਂ ਨਾਲ ਲੜ ਕੇ ਰਸ ਕੇ ਵੀ ਹੁਣ ਜਾਣਾ ਨਹੀਂ। ਹੂੰ। ਕਟਾਏ ਤੇ ਮੈਨੂੰ ਲੱਗਣ ਲੱਗ ਗਿਆ ਵੀ ਆ ਆ ਸੀਗੇ ਜਦੋਂ। ਹਾਂ ਆ ਜਦੋਂ ਮੈਂ ਹਾਂ ਐਦਾਂ ਬਿਲਕੁਲ। ਹਾਂ। ਵੀ ਮੈਂ ਮੈਂ ਕਿਹਾ ਵੀ ਹੁਣ ਨਾ ਹੂੰ ਦੁਬਾਰਾ ਕਿਉਂਕਿ ਪਹਿਲਾਂ ਗੁਰੂ ਜਗਜੀਤ ਸਿੰਘ ਜੀ ਨੇ ਵੀ ਇਹ ਕੀਤਾ ਮੇਰੇ ਨਾਲ। ਠੀਕ ਹੈ। ਕਿ ਮੈਨੂੰ ਜਿਹੜਾ ਸੀ ਨਾ ਉਹ ਕੋਠੀ ਬਹੁਤ ਵੱਡੀ ਦਿੱਤੀ ਸੀ। 7-8 ਕਮਰੇ ਹੁੰਦੇ ਸੀ ਉਹਦੇ 'ਚ। ਤੇ ਉਹਨਾਂ ਨੇ ਇੱਕ ਕਮਰਾ ਕਹਿੰਦੇ ਖਾਲੀ ਕਰਾ ਕੇ ਹਾਂ ਤੇ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਤਾ। ਤੇ ਮੈਨੂੰ ਹੁਕਮ ਕਰਤਾ ਵੀ ਇੱਕ ਜਿਹੜਾ ਅੰਗ ਹੈ ਆਮ ਉਥੇ ਪੱਤਰਾ ਸ਼ਬਦ ਵਰਤਿਆ ਜਾਂਦਾ ਹੈ ਹਮ ਕਿ ਇੱਕ ਅੰਗ ਦਾ ਨਿਤਨੇਮ ਨਾਲ ਤੋਂ ਪਾਠ ਕਰਨਾ ਚਾਹੀਏ ਵੱਧ ਕਰ ਲੈ ਜਦੋਂ ਹੋ ਗਿਆ ਉਦੋਂ ਭੋਗ ਪਾ ਲਿਆ ਕਰੀ ਸਹੀ ਹੈ ਜੀ ਉਹ ਉਹ ਵੀ ਮੈਂ ਉਦੋਂ ਵੀ ਜਦੋਂ ਪੜਦਾ ਸੀਗਾ ਹਮ ਪਾਠ ਕਰਦਾ ਸੀ ਤੇ ਉਦੋਂ ਵੀ ਇਹੀ ਸੀ ਹੁਣ ਜਦੋਂ ਇਹ ਹੋਇਆ ਨਾ ਸਾਰਾ ਹਮ ਤੇ ਦੁਬਾਰਾ ਜਣੀ ਮੇਰੀ ਹਿੰਮਤ ਨਾ ਮੇਰੇ ਕੋਲੇ ਟੀਕੇ ਕਈ ਨੇ ਹਮ ਜਿਹੜੇ ਆਮ ਕਰਕੇ ਤਾਂ ਪ੍ਰਿੰਸੀਪਲ ਸਾਹਿਬ ਸਿੰਘ ਦਾ ਟੀਕਾ ਹੈ ਤੇ ਫਰੀਦਕੋਟੀਆਂ ਦਾ ਟੀਕਾ ਵੀ ਹਮ ਮੇਰੇ ਕੋਲੇ ਹੈਗਾ ਉਹਨਾਂ ਤੋਂ ਮੈਂ ਪਾਠ ਕਰਦਾ ਹਾਂ ਹੋਰ ਵੀ ਨੇ ਤੇ ਮੈਂ ਨਾ ਹੁਣ ਡਰਾਂ ਵੀ ਹੁਣ ਇਹਨਾਂ ਨੇ ਯਾਰ ਮੇਰੇ ਨਾਲ ਨਾ ਵਚਨ ਨਹੀਂ ਕਰਨੇ ਵੀ ਮੈਂ ਆਪਣਾ ਆ ਹਾਲ ਜਿਹਾ ਕਰ ਲਿਆ ਤੇ ਮੈਂ ਡਰਦਾ ਡਰਦਾ ਨੇੜੇ ਗਿਆ ਅੱਜ ਤੋਂ 10 15 ਸਾਲ ਪਹਿਲਾਂ ਦੁਬਾਰਾ ਬਈ ਤੇ ਇੱਕ ਫੇਜ਼ ਬੜਾ ਉਹ ਮੇਰਾ ਰਿਹਾ ਜਿਹੜਾ ਇੰਟਰਸਟਡ ਸੀ ਕਿਉਂਕਿ ਆ ਜਿਹੜੀ ਨਹੀਂ ਉਹ ਤਾਂ ਥੋੜੀ ਜਿੰਦਗੀ ਦਾ ਤਾਂ ਸਾਰੀ ਹੈ ਨਾ ਸਾਰੀ ਐ ਤਾਂ ਕੁਝ ਹੈ ਹੀ ਨਹੀਂ ਐ ਤਾਂ ਨਹੀਂ ਬਿਲਕੁਲ ਜਾਂ ਤਾਂ ਸਮੁੰਦਰ ਚੋਂ ਲੰਘਣਾ ਜਾਂ ਮਾਰੂਥਲ ਚੋਂ ਇੱਕ ਇੱਕ ਟੈਨਸ਼ਨ ਇੱਕ ਡਿਪਰੈਸ਼ਨ ਨਾ ਮੇਰੀ ਸਾ ਆਪਦੇ ਮੇਰੇ ਸ਼ਬਦ ਨੇ ਨਾ ਜ਼ਿੰਦਗੀ ਚਾਏ ਨਾ ਮੇਰੇ ਸਿਹਤ ਚ ਇਹ ਕਿਉਂ ਪਾਸੇ ਕੇ ਭਾਈ ਇਹਨਾਂ ਦੌਰ ਜਦੋਂ ਐਡੇ ਬੰਦੇ ਤੇ ਆਉਣ ਐਡਾ ਭਾਰੂ ਹੋਵੇ ਸਮਾਂ ਤਾਂ ਇਹ ਦੌਰ ਤਾਂ ਆ ਜਾਂਦੇ ਆ ਕਿਉਂਕਿ ਇਹ ਬੰਦਾ ਹਾਲਾਤ ਬਸ ਹੁੰਦੇ ਆ ਜਦ ਕਿ ਹਾਂ ਇਹ ਇਹਦਾ ਇਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਸ਼ਬਦ ਹੈ ਸਹੀ ਹੈ ਜਿਹੜਾ ਮੈਂ ਸਮਝਣਾ ਹੈ ਸਿਹਤ ਹੈ ਇਤਿਹਾਸ ਹੈ ਦਰਸ਼ਨ ਹੈ ਉਹ ਬੰਦੇ ਨੇ ਹੂੰ ਜਿਹੜੇ ਸਾਡੇ ਕੋਲੇ ਡਾਕਟਰ ਹਰਪਾਲ ਸਿੰਘ ਪੰਨੂ ਹੁਰਾਂ ਵਰਗੇ ਹਾਂਜੀ ਔਰ ਜੰਗ ਬਹਾਦਰ ਗੋਇਲ ਹੁਣਾ ਵਰਗੇ ਜੀ ਜਿਨ੍ਹਾਂ ਨਾਲ ਮੈਂ ਗੱਲਾਂ ਕਰਕੇ ਜਿਨ੍ਹਾਂ ਕੋਲੋਂ ਮੈਂ ਜਿਹੜਾ ਦੁਨੀਆ ਸੰਸਾਰ ਵਾਲੇ ਪਾਸੇ ਦੀਆਂ ਗੱਲਾਂ ਨੇ ਉਹ ਸਾਰੀਆਂ ਔਰ ਜਿਹੜਾ ਮੈਨੂੰ ਜਿਹੜੇ ਪਾਸੇ ਸਤਿਗੁਰੂ ਜਗਜੀਤ ਸਿੰਘ ਨੇ ਇਹਨਾਂ ਪਾਸੇ ਲਾਇਆ ਨਾ ਚੰਗੀਆਂ ਗੱਲਾਂ ਵਾਲੇ ਪਾਸੇ ਹੁਣ ਮੈਂ ਇੱਕ ਕਿਤਾਬ ਲਿਖਣੀ ਆ ਉਹਨਾਂ ਤੇ ਉਹ ਮੈਂ ਪਹਿਲਾਂ ਵੀ ਲਿਖ ਸਕਦਾ ਸੀ ਹੂੰ ਪਰ ਪਹਿਲਾਂ ਪੜ੍ਹੀ ਨਹੀਂ ਸੀ ਜਾਣੀ ਹੁਣ ਮੈਂ ਲਿਖਣੀ ਹੈ ਕੱਲੇ ਉਹਨਾਂ ਤੇ ਜਿਹਦੇ ਚ ਉਹਨਾਂ ਦੇ ਸਾਰੇ ਪੱਖ ਹੋਣੇ ਨੇ ਜਿਹੜੇ ਦੁਨਿਆਵੀ ਨੇ ਤੇ ਜਿਹੜੇ ਇੱਕ ਵਿਅਕਤੀ ਦੇ ਵਿਅਕਤੀ ਨੂੰ ਵਿਅਕਤੀਤਵ ਵਜੋਂ ਉਸਾਰਦੇ ਨੇ ਉਹਦੇ ਨੂੰ ਇੱਕ ਸ਼ਖਸ ਨੂੰ ਸ਼ਖਸ਼ੀਅਤ ਬਣਾਉਂਦੇ ਨੇ ਇਹਨਾਂ ਚੋਂ ਬਹੁਤਿਆਂ ਦੇ ਹਜਮ ਨਹੀਂ ਆਉਣੀ ਜਿਹੜੇ ਅੰਨੀ ਸ਼ਰਦਾ ਵਾਲੇ ਨੇ ਪਰ ਸਤਿਗੁਰੂ ਜਗਜੀਤ ਸਿੰਘ ਜੀ ਇਹਨਾਂ ਦੇ ਕਦੇ ਸਮਝ ਨਹੀਂ ਆਇਆ ਇਹਨਾਂ ਨੂੰ ਹੋਰ ਕੀ ਹੋਣਾ ਮੈਂ ਕਿਉਂਕਿ ਇਹ ਦਿੱਕਤ ਇਹ ਆ ਦਿੱਕਤ ਕਹਿਣਾ ਹੁਣ ਮੇਰੀ ਥੋੜੀ ਬਿਲਕੁਲ ਉਹਦੇ ਪੱਖ ਇੰਨੇ ਐ ਵੀ ਮੈਨੂੰ ਮੈਨੂੰ ਡਰ ਲੱਗਦਾ ਵੀ ਆਹ ਨਾ ਛੋਟੇ ਜੇ ਹਣਾ ਤੁਸੀਂ ਗੱਲ ਕਰਦੇ ਹੋ ਨਾ ਫਿਰ ਮੈਨੂੰ ਅਗਲੇ ਦੀ ਫਿਕਰ ਪੈ ਜਾਂਦੀ ਆ ਨਹੀਂ ਆਪਾਂ ਛੱਡਣਾ ਸਾਡੇ ਖੇਤ ਦੀਆਂ ਮੈਂ ਥੋੜੀ ਜਿਹੀ ਇੱਕ ਲੈਂਡ ਬਦਲ ਰਿਹਾ ਥੋੜੀ ਤਾਂ ਕਿ ਲੋਕਾਂ ਨੂੰ ਸੌਖੀ ਸਮਝ ਆ ਜੇ ਸਾਡੇ ਖੇਤ ਦੀਆਂ ਹੱਦਾਂ ਦੇ ਵਿਚਾਲੇ 236 ਕਿੱਲੇ ਜ਼ਮੀਨ ਬਣਦੀ ਸੀ ਹੂੰ ਸਾਡੇ ਸਾਡੀ ਜ਼ਮੀਨ ਦੀ ਮੈਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਮੀਨ ਤੇ ਕਬਜ਼ਾ ਲੈ ਕੇ ਹਲ ਚਲਾ ਕੇ ਸੌਂਦਾ ਇਹ ਕਿਹੜਾ ਜਵਾਕ ਹੁੰਦਾ ਜਿਹੜਾ ਬਚਪਨ ਚ ਇਹ ਕਹਿੰਦਾ ਵੀ ਮੈਂ 236 ਕਿਲਾਂ ਤੇ ਕਬਜ਼ਾ ਲੈ ਲੈਣਾ ਕਬਜ਼ਾ ਤੇ ਜਿਹੜੇ ਅੱਛਾ ਉਹ ਸਭ ਤੋਂ ਇੰਟਰਸਟਿੰਗ ਕੀ ਹੈ ਇਹਦਾ ਵੀ ਜਿਹੜਾ ਮੇਰਾ ਆੜੀ ਆ ਜਿੱਦੇ ਮੇਰੀ ਉਹਦੇ ਨਾਲ ਬਣਦੀ ਹੁੰਦੀ ਸੀ ਜਿੱਦੇ ਉਹ ਕੋਈ ਸਾਡੇ ਚ ਆਫਸਰ ਚ ਨਹੀਂ ਸੀ ਵੇਚ ਕਰਾਉਂਦਾ ਉਹਦੇ ਮੈਂ ਉਹਦੇ ਛੱਡ ਦਿੰਦਾ ਨਹੀਂ ਉਹਦੀ ਵੀ ਨੱਪ ਲੈਂਦਾ ਨਹੀਂ ਉਹਦੀ ਵੀ ਨੱਪ ਲੈਂਦਾ ਹੁਣ ਤੁਸੀਂ ਇਹ ਦੇਖੋ ਵੀ ਇਹ ਕੀ ਸੀ ਬਚਪਨ ਚ ਇਹ ਜਿਹੜੇ ਮੇਰੇ ਮੇਰਾ ਮਾਮਾ ਮੇਰੇ ਮਾਮੇ ਦਾ ਮਾਮਾ ਬਚਨਾ ਖੁੱਡੀ ਵਾਲਾ ਅਸਰ ਕੋਲੇ ਹਾਂਜੀ ਤੇ ਉਹ ڈاکੂਆਂ ਚ ਰਿਹਾ ਸੀਗਾ ਹਾਂਜੀ ਇਹ ਉਹਨਾਂ ਦਾ ਵੀ ਸ਼ਾਇਦ ਅਸਰ ਸੀ ਹਾਂ ਇਹ ਜਨਰਲ ਉਹਨਾਂ ਤੋਂ ਜਿੰਨੀਆਂ ਮੈਂ ਗੱਲਾਂ ਇਹ ਸਾਰੀਆਂ ਸੁਣਦਾ ਸੀ ਨਾ ਇਹੋ ਜਿਹੀਆਂ ਸਾਖੀਆਂ ਹੀ ਔਰ ਵੱਡੀ ਗੱਲ ਜਿਹੜੀ ਬਾਰ-ਬਾਰ ਉਹਨਾਂ ਦੇ ਆਉਂਦੀ ਸੀ ਨਾ ਉਹਨਾਂ ਦੇ ਆਉਂਦੀ ਸੀ ਕਿ ਬੰਦਾ ਨਾ ਲੰਗੋਟ ਦਾ ਪੱਕਾ ਹੋਣਾ ਚਾਹੀਦਾ ਔਰ ਇੱਕੋ ਸ਼ਬਦ ਵਰਤਦੇ ਹੁੰਦੇ ਸੀ ਸੁੱਚੀ ਬਦਮਾਸ਼ੀ ਬਦਮਾਸ਼ੀ ਸੁੱਚੀ ਬਦਮਾਸ਼ੀ ਪਰ ਇੱਕ ਵਾਰੀ ਇਹੋ ਜਿਹਾ ਵੀ ਤੁਹਾਡੇ ਨਾਲ ਵੀ ਹੋਇਆ ਸੀ ਵੀ ਤੁਹਾਨੂੰ ਹਰ ਪਾਸੇ ਸਲਵਾਰਾਂ ਹੀ ਨਜ਼ਰ ਆਉਂਦੀਆਂ ਸੀ ਹਾਂ ਉਹ ਉਹ ਉਹੀ ਉਹੀ ਮੈਂ ਦੱਸੀ ਹੈ ਕਿ ਉਹਨਾਂ ਨੇ ਹੁਣ ਮੇਰਾ ਮਨ ਤਾਂ ਇਹ ਕਰਤਾ ਹਾਂ ਕਿ ਇਹਨਾਂ ਵੱਲ ਦੇਖਣਾ ਨਹੀਂ ਹੈਗਾ ਔਰਤਾਂ ਵੱਲ ਹਾਂ ਬੰਦਾ ਲੰਗੋਟ ਦਾ ਪੱਕਾ ਹੋਵੇ ਸੁੱਚੀ ਬਦਮਾਸ਼ੀ ਦੀ ਪਹਿਲੀ ਸ਼ਰਤ ਇਹ ਹੈ ਕਿ ਉਹ ਲੰਗੋਟ ਦਾ ਪੱਕਾ ਚਾਹੀਦਾ ਹੁਣ ਜਵਾਨ ਹੋ ਰਿਹਾ ਹਾਂ ਸਰੀਰਕ ਸਰੀਰਕ ਸਾਬ ਖਰਾਕ ਵੀ ਐ ਹੂੰ ਸਭ ਕੁਛ ਐ ਦੇ ਵੀ ਤਖੜੀ ਐ ਦੇ ਵੀ ਤਖੜੀ ਐ ਆ ਮਾੜਾ ਮੋਟਾ ਉਹ ਵੀ ਦੇਖਦੀਆਂ ਨੇ ਕੁੜੀਆਂ ਕੜੀਆਂ ਵੀ ਹਾਂ ਠੀਕ ਆ ਹਨਾ ਚੜਦੀ ਉਮਰ ਚ ਜਿਵੇਂ ਉਦੋਂ ਤਾਂ ਹਰ ਕੁੜੀ ਮੁੰਡਾ ਹੀ ਸੋਹਣਾ ਲੱਗਦਾ ਇੱਕ ਦੂਜੇ ਨੂੰ ਇਹ ਬਹੁਤ ਬਾਅਦ ਚ ਪਤਾ ਲੱਗਦਾ ਉਹਨੂੰ ਲੱਗ ਜਾਂਦਾ ਵੈਸੇ ਤੇ ਉਹ ਇੱਕ ਜਿਹੜਾ ਸੀ ਨਾ ਆਪ ਦਾ ਮਾਨਸਿਕ ਤਣਾਓ ਹਾਂ ਉਹ ਉਹਦੇ ਚੋਂ ਬਹੁਤ ਔਖਾ ਲੰਘਿਆ ਮੈਂ ਪੈਰ ਪੈਰ ਦੇ ਉੱਤੇ ਇਹ ਸੀਗਾ ਬਈ ਦੇਖ ਲਿਆ ਕਿਸੇ ਦੀ ਉਹ ਨੰਗੀਆਂ ਪਿੰਜਣੀਆਂ ਚੱਕ ਕੇ ਸਲਵਾਰਾਂ ਟੰਗ ਕੇ ਝੋਨਾ ਲਾ ਰਹੀਆਂ ਨੇ ਹਾਂ ਤੇ ਉਹਨਾਂ ਨੂੰ ਦੇਖ ਕੇ ਅੰਦਰ ਉਹ ਜਿਹੜਾ ਕਾਮ ਵਾਲਾ ਉਹ ਵੀ ਆਉਣਾ ਹਾਂ ਤੇ ਨਾਲ ਦੀ ਨਾਲ ਉਹ ਚੱਲਣਾ ਬਈ ਐ ਕਿਹਾ ਕੋਈ ਨਾ ਇੱਧਰ ਨਹੀਂ ਹਾਂ ਇੱਧਰ ਨਹੀਂ ਜਾਣਾ ਹਾਂ ਬਈ ਮੈਂ ਕੋਈ ਵੱਡੇ ਕਾਰਜ ਲਈ ਮਹਾਨ ਕਾਰਜ ਕਰਨਾ ਤੇ ਇਹ ਜਿਹੜੀਆਂ ਨੇ ਨਾ ਇਹ ਮੈਨੂੰ ਉਸ ਆਪਣੇ ਰਾਹ ਤੋਂ ਭਟਕਾਉਣ ਵਾਲੀਆਂ ਆਈਆਂ ਹੋਈਆਂ ਨੇ ਸਹੀ ਹੈ ਇਹ ਉਹਨਾਂ ਨੇ ਮੈਨੂੰ ਇਹੋ ਜਿਹੀਆਂ ਸਾਖੀਆਂ ਸੁਣਾਈਆਂ ਬਹੁਤਿਆਂ ਦੀਆਂ ਡਾਕੂਆਂ ਦੀਆਂ ਫਿਰ ਮਿਰਜੇ ਦੀਆਂ ਫਿਰ ਲਾ ਆਪਣੇ ਦ੍ਰੋਪਤੀ ਕੀ ਪੁਰਾਣੇ ਜਿੰਨੇ ਹੋਏ ਕਈ ਇਹ ਜੀ ਔਰਤਾਂ ਜਿਹੜੀਆਂ ਤੁਹਾਨੂੰ ਦਿਸਣ ਕਿਉਂ ਲੱਗ ਗਿਆ ਕਿ ਕਿਉਂਕਿ ਮੈਂ ਤਾਂ ਚਲੋ ਪੜਿਆ ਵੀ ਸਭ ਪਾਸੇ ਤੁਹਾਨੂੰ ਸਲਵਾਰਾਂ ਕਿਉਂ ਦਿਸਦੀਆਂ ਉਹ ਦਿਸਦੀਆਂ ਇਹ ਸੀ ਕਿ ਇਹ ਹੋਣਾ ਜਿਹੜਾ ਆਪਣਾ ਸੁਪਨਦੋਸ਼ ਨਾਈਟਫਾਲ ਜਿਹੜਾ ਸੀ ਹੂੰ ਨਾਈਟਫਾਲ ਹੋਣ ਲੱਗਿਆ ਤੇ ਉਹਦੀ ਮੈਂ ਦਵਾਈ ਲੈਣ ਗਿਆ ਇੱਕ ਹਕੀਮ ਕੋਲ ਹੂੰ ਉਹ ਹਕੀਮ ਇਹੋ ਜਿਹਾ ਸੀ ਹੂੰ ਬਈ ਮੈਨੂੰ ਉਹ ਦਵਾਈ ਦੇ ਕੇ ਕਹਿੰਦਾ ਵੀ ਜਿਹੜਾ ਨਾ ਤੂੰ ਤਣੀ ਤੇ ਪਾਏ ਹੋਏ ਔਰਤਾਂ ਦੇ ਕੱਪੜੇ ਨਹੀਂ ਦੇਖਣੇ ਖਾਸ ਤੌਰ ਤੇ ਸਲਵਾਰ ਨਹੀਂ ਦੇਖਣੀ ਅੱਛਾ ਹੁਣ ਇਹ ਉਹੋ ਜਿਹੀ ਹੀ ਗੱਲ ਹੈ ਵੀ ਆ ਦਵਾਈ ਜਦੋਂ ਤੂੰ ਖਾਣੀ ਵੀ ਤੇਰੇ ਮਨ 'ਚ ਬਾਂਦਰ ਨਹੀਂ ਆਉਣਾ ਚਾਹੀਦਾ ਬਾਂਦਰ ਨਹੀਂ ਆਉਣਾ ਤੇ ਪਰ ਬਾਂਦਰ ਤੋਂ ਬਣਾ ਕੁਝ ਵੀ ਨਹੀਂ ਆਉਂਦਾ ਹਾਂ ਬਹੁਤ ਨੂੰ ਫਿਰ ਬਾਂਦਰ ਹੀ ਆਉਂਦੇ ਨੇ ਉਹ 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 ਫੇਜ ਆ ਇੱਕ ਉਸ ਵੇਲੇ ਫਿਰ ਤੁਸੀਂ ਜਿੱਧਰ ਵੀ ਜਾਂਦੇ ਹੋ ਜਿੱਧਰ ਵੀ ਜਾਂਦਾ ਮੈਨੂੰ ਮੱਲੋ ਮੱਲਿਓ ਦਿਸਦਾ ਹੁਣ ਤੁਸੀਂ ਦੇਖੋ ਆ ਜੇ ਤੁਹਾਡਾ ਤੁਸੀਂ ਘੋੜਿਆਂ ਦੀ ਗੱਲ ਕਰਦੇ ਹੋ ਹਾਂ ਠੀਕ ਆ ਨਾ ਤੁਹਾਡੇ ਮਨ ਚ ਹੈਗਾ ਤੁਸੀਂ ਜਾਇਓ ਤੁਹਾਨੂੰ ਕੋਈ ਨਾ ਕੋਈ ਗੱਡੀ ਕੁਛ ਨਾ ਕੁਛ ਇਹ ਦਿਸੂ ਸੈਂਟ ਦਿਸੂਗਾ ਜੇ ਨਹੀਂ ਤੁਹਾਡੇ ਦਿਮਾਗ ਚ ਇਹੋ ਜਿਹੀ ਕੋਈ ਗੱਲ ਤਾਂ ਫਿਰ ਕੁਛ ਨਹੀਂ ਦਿਸਦਾ ਹੁੰਦਾ ਤਾਂ ਉਹ ਸਾਰਾ ਉਵੇਂ ਹੀ ਆ ਨਾ ਫਿਰਦਾ ਤੁਰਦਾ ਹੈਗਾ ਇਹ ਸਾਰਾ ਜਿਹੜਾ ਹਾਂ ਨਹੀਂ ਇਹ ਇਹ ਤਾਂ ਹੈ ਸਭ ਤੋਂ ਔਖਾ ਕਬਜਾ ਕਿਹੜਾ ਸੀ ਜ਼ਿੰਦਗੀ ਦਾ ਲੁਧਿਆਣੇ ਵਾਲਾ ਜਾ ਮੁੰਨੀ ਬੇਦਰ ਮੈਂ ਤਾਂ অপਸ਼ਨ ਦਿੱਤੀ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਆਹੀ ਬੋਲਣਾ ਜੇ ਇੱਕ অপਸ਼ਨ ਆ ਸਭ ਤੋਂ ਔਖਾ ਕੰਮ ਜਗ੍ਹਾ ਬਹਿ ਬੂਜੀ ਕਿਥੇ ਲਾ ਲਾ ਹਾਂ ਬੈਨੇ ਆਜੋ ਆਜੋ ਹੁਣ ਉੱਥੇ ਹੀ ਬਹਿ ਜਾਨੇ ਐ ਕਰਦੇ ਆ ਮੈਨੂੰ ਨਾ ਇੱਧਰ ਨੂੰ ਤੁਰੇ ਜਾਨੇ ਆ ਮੈਂ ਇੱਧਰ ਤਾਂ ਨਹੀਂ ਮੁੜਿਆ ਸੀ ਕਿਉਂਕਿ ਹਵਾ ਇੱਧਰ ਲਈ ਹੋ ਗਈ ਸੀ ਅੱਛਾ ਚਲੋ ਹਾਂ ਮੁੜਦੇ ਹਾਂ ਹੁਣ ਕੋਈ ਦਿੱਕਤ ਨਹੀਂ ਓਹੋ ਪਾਣੀ ਪੂਣੀ ਪੀ ਕੇ ਨਾ ਹਾਂ ਕਿਉਂਕਿ ਦੋ ਤਿੰਨ ਗੱਲਾਂ ਆਪਣੀਆਂ ਵਿੱਚ ਕੋਈ ਚੱਲਦੀਆਂ ਹਾਂ ਤੇ ਹਾਂ ਨਹੀਂ ਤੁਹਾਡੇ ਵਾਲੇ ਚ ਮੱਛਾ ਡਿੱਗ ਪਿਆ ਅ ਡਿੱਗ ਪਿਆ ਚ ਹਾਂ ਨਹੀਂ ਆਹਾ ਮੇਰਾ ਹਾਂ ਫਿਰ ਇਹ ਤਾਂ ਮੱਛਾ ਡਿੱਗ ਪਿਆ ਨਾ اچھا ਮੇਰੀ ਪੂਰੀ ਹੈ ਬਈ ਨਿਕਾ ਹੈ ਨਿਕਾ ਹਾਂ ਨਹੀਂ ਡਿੱਗ ਪਿਆ ਮੈਂ ਵੀ ਦੇਖ ਲਿਆ ਕੋਈ ਗੱਲ ਨਹੀਂ ਹੋਰ ਆ ਜਾ ਚਲੋ ਹੋਰ ਕਰ ਲੈ ਹਾਂ ਮੈਂ ਲੈ ਕੇ ਦਿੰਨਾ ਪਾਣੀ ਕਹਿੰਦਾ ਜੀ ਯਾਰ ਕਰਮ ਕੋ ਜਾਂ ਤੋ ਬਾਹਰ ਫੋੜ ਦੋ ਜਾਂ ਕੋਈ ਸਾਲੇ ਬਣਾ ਦੋ ਬਸ ਨਹੀਂ ਜੀ ਤਾ ਮੈਂ ਕਹਿੰਦਾ ਫੀਮ ਵਾਲੀ ਗੱਲ ਪੂਰੀ ਕਰ ਲਈਏ ਹਾਂ ਕਰੋ ਅਸੀਂ ਅਹਿਮ ਹੈ ਨਹੀਂ ਨਹੀਂ ਕਰੋ ਕਰੋ ਹੋਰ ਜਿੰਨੀ ਮਰਜ਼ੀ ਕਰੋ ਜੀ ਕੋਈ ਦਿੱਕਤ ਨਹੀਂ ਉਹ ਕਿ ਉਹਦੀ ਉਹ ਛੱਡਣ ਵਾਲੀ ਗੱਲ ਵੀ ਹੋਰ ਵੀ ਜਿਹੜੀ ਆ ਨਾ ਹਾਂ ਹੁਣ ਫੀਮ ਹਮ ਭੈਣੀ ਸਾਹਿਬ ਹਾਂ ਆਉਂਦੀ ਇਸ ਤਰ੍ਹਾਂ ਸੀ ਕਿ ਉਦੋਂ ਉਸ ਵੇਲੇ ਸਾਡੇ ਕੋਲੇ ਹਮ ਉਥੇ ਸੀਆਰਪੀ ਹਮ ਸੀਗੀ ਲੱਗੀ ਹੋਈ ਠੀਕ ਹੈ ਜੀ ਸਿਕਿਉਰਟੀ ਜਿਹੜੀ ਸੀ ਹਾਂ ਉਹਦੇ ਚ ਇੱਕ ਆਪਣਾ ਸੀਗਾ ਹਾਂ ਉਹਨਾਂ ਦਾ ਲਾਲ ਗੋਪਾਲ ਹੂੰ ਰਾਜਸਥਾਨ ਦਾ ਜਵਾਨ ਠੀਕ ਹੈ ਜੀ ਉਹ ਉਹ ਲੈ ਕੇ ਆਉਂਦਾ ਹੁੰਦਾ ਸੀ ਅੱਛਾ ਜੀ ਹਾਂ 5 ਕਿਲੋ ਅਫੀਮ ਇਕੱਠੀ ਹੂੰ ਮਂਗਾਈ ਦੀ ਸੀਗੀ ਹੂੰ ਕਿਉਂਕਿ ਥੋੜੀ ਫੀਮ ਜਿਹੜੀ ਆ ਨਾ ਉਹਦੀ ਬੱਤ ਦਾ ਨਹੀਂ ਫਿਰ ਪਤਾ ਲੱਗਦਾ ਨਵੀਂ ਪਹਿਲਾਂ ਆ ਗਈ ਅੱਧਾ ਕਿਲੋ ਮਂਗਾ ਲਈ ਹੂੰ ਤੇ ਉਹ ਇਕੱਠੀ ਆਉਂਦੀ ਸੀ ਸਾਰੇ ਹੀ ਖਾਂਦੇ ਕੋਈ ਨਹੀਂ ਸੀ 5 ਕਿਲੋ ਹੈ 5 ਕਿਲੋ ਫੀਮ ਉਹ ਸੀਆਰਪੀ ਦਾ ਜਵਾਨ ਲਿਆਉਂਦਾ ਸੀ ਉਹ ਘਰੇ ਉਹਨਾਂ ਦੇ ਖੇਤ ਖੂਤ ਸੀਗੇ ਉਹਨਾਂ ਦੀ ਆਬਦੀ ਹੁੰਦੀ ਬਹੁਤ ਵਧੀਆ ਹੂੰ ਤੇ ਉਹ ਫੇਮ ਵੀ ਵਰਤੀਦੀ ਸੀ ਤੇ ਨਾਲ ਉਹਦੀ ਦਵਾਈ ਵੀ ਬਣਾਈਦੀ ਸੀ ਉਹਦੇ ਵਿੱਚੋਂ ਕੀ ਦਵਾਈ ਬਣਦੀ ਹਾਂ ਫੇਮ ਕੇਸਰ ਸ਼ਿਲਾਜੀਤ ਲੋਪਸਮ ਤੇ ਸਵਰਨਵੰਗ ਪਾ ਕੇ ਉਹ ਜਿਹੜੀ ਉਹ ਤਾਂ ਛੱਡ ਦਿਓ ਤੁਸੀਂ ਜਿਹੜੀਆਂ ਉਹ ਗੱਲਾਂ ਹੁੰਦੀਆਂ ਉਹ ਤਾਂ ਮਸ਼ਹੂਰ ਰਹੀ ਆਪਣੀ ਜਿਹੜੀ ਸੁਨਹਿਰੀ ਗੋਲੀ ਸੀਗੀ ਨਾ ਵੱਡੇ ਵੱਡੇ ਲੋਕ ਮੰਗਦੇ ਹੁੰਦੇ ਸੀ ਖਾਂਦੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਦੀ ਐਵੇਂ ਨਹੀਂ ਖਾਦੀ मतलब ਘੋਰੀਆਂ ਵਾਲੇ ਅਮਲੀਆਂ ਵਾਲਾ ਕੰਮ ਨਹੀਂ ਕੀਤਾ ਨਾ ਕਦੇ ਅਮਲੀ ਬਣੇ ਪੀਂਤਾ ਵਾਲ ਹੈ ਵੀ ਨਹੀਂ ਜੀ ਨਾ ਹੈ ਨਹੀਂ ਇਹ ਤਾਂ ਮੈਂ ਬਦਨਾ ਹੁਣ ਫੀਮ ਕੀ ਸੀ ਪਹਿਲਾ ਯੁੱਧਾਂ ਦੇ ਵਿੱਚ ਜਿਹੜੀ ਸੀ ਅਫੀਮ ਵਰਤੀ ਜਾਂਦੀ ਸਾਡੇ ਬੜਾ ਇਹ ਮਹਿਮਾ ਕਿ ਅਫੀਮ ਪਤਾ ਨਹੀਂ ਨਾ ਨਸ਼ੇਲੀ ਵਰਤਦੇ ਸੀ ਹਮ ਯੁੱਧ ਦੇ ਵਿੱਚ ਪੇਨ ਕਿਲਰ ਜਿਹੜਾ ਉਹ ਅਫੀਮ ਹੈ ਹਮ ਇਹ ਤੁਸੀਂ ਇੱਕ ਨਾ ਕਰਨਲ ਕਲਾਈਵ ਦੀ ਚਿੱਠੀ ਅੱਜ ਵੀ ਆਰਕਾਈਵ ਦੇ ਵਿੱਚੋਂ ਉਦੋਂ ਕੋਈ ਬੰਦਾ ਫੋਟੋਸਟੈਟ ਕਢਾ ਕੇ ਲਿਆਇਆ ਸੀ ਉਹਨੂੰ ਪਿੱਛੋਂ ਆਉਂਦੀ ਹੈ ਵੀ ਤੂੰ ਇਹ ਜਮਨਾ ਦੇ ਕਿਨਾਰੇ ਬੈਠਾ ਤੇ ਹਮਲਾ ਕਿਉਂ ਨਹੀਂ ਕਰ ਰਿਹਾ ਉਹ ਪਿੱਛੇ ਜਵਾਬ ਦਿੰਦਾ ਵੀ ਮੇਰਾ ਅਫੀਮ ਦਾ ਰਾਸ਼ਨ ਖਤਮ ਹੋ ਗਿਆ ਫੌਜ ਦੇ ਵਿੱਚ ਹੈਜ਼ਾ ਫੈਲਣ ਦਾ ਡਰ ਹੈ ਮੇਰਾ ਰਾਸ਼ਨ ਭੇਜਿਆ ਜਾਵੇ ਮੈਂ ਤਾਂ ਹਮਲਾ ਕਰੂੰਗਾ 3 ਨਾਟ 3 ਰੈਫਲ ਧਿਆਨ ਚ ਲਿਆਓ ਹਾਂ ਉਹਦੇ ਬੱਟ ਦੇ ਵਿੱਚ ਨਾ ਹਾਂ ਪਿੱਛੇ ਬੱਟ ਦੇ ਵਿੱਚ ਜਗ੍ਹਾ ਬਣੀ ਹੁੰਦੀ ਹੈ ਉਹ ਫੌਜ ਤੋਂ ਆਈਆਂ ਹੋਈਆਂ ਰਾਈਫਲਾਂ ਨੇ 303 ਉਸ ਜਗ੍ਹਾ ਦੇ ਵਿੱਚ ਇੱਕ ਤਾਂ ਚਿੰਦੀ ਹੁੰਦੀ ਐ ਹਾਂ ਜਿਹੜਾ ਜਿਹੜਾ ਪੁੱਲ ਥਰੂ ਹੈ ਜਿਹਨੂੰ ਆਪਾਂ ਫੁੱਲ ਥਰੂ ਕਹਿਣ ਲੱਗੇ ਹਾਂ ਉਹਨੂੰ ਸਾਫ਼ ਕਰਨ ਵਾਸਤੇ ਦੂਜਾ ਜਿਹੜਾ ਅਫੀਮ ਦਾ ਰਾਸ਼ਨ ਹੁੰਦਾ ਸੀ ਫੌਜ ਦਾ ਉਹ ਅਫੀਮ ਰੱਖਣ ਨੂੰ ਬਣਦੀ ਸੀ ਠੀਕ ਆ ਫਿਰ ਇਹ ਵੀ ਹੋਇਆ ਕਿ ਸਾਡੇ ਜੇ ਬਾਬੂ ਰਜਬਲੀ ਔਰ ਸਾਡੇ ਲੇਖਕਾਂ ਦਾ ਕਰੀਏ ਕੀ ਨਾ ਇਹਨਾਂ ਨੇ ਕਦੇ ਹੀਰ ਬਾਰਿਸ਼ਾ ਪੜ੍ਹੀ ਨਾ ਬਾਬੂ ਰਜਬਲੀ ਪੜ੍ਹਿਆ ਨਾ ਬਾਬੂ ਸਿੰਘ ਮਾਨ ਕਦੇ ਸੁਣਿਆ ਸਦੀਕ ਤੇ ਰਣਜੀਤ ਕੌਰ ਦੇ ਮੂੰਹੋਂ ਕਿੱਥੋਂ ਆਉਣੀ ਸੀ ਭਾਸ਼ਾ ਬਾਬੂ ਆਪਣਾ ਰਜਬਲੀ ਕਹਿੰਦਾ ਮੈਨੂੰ ਹੁਣ ਯਾਦ ਆ ਗਈ ਉਹ ਨਾ ਜਿੱਥੇ ਉਹ ਕਰਦਾ ਵੀ ਆਇਆ ਇਸ ਥਾਂ ਤੇ ਉਹ ਕੌਲੀਆਂ ਭਧੌੜ ਨਕੜਾ ਹ ਭਾਈ ਰੂਪੇ ਜੈਸਾ ਕਾਂਗੇ ਦਾ ਪਲੰਗ ਹੈ ਮਸ਼ਹੂਰ ਜੁੱਤੀ ਡੱਲੇ ਦੀ ਹਾਂ ਤੇ ਅੱਗੇ ਜੁਗੇ ਰੱਲੇ ਦਾ ਜ਼ਿਕਰ ਨਾ ਕਰੋ ਨਹੀਂ ਉਹ ਮੈਂ ਜ਼ਿਕਰ ਕਰਕੇ ਤੁਹਾਨੂੰ ਦੱਸਦਾ ਵੀ ਕਿਉਂ ਹਾਂ ਉਹ ਮੈਂ ਉੱਥੇ ਥੋੜਾ ਮੈਂ ਖੜਦਾ ਹਾਂ ਜਾਨਣਾ ਵੀ ਇਹ ਕਿਉਂ ਲਿਖਿਆ ਉਹਨੇ ਹਾਂ ਉਹਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ ਅੱਛਾ ਐਵੇਂ ਨਹੀਂ ਬਾਬੂ ਰਜਵਲੀ ਲਿਖਦਾ ਉਹ ਉਹ ਹੀ ਹੈ ਨਾ ਤੇ ਸਟੇਸ਼ਨ ਬਠਿੰਡਾ ਨਾਲ ਸਰਾਂ ਨੂਰ ਮਹਿਲ ਜੈਸੀ ਤਾਲ ਤਲਵੰਡੀ ਦਾ ਸੁਹਾਵੇ ਢਾਬ ਮੱਲੇ ਦੀ ਮੇਰਠ ਜਾਂ ਗੁੜਬਾਬੂ ਅੰਬਨਾ ਅੰਬਾਲੇ ਜੈਸੀ ਹਮ ਲਹਿਰੀਏ ਪਟਿਆਲੇ ਤੇ ਜਨਾਨੀ ਜੋਗੇ ਰੱਲੇ ਦੀ ਹਾਂਜੀ ਹੁਣ ਜੋਗਾ ਤੇ ਰੱਲਾ ਪਿੰਡ ਨੇ ਦੋ ਫਿਰ ਮੈਂ ਉਹ ਉਹਦਾ ਫੋਲਣ ਲੱਗਿਆ ਇਤਿਹਾਸ ਲੋਕਧਾਰਾ ਚੋਂ ਵੇਖਿਆ ਪੁੱਛਿਆ ਤਾਂ ਇਹ ਹੋਇਆ ਕਿ ਉਥੇ ਗੁਰੂ ਤੇਗ ਬਹਾਦਰ ਜੀ ਜਾ ਰਹੇ ਸੀਗੇ ਤੇ ਇਹ ਕੁੜੀਆਂ ਤੀਆਂ ਦੇ ਦਿਨ ਸੀ ਪਿੱਪਲ ਤੇ ਪਿੰਗਾ ਝੂਟਦੀਆਂ ਸੀ ਰਲ ਕੇ ਤੇ ਜਦੋਂ ਉਹ ਲੰਘੇ ਤੇ ਉਹਨਾਂ ਨੂੰ ਸੰਤ ਜਾਣ ਕੇ ਸਾਰੀਆਂ ਕੁੜੀਆਂ ਨੇ ਉਹ ਛੱਡ ਕੇ ਆਪ ਦਾ ਝੂਟਣਾ ਤੇ ਸਿਰ ਢਾਕੇ ਮੱਥਾ ਟੇਕਿਆ ਨਮਸਕਾਰ ਕੀਤੀ ਤੇ ਉਹਨਾਂ ਨੂੰ ਬਿਠਾ ਕੇ ਕੁਛ ਜਾਣੀਆਂ ਘਰੋਂ ਦੁੱਧ ਲੈਣ ਚਲੇ ਗਈਆਂ ਲਿਆ ਕੇ ਦੁੱਧ ਸ਼ਿਕਾਇਆ ਜਲ ਲਿਆਂਦਾ ਸੇਵਾ ਕੀਤੀ ਤੇਗ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਰ ਦਿੱਤਾ ਕਿ ਇਸ ਪਿੰਡ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਕੋਈ ਬਾਝ ਨਹੀਂ ਹੋਊਗੀ ਇਹ ਬਾਬੂ ਰਾਜਵਲੀ ਐਵੇਂ ਨਹੀਂ ਲਿਖਦਾ ਇਹ ਦੀ ਗੱਲ ਸਬੰਧ ਐਵੇਂ ਸੋਹਣੀਆਂ ਸੂਣੀਆਂ ਵਾਲਾ ਨਹੀਂ ਹੈਗਾ ਇਹਦੇ ਪਿੱਛੇ ਆਹ ਗੱਲ ਪਈ ਜਿਹੜੀ ਇੱਕ ਮੈਂ ਲੱਭੀ ਹੈ ਹੋਰ ਵੀ ਹੋ ਸਕਦੀਆਂ ਨੇ ਫਿਰ ਇਹ ਵੀ ਹੈ ਕਿ ਸਾਡੇ ਕਈ ਜਿਹੜੇ ਮਹਾਰਾਜੇ ਸੀ ਉਹਨਾਂ ਦੀਆਂ ਰਾਣੀਆਂ ਮਹਾਰਾਣੀਆਂ ਉਥੋਂ ਦੀਆਂ ਰਹੀਆਂ ਨੇ ਜੋ ਗਿਰਲੇ ਦੀਆਂ ਚਾਹ ਲਗੋਤ ਹੈ ਉਹਨਾਂ ਦਾ ਸ਼ਾਇਦ ਹੂੰ ਜਿਹੜਾ ਮੈਂ ਇੰਨੀ ਕੁ ਗੱਲ ਮੈਂ ਲੱਭੀ ਹੈ ਹੁਣ ਗੱਲ ਫੀਮ ਦੀ ਸੀ ਕਿ ਉਹ ਉਹਦੇ ਵਿੱਚ ਉਹ 303 ਦੇ ਵਿੱਚ ਹੁੰਦੀ ਹੈ ਹੂੰ ਉਹਦੇ ਵਿੱਚ ਹੀ ਬਾਬੂ ਰਾਜਵਲੀ ਕਹਿੰਦਾ ਜਿੱਥੇ ਉਹ ਕਹਿੰਦਾ ਨਾ ਵੀ ਉਹ ਗੱਡੇ ਹੰਢਿਆਏ ਤੇ ਸੀਰ ਵਾਲੀ ਦੀ ਗੰਡਾਸੀ ਚੰਗੀ ਸਾਰੰਗੀ ਸੰਘੇੜਿਆਂ ਦੀ ਬੰਨ ਕੁੰਡੇ RAM ਤੇ ਹੂੰ ਆਦਨੀਆਂ ਕਹੀ ਮੂਲਿਆਂ ਵਾਲੇ ਦੀ ਆ ዳਤੀ ਚੰਗੀ ਵਿੱਚੋਂ ਉੱਚੀ ਰੱਖਦੇ ਬਣਾ ਕੇ ਖਾਣਾ ਲਾਹਮ ਤੇ ዳਤੀ ਦੇ ਵਿੱਚ ਵੀ ਮਤਲਬ ਉਹਦੇ ਵਾਂਗੂ ਖਾਣਾ ਬਣਾਉਣ ਲੱਗੇ ਸੀ ਮੂਲਿਆਂ ਵਾਲੀ ਦੇ ਮਿਸਤਰੀ ዳਤੀ ਦੇ ਵਿੱਚ ਹੁਣ ਉੱਥੇ ਉਹਦੇ ਚ ਪੈਸੇ ਤਾਂ ਰੱਖਣੇ ਨਹੀਂ ਸੀ ਹੁੰਦੇ ਬਾਢੀ ਵੇਲੇ ਅਫੀਮ ਹੀ ਰੱਖਣੀ ਹੁੰਦੀ ਸੀ ਨਾ ਉਸ ਖਾਣੇ ਦੇ ਵਿੱਚ ਉਹ ਵਾਹ ਹਾਂ ਇਹ ਜਿਹੜੀ ਚੀਜ਼ ਨੂੰ ਤੁਸੀਂ ਪੜ੍ਹਨਾ ਹੈ ਨਾ ਉਹਨੂੰ ਪੜ੍ਹਨਾ ਕਿਵੇਂ ਹੈ ਇਹ ਦੇਖਣਾ ਉਹ ਦੇ ਵਾਸਤੇ ਉਹ ਕਈਆਂ ਨੇ ਪੜ੍ਹ ਕੇ ਇਹਨੂੰ ਲੰਘੇ ਹੋਣਗੇ ਮੈਥੋਂ ਲੰਘਿਆ ਨਹੀਂ ਜਾਂਦਾ ਕਿਉਂਕਿ ਸੁਰਜੀਤ ਖੁਰਸ਼ੀਦੀ ਵਰਗੇ ਕਾਮਰੇਡ ਨੇ ਸਿਖਾਇਆ ਹੋਇਆ ਸਾਡੇ ਤਾਂ ਟੀਚਰ ਵੀ ਸਾਨੂੰ ਭਾਈ ਵੀਰ ਸਿੰਘ ਨੂੰ ਇਹ ਪੜਾਉਂਦੇ ਰਹੇ ਕਿ ਅੱਗ ਅੰਗ ਤੇ ਲਾ ਕੇ ਦੇਖੋ ਜਿਹੜਾ ਕੋਲੇ ਵਾਲਾ ਮਲਿਆਂ ਬਿਨ ਮਲਿਆਂ ਨਹੀਂ ਲੈਂਦੀ ਉਹ ਵੀ ਮਲਿਆਂ ਪੜਾਈ ਗਏ ਅਸੀਂ ਵੀ ਤੇ ਉਹਨਾਂ ਨੇ ਦੱਸਿਆ ਉਹ ਕੰਜਰਾ ਮਲਿਆਂ ਨਹੀਂ ਮਿਲਿਆਂ ਮਿਲਿਆਂ ਭਈ ਜਦੋਂ ਕੋਲਾ ਅੱਗ ਨੂੰ ਮਿਲਦਾ ਉਹ ਤਾਂ ਕਾਲਖ ਜਾਂਦੀ ਹੈ ਮਿਲਿਆਂ ਤੋਂ ਬਿਨਾ ਨਹੀਂ ਲੈਂਦੀ ਜਣੀ ਪੜਨ ਦਾ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਰਿਹਾ ਤੇ ਇਹ ਅਫੀਮ ਫੇਰ ਨਾਲ ਲਗਾ ਮੈਂ ਇਹ ਸੀ ਵੀ ਮੈਂ ਇਹ ਛੱਡਣੀ ਨਹੀਂ ਹੈਗੀ ਜਦੋਂ ਉਹ ਕਬਜ਼ਾ ਲੈ ਕੇ ਜੇਲ੍ਹ ਚ ਗਏ ਆ ਉਦੋਂ ਵੀ ਨਹੀਂ ਛੱਡੀ ਥਾਣੇ ਚ ਰਹੇ ਆ ਉੱਥੇ ਵੀ ਖਾਧੀ ਆ ਜਿਹੜੇ ਬੰਦੇ ਮਗਰ ਜਾਂਦੇ ਸੀ ਉਹਨਾਂ ਨੂੰ ਵੀ ਖਵਾਈ ਆ ਤੇ ਉਹਨਾਂ ਨੂੰ ਸਾਰੇ ਅਫਸਰਾਂ ਨੂੰ ਇਹ ਪਤਾ ਹੁੰਦਾ ਸੀਗਾ ਵੀ ਭਾਈ ਹੁਣ ਨਹੀਂ ਸਰਦਾ ਹੈਗਾ ਕੀ ਕਰੀਏ ਉਸ ਵੇਲੇ ਦਿਨ ਵੀ ਕੁਛ ਇਹੋ ਜਿਹਾ ਸੀ ਅੱਜ ਵਾਲੇ ਤਾਂ ਹੈ ਨਹੀਂ ਸੀਗੇ ਇੱਕ ਲੜਾਈ ਚੱਲ ਰਹੀ ਸੀ ਸਾਰਿਆਂ ਦੀ ਉਦੋਂ ਉਸ ਦੌਰ ਦੇ ਵਿੱਚ ਤੁਸੀਂ ਜਦੋਂ ਲਿਖਦੇ ਹੋ ਨਾ ਵੀ ਉਹ ਅੱਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਹਾਂ ਤਾਂ ਉੱਥੇ ਭੈਣੀ ਸਾਹਿਬ ਸਭ ਦੇ ਲਈ ਇੱਕ ਸੇਫ ਉੱਥੇ ਅਫਸਰਾਂ ਦੇ ਵਿੱਚ ਵੀ ਆ ਉੱਥੇ ਅੱਤਵਾਦੀਆਂ ਦੇ ਵਿੱਚ ਵੀ ਆ ਬਿਲਕੁਲ ਤੇ ਉੱਥੇ ਆ ਆਮ ਲੋਕਾਂ ਦੇ ਵਿੱਚ ਵੀ ਆ ਜਿਹੜੇ ਪੀੜਤ ਆ ਉਹ ਹੁਣ ਅਕਾਡਮੀ ਆ ਸਤਗੁਰੂ ਪ੍ਰਤਾਪ ਸਿੰਘ ਅਕਾਡਮੀ ਹਾਂ ਬੜੀ ਨਾਮਵਰ ਹੈ ਅੱਜ ਵੀ ਬਹੁਤ ਹਾਂ ਤੇ ਉਹਦੇ ਵਿੱਚ ਉਦਾਹਰਨ ਦੇ ਕੇ ਦੱਸ ਦਿੰਨਾ ਵੀ ਸੁਖਵਿੰਦਰ ਸਿੰਘ ਸੰਘਾ ਹਾਂ ਜਿਹੜੇ ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਮੁਖੀ ਨੇ ਹੂੰ ਉਸ ਤੋਂ ਬਾਅਦ ਰਿਸ਼ਪਾਲ ਸ਼ੰਦੜਾ ਹੁਣੇ ਮੁਖੀ ਬਣਦੇ ਨੇ ਹੂੰ ਤੇ ਉਹ ਉਹਨਾਂ ਦੇ ਭਰਾ ਪੜ੍ਹਦੇ ਨੇ ਉਸ ਅਕੈਡਮੀ 'ਚ ਠੀਕ ਹੈ ਜੀ ਤੇ ਪੁਲਿਸ ਅਫਸਰਾਂ ਦੇ ਬੱਚੇ ਵੀ ਉੱਥੇ ਹੀ ਪੜ੍ਹਦੇ ਨੇ ਹੂੰ ਉਹਨਾਂ ਨੇ ਇਹ ਇੱਕ ਰੱਖੀ ਹੁੰਦੀ ਸੀ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਥਾਵਾਂ ਉਹ ਸੇਫ ਹੁੰਦੀਆਂ ਸੀਗੀਆਂ ਹਸ਼ਿਆਰਪੁਰ ਰਿਹਾ ਕਿੰਨੀ ਚਿਰ ਜਿੰਨਾ ਚਿਰ ਉਹ ਘਟਨਾ ਨਹੀਂ ਹੋਈ ਹੈ ਕਬੱਡੀ ਤੇ ਇਸ ਤਰ੍ਹਾਂ ਦੇ ਥਾਂ ਸੀ ਇਹ ਦੋਹਾਂ ਨੇ ਇੱਕ ਅਣਲਿਖਤ ਗੁਪਤ ਸਮਝੌਤੇ ਚੁੱਪ ਕੀਤੇ ਹੁੰਦੇ ਨੇ ਕਿ ਭਾਈ ਉੱਥੇ ਤੁਸੀਂ ਵੀ ਨਾ ਕਰਿਓ ਅਸੀਂ ਵੀ ਨਹੀਂ ਤੇ ਉਹ ਹੁਣ ਹੁੰਦਾ ਕੀ ਹੈ ਕਿ ਕੋਈ ਐਸ ਐਚਓ ਉਹਨਾਂ ਦੀ ਫੀਸ ਦੇਣ ਆਇਆ ਹੋਇਆ ਅਫਸਰਾਂ ਦੇ ਬੱਚਿਆਂ ਦੀ ਇਧਰੋਂ ਰਿਸ਼ਪਾਲ ਚੰਦਣਾ ਸੁਖਵਿੰਦਰ ਸਿੰਘ ਸੰਘਾ ਦੇ ਭਰਾਵਾਂ ਦੀ ਫੀਸ ਦੇਣ ਆਇਆ ਮਿਲਣ ਆਇਆ ਤੇ ਦੋਹਾਂ ਕੋਲੇ ਪਿਸਤਲ ਤਾਂ ਹੋਣ ਗਈ ਅੰਦਰ ਕਿਤੇ ਨਾ ਕਿਤੇ ਤੇ ਉਹ ਆ ਜਾਣਦੇ ਨੇ ਤੇ ਮੈਨੂੰ ਪਤਾ ਹੈ ਕਿ ਜਦੋਂ ਆਹਮੋ ਸਾਹਮਣੇ ਹੁੰਦੇ ਹੋਣਗੇ ਉਹ ਵੀ ਜਾਣਦਾ ਵੀ ਇਹ ਰਿਸ਼ਪਾਲ ਸ਼ੰਦਣਾ ਉਹ ਵੀ ਜਾਣਦਾ ਵੀ ਇੱਕ ਵਾਰੀ ਤਾਂ ਹੱਥ ਜਾਂਦਾ ਹੋਊਗਾ ਤੇ ਫਿਰ ਆਰਾਮ ਨਾਲ ਆ ਜਾਂਦਾ ਹੋਊਗੀ ਇਹ ਭੈਣੀ ਸਾਹਿਬ ਇਹੋ ਜਿਹੀਆਂ ਬਹੁਤ ਘਟਨਾਵਾਂ ਨੇ ਉੱਥੇ ਜਿਹੜੀਆਂ ਹੁੰਦੀਆਂ ਰਹੀਆਂ ਜਿਨ੍ਹਾਂ ਦੇ ਵਿੱਚ ਦੀਆਂ ਹੈ ਕੇ ਲੰਘਦੇ ਨੇ ਮੈਨੂੰ ਹਰਪਾਲ ਸਿੰਘ ਪੰਨੂ ਹੁਣੀ ਕਹਿੰਦੇ ਵੀ ਤੂੰ ਨਾ ਪੰਜਾਬ ਦੇ ਉਸ ਦੌਰ ਬਾਰੇ ਤੂੰ ਲਿਖ ਹਾਂ ਕਿਉਂਕਿ ਕਹਿੰਦੇ ਤੂੰ ਦੁਆ ਦੋਏ ਪਾਸੇ ਬਹੁਤ ਚੰਗੀ ਤਰ੍ਹਾਂ ਦੇਖੇ ਨੇ ਹਾਂ ਸਾਰੇ ਜੇ ਕਹਿੰਦੇ ਮੈਂ ਲਿਖੂਗਾ ਤਾਂ ਮੈਂ ਉਹ ਇੱਧਰ ਖੜ ਕੇ ਲਿਖੂ ਖਾੜਕੂਆ ਵਾਲਾ ਹੂੰ ਜੇ ਕੋਈ ਕੇ ਪੀ ਐਸ ਸਕਿੱਲ ਹੁਣਾ ਵਰਗੇ ਉਹ ਬੰਦੇ ਲਿਖਣਗੇ ਉਹ ਪੁਲਿਸ ਵਾਲੇ ਪਾਸੇ ਖੜ ਕੇ ਲਿਖਣਗੇ ਹੂੰ ਤੂੰ ਇਸ ਦੌਰ ਨੂੰ ਲਿਖ ਉਹ ਮੈਂ ਲਿਖਣਾ ਵੀ ਹੈ ਉਹਦੇ ਤੇ ਮੇਰਾ ਕੰਮ ਚੱਲਦਾ ਲਿਖਣਾ ਤੇ ਬਹੁਤ ਕੋਸ਼ਾ ਹੈ ਜੇ ਪਰ ਬੜੀਆਂ ਪਰ ਜੇ ਕੋਈ ਆ ਜਾਂਦਾ ਹੂੰ ਮੰਨ ਲਓ ਕਿਸੇ ਕੋਲੇ ਐਸਲਾ हां चेक ਕਰ ਕਿਵੇਂ ਕਰਦੇ ਸੀ चेक ਉਹ ਖਾਸ ਤੌਰ ਤੇ ਹੁੰਦਾ ਸੀ ਬਾਹਰ ਤੇ ਭਾਵੇਂ ਉਹ ਫਰੀ ਫੁਰੀ ਜਾਣ ਪਤਾ ਹੁੰਦਾ ਸੀ ਐਡਾ ਨਹੀਂ ਸੀ ਕਹਿੰਦੇ ਹਮ ਪਰ ਜੇ ਕੋਈ ਕਹਿੰਦਾ ਵੀ ਸਤਗੁਰੂ ਜਗਜੀਤ ਸਿੰਘ ਦੇ ਦਰਸ਼ਨ ਕਰਨੇ ਨੇ ਉਹ ਇੱਕ ਤਰ੍ਹਾਂ ਦਾ ਸਾਡਾ ਇੱਕ ਕਿਲਾ ਸੀਗਾ ਹਮ ਉਹਦੇ ਵਿੱਚ ਨਹੀਂ ਸੀ ਅਸੀਂ ਜਾਣ ਦਿੰਦੇ ਹੁਣ ਉਹ ਬੰਦੇ ਜਿਹੜੇ ਆਉਂਦੇ ਨੇ ਉਹ ਅੱਛੇ ਬੰਦੇ ਹੁੰਦੇ ਸੀ ਤੇ ਚੈੱਕ ਕਰਨ ਦਾ ਉਹ ਤਰੀਕਾ ਜਿਹੜਾ ਮੈਂ ਦੱਸਿਆ ਸਾਡਾ ਇਹੀ ਹੁੰਦਾ ਸੀ ਵੀ ਉਹ ਦੇਖਿਆ ਵੀ ਇਹਨਾਂ ਨੇ ਹੁਣ ਮਿਲਣਾ ਤੇ ਦੂਰੋਂ ਹੀ ਕੋਈ ਸਾਡੇ ਚ ਕੋਈ ਨਾ ਕੋਈ ਬੰਦਾ ਮਤਲਬ ਉਹਦਾ ਪਤਾ ਹੈ ਵੀ ਇਹ ਜਿਹੜਾ ਆ ਰਿਹਾ ਹੈ ਇਹ ਵੀ ਨਿਸ਼ਾਨ ਸਿੰਘ ਹੈ ਹਮ ਪਰ ਉਹਨੂੰ ਇਹ ਕਹਿ ਕੇ ਮਤਲਬ ਦੂਰੋਂ ਉਹ ਬੱਲੇ ਬੱਲੇ ਉਹ ਕੁਲਦੀਪ ਕਿੱਥੇ ਤੂੰ ਇੰਨਾ ਚਰ ਉਹਨੂੰ ਜੱਫੀ ਪਾ ਲੈਣੀ ਘੁੱਟ ਕੇ ਸਾਰਾ ਉਹਨੂੰ ਟੋ ਲੈਣਾ ਵੀ ਇਹਦੇ ਕੋਲੇ ਹੈ ਤਾਂ ਨਹੀਂ ਕੁਛ ਉਹਨੇ ਫਿਰ ਦੱਸਣਾ ਵੀ ਨਹੀਂ ਭਾਜੀ ਮੈਂ ਕੁਲਦੀਪ ਨਹੀਂ ਮੈਂ ਤੇ ਨਿਸ਼ਾਨਸ ਬਿਲਕੁਲ ਯਾਰ ਉਹਦੇ ਵਾਂਗੂ ਹੀ ਲੱਗਦਾ ਤੂੰ ਕੁਲਦੀਪ ਵਾਂਗੂ ਹੀ ਉਹੀ ਕੱਦ ਉਹੀ ਕੱਦ ਉਹੀ ਚਿਹਰਾ ਵੇਖੋ ਭਾਜੀ ਇਦਾਂ ਸਾਰਾ ਇਹੋ ਜਿਹੇ ਤਰੀਕੇ ਜਿਹੜੇ ਸੀ ਨਾ ਉਹਨੂੰ ਮਹਿਸੂਸ ਹੋਵੇ ਵੀ ਭਾਈ ਸਾਡੀ ਤਲਾਸ਼ੀ ਲਈ ਹੈ ਇੱਕ ਫਿਰ ਉੱਥੇ ਆਪਾਂ ਬੈਕ ਜੱਗ ਜਿਹੜਾ ਸਵਾਲ ਛੱਡ ਗਿਆ ਸੀ ਸਭ ਤੋਂ ਔਖਾ ਕਬਜ਼ਾ ਕਬਜ਼ੇ ਤਾਂ ਸਾਰੇ ਹੀ ਔਖੇ ਹੁੰਦੇ ਨੇ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਤਿਆਰੀ ਤੇ ਹਰ ਜਗ੍ਹਾ ਹੀ ਪੂਰੀ ਹੁੰਦੀ ਹੈ ਪਰ ਇਹ ਲੁਧਿਆਣੇ ਵਾਲਾ ਜਿਹੜਾ ਸੀ ਨਾ ਜਿੱਥੇ ਅੱਜ ਇਹ ਹਸਪਤਾਲ ਹੈ ਅਪੋਲੋ ਅਪੋਲੋ ਹਸਪਤਾਲ ਸ਼ੇਰਪੁਰ ਚੌਂਕ ਦੇ ਵਿੱਚ ਹੂੰ ਇਹ ਕਬਜ਼ਾ ਬਹੁਤ ਵੱਡਾ ਸੀ ਮੈਨੂੰ ਤਾਂ ਹੁਣ ਤੱਕ ਵੀ ਇਹ ਲੱਗਦਾ ਹੈ ਕਿ ਸ਼ਾਇਦ ਪੰਜਾਬ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਹਾਂ ਮਹਿੰਗਾ ਤੇ ਵੱਡਾ ਕਬਜ਼ਾ ਇਹੀ ਹੈ ਵੀ ਅਜੇ ਤੱਕ ਇਸ ਤਰ੍ਹਾਂ ਨਹੀਂ ਹੋਇਆ ਹੂੰ ਤੇ ਇਹਨਾਂ ਨੇ ਹੁਣ ਕੀਤੇ ਨੇ ਉਹ ਸਰਕਾਰ ਨੇ ਜਿਹੜੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਤੇ ਉਹ ਜ਼ਮੀਨਾਂ ਜੂਨਾ ਵਾਈਆਂ ਉਹ ਭਾਵੇਂ ਕਹਿਣ ਵੀਏ ਜ਼ਿਆਦਾ ਨੇ ਪਰ ਜਿਹੜਾ ਇੰਡੀਵਿਜੂਅਲ ਬੰਦੇ ਆ ਜਿਹੜਾ ਇੰਡੀਵਿਜੂਅਲ ਬੰਦੇ ਦਾ ਜਿਹੜਾ ਉਹ ਉਹੀ ਕਬਜ਼ਾ ਹੈ ਤੇ ਉਹ ਇਹ ਸੀ ਕਿ ਉਹ ਆਪਣੀ 37 ਕਨਾਲ 16 ਮਰਲੇ ਜਗ੍ਹਾ ਉਹ 37 ਕਨਾਲ 16 ਮਰਲੇ ਸਾਰੀ ਉਹਦਾ ਬਹੁਤ ਪੁਰਾਣਾ ਕੇਸ ਚੱਲਦਾ ਸੀ ਹੂੰ ਜਦੋਂ ਕਿਤੇ ਉਹ ਥੱਲੇ ਹਾਕਮ ਸਿੰਘ ਗਿਆਸਪੁਰਾ ਉੱਥੇ ਮੇਅਰ ਵੀ ਰਹੇ ਨੇ ਹੂੰ ਦੂਜੇ ਪਾਸੇ ਉਹ ਵੀ ਸੀਗੇ ਕੋਈ ਹੋਰ ਬੰਦੇ ਸੀ ਤੇ ਇੱਕ ਥੱਲੇ ਕਿਤੇ ਉਹ ਜਿੱਤੇ ਤਾਂ ਉਹਨਾਂ ਨੇ ਉਸ ਦੌਰਾਨ ਉਹ ਸਾਰੀ ਜਗ੍ਹਾ ਵੇਚਤੀ ਫੈਕਟਰੀਆਂ ਵਾਲਿਆ ਹੂੰ ਤੇ ਉਹ ਫੈਕਟਰੀਆਂ ਲੱਗ ਗਈਆਂ ਉਹ ਚੱਲਣ ਲੱਗੀਆਂ ਤੇ ਉਹ ਕੋਈ 15 ਸਾਲ ਤੋਂ 10 ਸਾਲ ਤੋਂ ਇਸ ਤਰ੍ਹਾਂ ਚੱਲਦੀਆਂ ਸੀ ਤੇ ਸੁਪਰੀਮ ਕੋਰਟ ਤੋਂ ਜਾ ਕੇ ਉਹ ਫਿਰ ਸਾਡੇ ਹੱਕ 'ਚ ਹੋ ਗਿਆ ਨਾਮਤਾਰੀ ਡੇਰੇ ਦੀ ਜੀ ਹਾਂ ਉਹ ਹੁਣ ਉਹ ਕਬਜ਼ਾ ਲੈਣਾ ਹੂੰ ਪੁਲਿਸ ਜਾਊਗੀ ਨਾਲ ਪਰ ਤੁਹਾਨੂੰ ਪਤਾ ਵੀ ਅੱਗੇ ਇੰਨੀਆਂ ਫੈਕਟਰੀਆਂ ਨੇ ਇਹਨੇ ਲੋਕ ਨੇ ਬਹੁਤ ਜ਼ਿਆਦਾ ਇਹ ਕਬਜ਼ਾ ਜ਼ਮੀਨ ਆ ਤੁਸੀਂ ਜਾ ਕੇ ਵਾਹ ਲੋਗੇ ਹੂੰ ਹੈਨਾ ਫੈਕਟਰੀਆਂ ਦਾ ਕਬਜ਼ਾ ਕਿਵੇਂ ਲਿਆ ਜਾਊਗਾ ਉਹ ਬਹੁਤ ਔਖਾ ਸੀ ਬਹੁਤ ਜ਼ਿਆਦਾ ਉਹਦੇ ਤੇ ਬੜੀਆਂ ਮੀਟਿੰਗਾਂ ਹੋਈਆਂ ਤੇ ਸੁਰਿੰਦਰ ਸਿੰਘ ਨਾਮਤਾਰੀ ਸੀਗੇ ਇਹ ਇਹਨਾਂ ਨੇ ਕਿਉਂਕਿ ਉਹ ਕੇਸ ਦੀ ਦੇਖ ਰੇ ਕੀਤੀ ਸੀ ਇਹ ਜਿੱਤੇ ਸੀ ਇਹ ਅੱਗੇ ਲੱਗੇ ਹੋਏ ਸੀ ਤੇ ਇਧਰੋਂ ਤੇ ਸਾਰਿਆਂ ਨੂੰ ਹੀ ਹੁਕਮ ਹੋਇਆ ਜਿੰਨੇ ਸਾਰੇ ਉਸ ਵੇਲੇ ਆਗੂ ਸੀ ਬੰਦੂਕਾਂ ਮਦਾਕਾਂ ਸੀ ਪਿੰਡਾਂ ਚੋਂ ਲਿਆਉਣੀਆਂ ਸੀ ਤੇ ਸਤਿਗੁਰੂ ਜੀ ਨੇ ਮੈਨੂੰ ਇਹ ਕਿਹਾ ਕਿ ਇਹ ਸੁਰਿੰਦਰ ਨਾਮ ਧਾਰੀ ਦੇ ਨਾਲ ਤੂੰ ਰਹਿਣਾ ਸੁਰਿੰਦਰ ਦੇ ਤੂੰ ਖਿਆਲ ਰੱਖਣਾ ਇਹ ਸਾਰਾ ਹੂੰ ਉਹ ਜਾਣਦੇ ਸੀ ਕਿ ਇਹਨਾਂ ਦੇ ਸਾਰਿਆਂ ਦੇ ਆਪਸ ਵਿੱਚ ਕੋਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਇਹਨੂੰ ਹੀ ਫੇਲ ਕਰਨ ਵਾਸਤੇ ਤੇ ਕੋਈ ਗੜਬੜ ਕਰ ਦੇਣ ਮੇਰੇ ਬਾਰੇ ਸਤਿਗੁਰੂ ਜੀ ਨੂੰ ਇੰਨਾ ਕੁ ਪਤਾ ਸੀ ਵੀ ਇਹ ਡੇਰੇ ਨਾਲ ਕੋਈ ਇਹੋ ਜੀ ਗੱਲ ਨਹੀਂ ਕਰ ਸਕਦਾ ਹੂੰ ਇਸ ਤਰ੍ਹਾਂ ਦੀ ਜਿੱਥੇ ਕੋਈ ਡੇਰੇ ਦਾ ਨੁਕਸਾਨ ਹੁੰਦਾ ਹੂੰ ਚਲੋ ਉਹ ਚਲੇ ਗਏ ਉਦੋਂ ਪਹਿਲਾਂ ਬੜਾ ਕੁਝ ਪੁਲਿਸ ਨਾਲ ਜਾ ਮੈਨੇਜ ਕਰ ਇਹ ਕਰ ਬੰਦਿਆਂ ਨੂੰ ਕਰ ਲਿਆ ਸਾਰੀ ਤਿਆਰੀ ਹੋ ਗਈ ਇੱਕ ਮੇਰਾ ਇਹ ਬਚਪਨ ਤੋਂ ਹੀ ਰਿਹਾ ਕਿ ਚੌਪਈ ਸਾਹਿਬ ਮੇਰੇ ਅੰਗ ਸੰਗ ਰਹੇ ਹੂੰ ਮੈਂ ਜਦੋਂ ਵੀ ਕਿਤੇ ਜਾਣਾ ਆਉਣਾ ਅੱਜ ਵੀ ਕੋਈ ਵੀ ਕੰਮ ਕਰਨਾ ਮੈਂ ਚੌਪਈ ਸਾਹਿਬ ਦਾ ਪਾਠ ਜਿਹੜਾ ਉਹ ਕਰਦਾ ਸੀ ਇਹ ਰਿਹਾ ਤੇ ਮੈਂ ਉਸ ਦਿਨ ਵੀ ਅਸੀਂ ਤਿਆਰੀ ਕਰ ਲਈ ਕੋਈ 150-200 ਦੇ ਕਰੀਬ ਸਾਡੇ ਕੋਲੇ ਬੰਦੂਕਾਂ ਵਾਲੇ ਸੀਗੇ ਬੰਦੇ ਹੂੰ ਕੁਝ ਹੋਰ ਬੰਦੇ ਤੇ ਜਿਹੜੀਆਂ ਸੀਗੀਆਂ ਇਹ ਆਪਣੀਆਂ ਇੱਕ ਬਲਡੋਜ਼ਰ ਸੀ ਤੇ ਆਹ ਜੀਸੀਬੀ ਮਸ਼ੀਨਾਂ ਸੀਗੀਆਂ ਟਰੈਕਟਰ ਟਰਾਲੀਆਂ ਬੜਾ ਬਹੁਤ ਵੱਡਾ ਜਣੀ ਤਾਮ-ਚਾਮ ਸੀ ਹੂੰ ਤਾਂ ਨਾਲ ਪੁਲਿਸ ਵਾਲੇ ਵੀ ਸੀ ਕਿ ਉਹਨਾਂ ਨੇ ਤਾਂ ਕੀ ਕਰਨਾ ਹੁੰਦਾ ਆਲੇ-ਦਾਲੇ ਖੜਨਾ ਖੁੰਣਾ ਹੁੰਦਾ ਤੇ ਕਸਮਾਨ ਪੈ ਰਿਹਾ ਰੌਲਾ ਪੈ ਰਿਹਾ ਪੂਰਾ ਉਹ ਜਿਹੜਾ ਜੀਸੀਬੀ ਵਾਲਾ ਮੁੰਡਾ ਸਵੇਰੇ ਸਾਰਿਆਂ ਨੂੰ ਟੀਮ ਫੂਮ ਖਵਾ ਦਿੱਤੀ ਗਈ ਅਫੀਮ ਇੱਕ ਜਹੀ ਚੀਜ਼ ਆ ਮੈਂ ਜਿੰਮੇ ਯੁੱਧ ਦੀ ਗੱਲ ਕਰਦਾ ਸੀ ਨਾ ਕਿ ਹਰ ਯੁੱਧ ਦੇ ਵਿੱਚ ਇਹ ਕੰਮ ਆਉਂਦੀ ਹੈ ਇੱਕ ਤਾਂ ਤੁਹਾਡਾ ਇਹ ਪੇਟ ਨਹੀਂ ਖਰਾਬ ਹੋਣ ਦਿੰਦੀ ਹਮ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਸਮੱਸਿਆ ਆਉਂਦੀ ਹੁੰਦੀ ਕਈ ਵਾਰੀ ਚੰਗਿਆਂ ਚੰਗਿਆਂ ਨੂੰ ਆ ਜਾਂਦੀ ਹੈ ਕੋਈ ਗੋਲੀ ਚੱਲੀ ਕੁਝ ਹੋਰ ਹੋਇਆ ਤੇ ਉਹ ਨਾ ਵੀ ਵੈਸੇ ਸਾਲਾ ਕਿਉਂਕਿ ਜਿਹੜੀ ਖਰਾਕ ਖੂਪ ਵੀ ਐਨ ਸੇਵਾ ਕੀਤੀ ਹੁੰਦੀ ਆ ਜਾਦੇ ਹਮ ਬੰਦਾ ਉੱਥੇ ਜਾ ਕੇ ਕਿਤੇ ਆਇ ਲੱਭਦਾ ਫਿਰੇ ਉੱਲਾ ਜਾ ਤੇ ਦੂਜੇ ਨਾਲ ਦੇ ਉਹੀ ਤਾੜੀ ਮਾਰ ਦਿੰਦੇ ਨੇ ਵੀ ਬਸ ਡਰ ਗਿਆ ਇਹ ਇਹ ਜਿਹੜਾ ਅਫੀਮ ਇਹਨਾਂ ਕਈ ਗੱਲਾਂ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਸ਼ਾਂਤ ਰੱਖਦੀ ਹੈ ਤੁਹਾਨੂੰ ਗੁੱਸੇ 'ਚ ਨਹੀਂ ਆਉਣ ਦਿੰਦੀ ਤੇ ਕਬਜ਼ੇ ਦਾ ਜਿਹੜਾ ਤੁਹਾਨੂੰ ਪਤਾ ਹੈ ਇਹਦੇ 'ਚ ਵੀ ਮੈਂ ਲਿਖਿਆ ਕੋਈ ਸੁਹਲਾ ਬੰਦਾ ਨਹੀਂ ਮਰਨਾ ਚਾਹੀਦਾ ਗਾਲਾਂ ਕੱਢੀ ਜਾਓ ਗੋਲੀਆਂ ਚਲਾਈ ਜਾਓ ਕੁਝ ਬੰਦਾ ਨਾ ਮਰੇ ਬੰਦਾ ਮਰ ਗਿਆ ਤਾਂ ਕਬਜ਼ਾ ਕਿੱਡਾ ਵੀ ਤੁਸੀਂ ਤਖੜਿਓ ਕੁਛ ਉੱਥੇ ਹੀ ਰਹਿ ਜਾਉ ਉੱਥੇ ਹੀ ਰਹਿ ਜਾ ਸਰ ਤੇ ਇਹ ਹੁੰਦੀ ਹੈ ਹੁਣ ਉਹ ਚੱਲ ਰਿਹਾ ਤੇ ਉਹ ਮੁੰਡਿਆਂ ਨੂੰ ਕਹਤਾ ਕਿ ਕੋਈ ਵੀ ਘਰ ਢਾਉਣਾ ਕਰਨਾ ਉਹਨੂੰ ਜਿੱਧਰ ਉਹਦਾ ਦਰਵਾਜਾ ਬੂਹਾ ਉਸ ਪਾਸਿਓਂ ਜਾਣਾ ਹੈ ਠੀਕ ਹੈ ਜੀ ਪਿਛਲੇ ਪਾਸਿਓਂ ਨਹੀਂ ਕਾ ਇਹ ਨਾ ਹੋਵੇ ਕਿ ਅੰਦਰ ਕੋਈ ਹੋਵੇ ਤੁਸੀਂ ਉਹ ਘਰ ਢਾਉਂ ਇਟਾ ਉਟਾ ਡਿੱਗਣ ਉੱਥੇ ਉਹ ਮਰ ਜਵੇ ਤੇ ਉਹ ਮੈਂ ਇੱਕ ਦੇਖਿਆ ਕਿ ਉਹ ਜਿਹੜੇ ਨਾ ਬਣੇ ਹੋਏ ਸੀ ਬਹੁਤ ਜ਼ਿਆਦਾ ਉਹ ਸਰਵੈਂਟ ਕੁਆਟਰ ਤੱਕ ਆਦੇ ਸੀ ਇਟਾਂ ਉਹੀ ਸੁੱਕੀਆਂ ਇਟਾਂ ਚਣ ਕੇ ਉੱਤੇ ਚਾਦਰਾਂ ਚੂਦਰਾਂ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਲੇਬਰ ਰਹਿੰਦੀ ਸੀ ਉੱਥੇ ਕੰਮ ਕਰਨ ਵਾਲੀ ਹੂੰ ਉਹ ਇੱਕ ਜੇਸੀ ਵਾਲੇ ਨੇ ਮੈਂ ਦੇਖਿਆ ਵੀ ਪਿੱਛੋਂ ਨਾ ਉਠਾਉਣ ਲੱਗਿਆ ਉਹਨੂੰ ਹੂੰ ਮੈਂ ਭੱਜ ਕੇ ਜਾ ਕੇ ਉਹਨੂੰ ਰੋਕਿਆ ਤੇ ਉਹਦੇ ਚਪੇੜ ਵੀ ਮਾਰੀ ਇੱਕ ਹੂੰ ਵੀ ਤੈਨੂੰ ਜਦੋਂ ਕਿਹਾ ਵੀ ਮੂਹਰੇ ਪਾਸੇ ਦੀ ਆ ਜੇ ਅੰਦਰ ਕੁਝ ਹੋਇਆ ਤੇ ਉਹ ਭੱਜ ਕੇ ਨਾ ਬਾਹਰ ਨਿਕਲ ਰਹੇ ਨੇ ਆਪਣਾ ਸਮਾਨ ਚੱਕਿਆ ਭਗਦੜ ਮੱਚੀ ਆ ਰੋ ਰਹੇ ਨੇ ਲੋਕ ਤੇ ਉਹ ਢਾ ਰਹੇ ਆ ਸੀ ਸਾਰਾ ਜਿਹੜਾ ਤੇ ਜਦੋਂ ਉਹ ਉੱਪਰਲੇ ਪਾਸੇ ਦੀ ਆਉਣ ਲੱਗਿਆ ਤੇ ਉਹਨੂੰ ਢੋਂਦਾ ਤਾਂ ਮੈਂ ਦੇਖਿਆ ਕਿ ਇੱਕ ਬੱਚੀ ਜਿਹੜੀ ਐਡੀ ਸੀ ਨਾ ਉਹ ਭੱਜ ਕੇ ਅੰਦਰ ਚਲੀ ਹੂੰ ਤੇ ਉਹ ਮੈਂ ਮੁੰਡੇ ਸੀ ਨਾਲ ਉਹਨਾਂ ਨੂੰ ਕਿਹਾ ਮੈਂ ਕਿਹਾ ਓਏ ਫਾੜੇ ਨੂੰ ਅੰਦਰ ਜਾਂਦੀ ਇਹਨੇ ਕੋਈ ਖੜਾਉਣਾ ਖੜੂਣਾ ਜਾ ਤੇ ਉਹਨੇ ਉਹਦੀ ਬਾਹ ਫੜ ਲਈ ਤੇ ਖੜਾ ਲਿਆ ਉਹਨੂੰ ਹੂੰ ਤੇ ਉਹ ਟਾ ਰਿਹਾ ਏਟਾ ਉਟਾ ਡਿੱਗ ਰਹੀਆਂ ਨੇ ਉਹ ਪਤਾ ਨਹੀਂ ਕਿਹੜੇ ਵੇਲੇ ਉਹਨੇ ਬਾਹ ਛਡਾਈ ਤੇ ਅੰਦਰ ਜਾ ਬੜੀ ਉਹ ਸਾਰੀਆਂ ਡਿੱਗਦੀਆਂ ਏਟਾਂ ਦੇ ਉਹ ਜਿਹੜਾ ਚਾਦਰਾਂ ਡਿੱਗ ਰਹੀਆਂ ਨੇ ਤੇ ਮੈਨੂੰ ਬਹੁਤ ਗੁੱਸਾ ਚੜਿਆ ਵੀ ਇਹ ਮਤਲਬ 7-8 ਸਾਲ ਦੀ ਬੱਚੀ ਵੀ ਇਹਦਾ ਕੋਈ ਨਾ ਖੜਾਉਣਾ ਅੰਦਰ ਇਹ ਉਹ ਆਪਦਾ ਚੱਕਣ ਜਾਂਦੀ ਹੈ ਇਹਨੇ ਸਾਡਾ ਸਾਰਾ ਕਬਜ਼ਾ ਇੱਥੇ ਜੇ ਇਹਨੂੰ ਉਤੋਂ ਕੁਝ ਹੋ ਗਿਆ ਸਾਡਾ ਕਬਜ਼ਾ ਇੱਥੇ ਰਹਿ ਜਾਣਾ ਵੀ ਮੈਂ ਆਪ ਇਹਦੇ ਮਾਰਦਾ ਦੋ ਚਪੇੜਾ ਉਹ ਜਦੋਂ ਮੈਂ ਅੱਗੇ ਵਧਿਆ ਨਾ ਉਹਦੇ ਚਪੇੜਾ ਮਾਰਨ ਤੇ ਉਹ ਅੰਦਰੋਂ ਆ ਰਹੀ ਹੈ ਤੇ ਉਹਦੀ ਹਿੱਕ ਨਾਲ ਉਹਨੇ ਨਾ ਬਲੂਂਗੜਾ ਲਾਇਆ ਹੋਇਆ ਹੈ ਬਿੱਲੀ ਦਾ ਪੰਜਾ ਸਾ ਉਹ ਸੀ ਵੀ ਆ ਸਾ ਬਸ ਉਹ ਮੇਰੇ ਕੰਨੀ ਉਹ ਕੁੜੀ ਨੇ ਦੇਖਿਆ ਉਹ ਬਲੂੰਗੜੇ ਦੀਆਂ ਤਾਂ ਕਾਦੀਆਂ ਕੁੜੀ ਦੀਆਂ ਅੱਖਾਂ ਹੀ ਜਿਹੜੀਆਂ ਸੀਗੀਆਂ ਉਹ ਇੱਕ ਵਾਰੀ ਤਾਂ ਉਹਨੇ ਮੈਨੂੰ ਨਾ ਫ੍ਰੀਜ਼ ਕਰਤਾ ਆ ਇੰਨਾ ਕੁਝ ਦਿਮਾਗ 'ਚ ਐ ਘੁੰਮ ਗਿਆ ਵੀ ਯਾਰ ਅਸੀਂ ਕਿੱਡੇ-ਕਿੱਡੇ ਕਿਵੇਂ ਆਪਦੇ ਆਪ ਨੂੰ ਬੰਦੇ ਕਹਾਉਣੇ ਆ ਸੰਤ ਕਹਾਉਣੇ ਆ ਪਤਾ ਨਹੀਂ ਕੀ-ਕੀ ਤੇ ਅਸੀਂ ਪ੍ਰਵਾਹ ਨਹੀਂ ਕਰ ਰਹੇ ਤੇ ਇਹ ਏਡੀ ਕੁੜੀ ਆਪਦਾ ਬਲੂੰਗੜਾ ਬਚਾਉਂਦੀ ਫਿਰਦੀ ਐ ਸਾਰੇ ਕਾਸੇ ਦੇ ਵਿੱਚੋਂ ਉਹ ਕੋਈ ਬਸੇ ਕੁਦਰਤੇ ਕਰਦੀ ਰਹੀ ਐ ਮੇਰੇ ਨਾਲ ਜੋ ਕਰਦੀ ਰਹੀ ਐ ਉਤਵਾ ਛੱਡਤਾ ਹੀ ਨਾ ਉਸ ਤੋਂ ਬਾਅਦ ਉਹ ਕਬਜ਼ਾ ਤਾਂ ਨਹੀਂ ਛੱਡਿਆ ਹੂੰ ਉਹ ਤਾਂ ਹੋ ਹੀ ਨਹੀਂ ਸੀ ਸਕਦਾ ਤੇ ਫਿਰ ਤਾਂ ਸੁਖਜੀਤ ਮਤਲਬ ਸੁਖਜੀਤ ਨਹੀਂ ਹੁੰਦਾ ਸੀ ਕਿ ਬਹੁਤ ਸਾਰੇ ਕੰਮ ਨੇ ਜਿਹੜੇ ਮੈਂ ਇਸ ਤਰ੍ਹਾਂ ਦੇ ਕੀਤੇ ਜਿਹੜਾ ਮੈਨੂੰ ਪਤਾ ਵੀ ਹੁੰਦਾ ਸੀ ਵੀ ਮੈਂ ਠੀਕ ਨਹੀਂ ਕਰ ਰਿਹਾ ਪਰ ਉਹ ਕੰਮ ਜਿਹੜਾ ਉਹ ਸਿਰੇ ਚੜਾਉਣਾ ਹੀ ਸੀ ਉਹ ਚੜਾਇਆ ਜੇਲ ਵੀ ਗਏ ਜਾ ਕੇ ਆ ਕੇ ਪਰ ਉਸ ਤੋਂ ਬਾਅਦ ਫਿਰ ਕਬਜ਼ਾ ਨਹੀਂ ਕੋਈ ਲਿਆ ਕਬਜ਼ਾ ਜਿਹੜਾ ਸੀ ਫਿਰ ਉਹ ਹੇਰ ਲੈਂਡ ਦੀ ਜ਼ਾਇਪ ਯੁਰਤੇ ਨਹੀਂ ਪਈ ਹੈਗੀ ਹਿੰਮਤੇ ਨਹੀਂ ਹੋਈ ਹੈਗੀ ਸੰਨਿਆਸ ਲੈ ਲਿਆ ਫਿਰ ਹਾਂ ਫਿਰ ਹਾਂ ਫਿਰ ਸੰਨਿਆਸੀ ਕਿੰਨਾ ਜਰ ਰਹਿਣ ਭਾਈ ਸੁਆਮੀ ਮੈਂ ਨਹੀਂ ਹਾਂ ਸੁਆਮੀ ਸੋਰੀ ਹੁਣ ਵੀ ਹਾਂ ਸੁਆਮੀ ਬਣ ਕੇ ਉਹ ਵੀ ਬਸ ਇਸ ਤਰ੍ਹਾਂ ਸੀ ਵੀ ਹੁਣ ਕੀ ਕਰੀਏ ਇੱਥੋਂ ਪਰੇ ਜਾਣਾ ਸੀ ਕਿਤੋਂ ਦੂਰ ਉਹ ਸਾਰੇ ਕਾਸੇ ਜਾਦਾ ਉਹ ਇੰਨਾ ਇੰਨੇ ਸਾਰੇ ਗਨਮੈਨ ਦੋ ਤਿੰਨ ਗੱਡੀਆਂ ਮੁੰਡੇ ਨਾਲ ਸਾਰਾ ਜਿਹੜਾ ਹੁੰਦਾ ਸੀਗਾ ਤੇ ਸੀ ਵੀ ਚਾਰ ਪੰਜ ਸਾਲ ਯਾਰ ਕਿਤੇ ਇਥੋਂ ਚਲੇ ਜਾਈਏ ਹੂੰ ਤੇ ਉਹ ਮੈਂ ਛੇਤੀ ਉਦੋਂ ਬਾਅਦ ਗੰਗਾਜੀ ਤੇ ਚਲੇ ਗਿਆ ਜਿਵੇਂ ਬਚਪਨ ਤੋਂ ਸੰਸਕਾਰ ਸੀਗੇ ਹੂੰ ਤੇ ਅਸੀਂ ਜਿਹੜਾ ਅਸੀਂ ਪਹਿਲਾਂ ਨਾ ਥੋੜਾ ਚਿਰ ਉੱਥੇ ਸਮਰਾਲੇ ਕਿਰਾਏ ਤੇ ਬ੍ਰਾਹਮਣ ਪਰਿਵਾਰ ਚ ਰਹੇ ਸੀ ਉਦੋਂ ਮੈਂ ਬਹੁਤ ਛੋਟਾ ਸੀ ਹੂੰ ਮੈਂ ਪਲਿਆ ਉੱਥੇ ਸੀਗਾ ਚਾ 3-4 ਸਾਲ ਹੂੰ ਉਹ ਵੀ ਸੀਗੇ ਤੇ ਫੇਰ ਇਹ ਅਸਰ ਸੀ ਗ੍ਰੰਥਾਂ ਦਾ ਰਮਾਇਣ ਦਾ ਮਹਾਭਾਰਤ ਦਾ ਬਹੁਤ ਜ਼ਿਆਦਾ ਹੂੰ ਤੇ ਮੈਨੂੰ ਇਹ ਸੀ ਵੀ ਗੰਗਾਜੀ ਤੇ ਜਾ ਕੇ ਯਾਰ ਮੁਕਤੀ ਮਿਲਦੀ ਬੰਦਾ ਜਿਹੜੇ ਪਾਪ ਧੋਤੇ ਜਾਂਦੇ ਨੇ ਹੂੰ ਉਹ ਮੈਂ ਉੱਥੇ ਪਾਪ ਧੋਣ ਗਿਆ ਹੂੰ ਤੇ ਫਿਰ ਉੱਥੋਂ ਦੀ ਇਹ ਹੁੰਦਾ ਰਿਹਾ ਮੇਰੇ ਨਾਲ ਸੱਤ ਅੱਠ ਥਾਵਾਂ ਨੇ ਵੀ ਜਾਣਾ ਤੇ ਬਸ ਫਿਰ ਉੱਥੇ ਦੇ ਹੋ ਕੇ ਰਹਿ ਜਾਣਾ ਕਿੰਨਾ ਚਿਰ ਹੁਣ ਆਪਾਂ ਆਖਰੀ ਭਾਗ ਦੇ ਚਾਉਣੇ ਇੱਕ ਦੋ ਸਵਾਲ ਹੀ ਆਖਰੀ ਇੱਕ ਤਾਂ ਇਹ ਕਿ ਤੁਸੀਂ ਰਾਈਟਰ ਹੋ ਹੂੰ ਹੁਣ ਅਸੀਂ ਤੁਲਨਾ ਤਾਂ ਨਹੀਂ ਮੈਂ ਕਰਦਾ ਪਰ ਜਦੋਂ ਬਾਹਰ ਕਈ ਲੇਖਕ ਹੁੰਦੇ ਆ ਜਾਂ ਕਿਤਾਬਾਂ ਹੁੰਦੀਆਂ ਜਿਹੜੀਆਂ ਲੋਕ ਪੜ੍ਹਦੇ ਆ ਤੇ ਲੋਕ ਸੜਕਾਂ ਤੇ ਆ ਜਾਂਦੇ ਆ ਦੇਖੋ ਉੱਥੋਂ ਦੇ ਸਿਸਟਮ ਸਿਸਟਮ ਦਾ ਸ਼ਾਇਦ ਚਲੋ ਵੱਡਾ ਸ਼ਬਦ ਹੋ ਗਿਆ ਵੀ ਕਟੋਕਟ ਸਰਕਾਰਾਂ ਤਾਂ ਬਦਲ ਹੀ ਦਿੰਦੇ ਆ ਕੋਈ ਰਵੈਤਾਂ ਤਾਂ ਵੱਡੀਆਂ-ਵੱਡੀਆਂ ਬਦਲ ਹੀ ਦਿੰਦੇ ਆ ਆਪਣੇ ਨਾਲ ਇੱਥੇ ਕਿਉਂ ਨਹੀਂ ਹੁੰਦਾ ਇਹਗਾ ਇਹ ਗੱਲ ਨਾ ਮੈਂ ਅਕਸਰ ਕਰਿਆ ਕਰਦਾ ਹੂੰ ਬਹੁਤੇ ਤਾਂ ਨਹੀਂ ਦੋ ਧਾਰਨਾ ਤੁਸੀਂ ਲਾਓ ਹੂੰ 1906 ਚ ਮੀਟ ਫੈਕਟਰੀਆਂ ਦਾ ਅਮਰੀਕਾ ਦੇ ਵਿੱਚ ਬਹੁਤ ਵੱਡਾ ਸੰਕਟ ਆ ਉਹਨਾਂ ਮਜ਼ੂਰਾਂ ਦੀ ਜ਼ਿੰਦਗੀ ਜਿਹੜੀ ਹੈ ਹੂੰ ਤੇ ਉਸ ਵੇਲੇ ਸਿੰਕਲੇਅਰ ਦਾ ਨਾਵਲ ਆਉਂਦਾ ਦਾ ਜੰਗਲ ਹੂੰ ਤੇ ਉਹਨੂੰ ਪੜ ਕੇ ਲੋਕ ਸੜਕਾਂ ਤੇ ਆਉਂਦੇ ਨੇ ਮਜ਼ਾਹਰੇ ਕਰਦੇ ਨੇ ਇਹ ਸਾਰਾ ਤੇ ਉਹਨਾਂ ਨੂੰ ਜਿਹੜਾ ਫੂਡ ਸੇਫਟੀ ਐਕਟ ਬਣਾਉਣਾ ਪੈਂਦਾ ਹਾਂ ਉਹ ਉਸ ਦਾ ਜੰਗਲ ਨਾਵਲ ਦੀ ਦੇਣ 1939 ਚ ਗ੍ਰੇਟ ਡਿਪਰੈਸ਼ਨ ਅਮਰੀਕਾ ਚ ਆਉਂਦਾ ਹੂੰ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲੀਆਂ ਜਾਂਦੀਆਂ ਨੇ ਤੇ ਉਹ ਅੰਗੂਰਾਂ ਦੇ ਬਾਗਾਂ ਦੇ ਵਿੱਚ ਜਾ ਕੇ ਮਜ਼ਦੂਰੀ ਕਰਨ ਲੱਗ ਜਾਂਦੇ ਨੇ ਹੂੰ ਹਾਲਤ ਇੰਨੀ ਮਾੜੀ ਐ ਹੂੰ ਕਿ ਉਸ ਨੂੰ ਅ ਲਿਖਦਾ ਸਟੇਨ ਬੈਕ ਜੌਨ ਸਟੇਨ ਬੈਕ ਦਾ ਨਾਵਲ ਆਉਂਦਾ ਗਰੇਪਸ ਆਫ ਰਥ ਹੂੰ ਤੇ ਉਹ ਨਾਵਲ ਪੜ ਕੇ ਲੋਕ ਜਿਹੜੇ ਨੇ ਸੜਕਾਂ ਤੇ ਆ ਜਾਂਦੇ ਨੇ ਮਜ਼ਾਰੇ ਹੁੰਦੇ ਨੇ ਰੂਜ਼ ਵੈਲਟ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਉਹ ਨਾਵਲ ਪੜਦਾ ਨਾਵਲ ਪੜ ਕੇ ਆਪਣੀ ਘਰ ਵਾਲੀ ਨੂੰ ਪਤਨੀ ਨੂੰ ਭੇਜਦਾ ਹੈ ਕਿ ਕੈਲੀਫੋਰਨੀਆ ਕੇ ਜਾ ਕੇ ਦੇਖ ਕੇ ਆ ਵੀ ਇਹ ਸਾਰਾ ਕੁਝ ਇਵੇਂ ਹੀ ਹੈ ਉਹ ਉੱਥੋਂ ਆ ਕੇ ਉਹਨੂੰ ਦੇਖ ਕੇ ਰਿਪੋਰਟ ਦਿੰਦੀ ਹੈ ਵੀ ਹਾਲਤ ਇਦੋਂ ਵੀ ਬਦਤਰ ਹੈ ਹੁਣ ਰੂਜ਼ ਵੈਲਟ ਸਾਡੇ ਕੋਲੇ ਅਸਲ 'ਚ ਇਹ ਆ ਵੀ ਨਾ ਤਾਂ ਉਹ ਜੇ ਲੇਖਕ ਨੇ ਨਾ ਸਾਡੇ ਕੋਲੇ ਇਹੋ ਜਿਹਾ ਕੋਈ ਰਾਸ਼ਟਰਪਤੀ ਆਉਂਦਾ ਪ੍ਰਧਾਨ ਮੰਤਰੀ ਆਉਂਦਾ ਹਮ ਕਦੇ ਸਾਡੇ ਕੋਲੇ ਸੀਗਾ ਇਹ ਪੜਨ ਵਾਲਾ Jawaharlal Nehru ਸੀਗਾ ਹਮ ਤੇ ਹੁਣ Roosevelt belt ਵਰਗਾ ਬੰਦਾ ਉਹ ਹੈ ਮੈਂ ਜੰਗ বাহাদুর ਗੋਲ ਹੋਣਾ ਨਾਲ ਗੱਲ ਕਰਦੇ ਆ ਜਦੋਂ ਉਹ ਦੱਸਦੇ ਨੇ ਕਿ ਚਾਰ ਕਿਤਾਬਾਂ ਰੋਜ਼ ਦੀਆਂ ਹੁੰਦੀਆਂ ਸੀ ਉਹ ਬੰਦੇ ਦੀਆਂ ਜਦੋਂ ਨਾਸ਼ਤੇ ਦੇ ਟੇਬਲ ਤੇ ਆਉਂਦਾ ਸੀ ਤਾਂ ਇੱਕ ਕਿਤਾਬ ਉਹਦੀ ਪੜੀ ਹੁੰਦੀ ਸੀ ਦੂਜੀ ਹੱਥ ਤੇ ਹੁੰਦੀ ਸੀ ਜੇ ਕਿਤੇ 5 ਮਿੰਟ ਵੀ ਮਿਲਦੇ ਸੀ ਉਹ ਪੜਦਾ ਸੀ ਉਹ ਬੰਦਾ ਲਿਟਰੇਚਰ ਦਰਸ਼ਨ ਇਤਿਹਾਸ ਪਤਾ ਨਹੀਂ ਕੀ ਕੀ ਪੜ੍ਹ ਦਿੰਦਾ ਸੀ ਉਹ ਇੰਨਾ ਜੁੜਿਆ ਹੋਇਆ ਸੀ ਸਹਿਤ ਨਾਲ ਇੱਕੋ ਇੱਕ ਬੰਦਾ ਹੋਇਆ ਰਾਸ਼ਟਰਪਤੀ ਆਮ ਉਥੇ ਦੋ ਵਾਰੀ ਤੁਸੀਂ ਦੋ ਟਰਮਾਂ ਨੇ ਹਾਂਜੀ ਇੱਕੋ ਹੀ ਬੰਦਾ ਹੈ ਕਿ ਜਿਹੜਾ ਤਿੰਨ ਵਾਰੀ ਬਣਿਆ ਲੋਕਾਂ ਨੇ ਕਿਹਾ ਕਿ ਨਹੀਂ ਐਸ ਦੌਰ ਚ ਰੂਜ਼ਵੈਲਟ ਨੂੰ ਬਣਾਓ ਔਰ ਮੈਂ ਉਹਦੇ ਪਿੱਛੇ ਸਮਝਦਾ ਕਿ ਸਹਿਤ ਹੈ ਜਿਨੇ ਉਹਨੂੰ ਉਸਾਰਿਆ ਜਿਹਨੇ ਸਾਹਮਣੇ ਰੱਖਿਆ ਤੇ ਉਹ ਉਸ ਵੇਲੇ ਵੀ ਇੱਕ ਕਾਨੂੰਨ ਬਣਾਉਂਦਾ ਰੂਜ਼ ਵੈਲਟ ਜਿਹੜਾ ਉਹਨਾਂ ਮਜ਼ਦੂਰਾਂ ਦੇ ਹੱਕ ਜ ਬਣਦਾ ਉਹਦਾ ਵੀ ਸੇਰਾ ਜਿਹੜਾ ਉਸ ਨਾਵਲ ਨੂੰ ਜਾਂਦਾ ਹੈ ਇੱਕ ਨਸੀ ਪੰਜਾਬੀ ਵਾਲੇ ਅਜੇ ਇਹ ਕੰਮ ਜਿਹੜਾ ਕੋਈ ਵੀ ਐਡਾ ਨਹੀਂ ਕਰ ਸਕੇ ਹੈਗੇ ਹੂੰ ਬਿਲਕੁਲੀ ਆ ਜਿੰਨੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਕਿ ਇਹਦੇ ਵਿੱਚ ਲੇਖਕ ਜ਼ਿੰਮੇਵਾਰ ਨਹੀਂ ਅਸੀਂ ਜ਼ਿੰਮੇਵਾਰ ਆ ਨਹੀਂ ਵੀ ਜ਼ਿੰਮੇਵਾਰ ਆ ਉੰਕੇ ਪੰਜਾਬ ਨੇ ਤਾਂ ਬਹੁਤ ਵਾਰੀ ਇਸ ਤਰ੍ਹਾਂ ਦੀ ਕੁੱਟ ਖਾਧੀ ਹੈ ਬਹੁਤ ਲੜਿਆ ਪੰਜਾਬ ਇੱਕ ਵਾਰੀ ਭੰਨਿਆ ਹੋਇਆ ਜਦੋਂ ਸਿੱਖ ਇਤਿਹਾਸ ਇਹਨੂੰ ਸਾਂਭਦਾ ਹੈ ਪੰਜਾਬ ਨੂੰ ਗੁਰੂ ਗ੍ਰੰਥ ਸਾਹਿਬ ਸਾਂਭ ਗੁਰਬਾਣੀ ਸਾਂਭਦੀ ਹੈ ਤੇ ਉਸ ਵੇਲੇ ਹੀਰ ਵਾਰਿਸ ਸ਼ਾਹ ਵੀ ਸਾਂਭਦੀ ਹੈ ਕਿੱਸਾ ਜਿਹੜਾ ਹੀਰ ਵਾਰਿਸ ਸ਼ਾਹ ਦਾ ਉਹ ਵੀ ਤੇ ਲੇਕਿਨ ਹੁਣ ਸਾਡੇ ਕੋਲੇ ਕੁਝ ਵੀ ਨਹੀਂ ਸੀ ਅਜੇ ਹਾ ਜਿਹੜਾ ਉਹਨਾਂ ਨੂੰ ਸਾਂਭ ਲਵੇ ਮੈਂ ਤਾਂ ਇਹਦੇ ਬਾਰੇ ਬਹੁਤ ਚੇਤਨ ਰਹਿਣਾ ਕਿ ਕੁਝ ਕੰਮ ਜਿਹੜਾ ਮੇਰਾ ਤਾਂ ਜੇ ਕੰਮ ਹੀ ਕੁਛ ਨਹੀਂ ਹੈਗਾ ਮੈਂ ਤਾਂ ਤਿਆਰੀਓ ਹੀ ਕਰਦਾ ਬਹੁਤ ਪੜ੍ਹਦਾ ਐ ਜੇ ਕੰਮ ਕਰਨ ਵਾਲਾ ਪਿਆ ਪਰ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਤਾਂ ਆਪ ਇਹਦੇ ਨਾਲ ਸਹਿਮਤ ਹਾਂ ਕਿ ਅਸੀਂ ਇਸ ਪਾਸੇ ਕੋਈ ਸਾਹਿਤ ਵਿੱਚ ਬਹੁਤਾ ਵੱਡਾ ਕੰਮ ਨਹੀਂ ਕਰ ਸਕੇ ਹੈਗੇ ਬਾਹਰ ਸਾਡੇ ਕੋਲੇ ਬਹੁਤ ਉਦਾਹਰਨਾਂ ਨੇ ਸਾਡੇ ਕੋਲੇ ਨਹੀਂ ਹੈਗਾ ਤੁਹਾਡਾ ਮਤਲਬ ਜਿਹੜਾ ਲਿਟਰੇਚਰ ਆ ਹਨ ਹੂੰ ਉਹਨੂੰ ਜਦੋਂ ਆਇਆ ਆ ਬਾਅਦ ਚ ਤਾਂ ਉਹ ਚੀਜ਼ ਤੇ ਗੱਲ ਹੋਣ ਲੱਗੀ ਉਦੋਂ ਤਾਂ ਲੋਕਾਂ ਨੇ ਜਿਹੜੇ ਖਾਸ ਤੌਰ ਤੇ ਆਪਦੇ ਆਪ ਨੂੰ ਮਤਲਬ ਕਹਿੰਦੇ ਸੀ ਵੀ ਭਾਈ ਅਸੀਂ ਤੈਅ ਕਰਦੇ ਆਂ ਨੇ ਜੋ ਇਸ ਫੀਲਡ ਦੇ ਹੂੰ ਉਹਨਾਂ ਨੇ ਕੋਈ ਇੰਨਾ ਇਹਨੂੰ ਉਸ ਨਜ਼ਰ ਨਾਲ ਦੇਖਿਆ ਨਹੀਂ ਹੁਣ ਤਾਂ ਚਲੋ ਵਾਰਡ ਤੁਨ ਸੁਖਣਾ ਵਧੀਆ ਮਿਲ ਗਏ ਹਾਂ ਹੈਨਾ ਮਤਲਬ ਉਹ ਹੀ ਡਿਫਿਕਲਟੀ ਨਹੀਂ ਸੀ ਇੰਨਾ ਕਿ ਹੁਣ ਉੱਥੋਂ ਦੇ ਨਿਯਮ ਕਿਸੇ ਨੇ ਤੈਅ ਕਰੇ ਵੀ ਆ ਜਿਵੇਂ ਕਿ ਮੈਂ ਇੱਕ ਛੋਟੀ ਉਦਾਹਰਨ ਦਿੰਦਾ ਹੂੰ ਇੱਕ ਨਾ ਮੁੰਡਾ ਸਾਡੇ ਪਾਸੇ ਦਾ ਤੁਸੀਂ ਸੁਣਦੇ ਹੋ ਪਰ ਉਹਨੂੰ ਤਾਂ ਕੋਈ ਨਹੀਂ ਜਾਣਦਾ ਮੂਸੇ ਵਾਲਾ ਸੀ ਹੂੰ ਸਰ ਦਿਲਾਂ ਚ ਤਾਂ ਚਲੋ ਹਜੇ ਵੀ ਆ ਉਹਦੀ ਉਦਾਹਰਨ ਮੈਂ ਤਾਂ ਦਿੰਦਾ ਹੂੰ ਕੋਈ ਆਏ ਨਹੀਂ ਵੀ ਉਹਦਾ ਨਾਮ ਆਪਾਂ ਕਿਤੇ ਕੋਈ ਨਹੀਂ ਗੱਲ ਕਰਨੀ ਚਾਹੀਦੀ ਹਾਂ ਵੀ ਉਹ ਉਹਨੇ ਨਾ ਸਿੰਗਿੰਗ ਦੇ ਜਿਹੜੇ ਸਾਂਚੇ ਸੀ ਉਹ ਤੋੜਤੇ ਹੂੰ ਉਹ ਤੋਂ ਪਹਿਲਾਂ ਸਿੰਗਰ ਉਹ ਹੁੰਦਾ ਸੀ ਵੀ ਜਿਹੜਾ ਪਹਿਲਾਂ ਤਾਂ ਗੀਤਕਾਰ ਦੀਆਂ ਮਿੰਤਾਂ ਕਰੇ ਕਰੇ ਫਿਰ ਉਹ ਸੰਗੀਤਕਾਰ ਦੀਆਂ ਮਿੰਤਾਂ ਕਰਦਾ ਹੈ ਬਿਲਕੁਲ ਫਿਰ ਵੀਡੀਓ ਡਾਇਰੈਕਟਰ ਕੋਲੇ ਜਾਂਦਾ ਉੱਥੇ ਮਿੰਤਾਂ ਫਿਰ ਕੰਪਨੀ ਚ ਐਡ ਚੈਨਲਾਂ ਤੱਕ ਦੀਆਂ ਮਿੰਤਾਂ ਹੂੰ ਵੀ ਐ ਆਉਂਦਾ ਤੇ ਉਹ ਸਾਰੇ ਕਸੇ ਨੂੰ ਤੋੜ ਕੇ ਉਹ ਬਸ ਆਦਾ ਗੀਤ ਕੱਢ ਦਿੰਦਾ ਵੀ ਯਾਰ ਸੁਣ ਨਾ ਸੁਣ ਲਿਓ ਨਹੀਂ ਕੋਈ ਬੜਾ ਚੱਕਰ ਨਹੀਂ ਹੈ ਨਾ ਆਹੀ ਇਹੀ ਤੁਹਾਨੂੰ ਹੋਣਾ ਚਾਹੀਦਾ ਯਾਰ ਤੇ ਆ ਸਾਰਾ ਉਹ ਆ ਹੂੰ ਬਿਲਕੁਲ ਮੈਂ ਤਾਂ ਅਗਲੇ ਤਾਂ ਨਾ ਨਾ ਪਾ ਲੋ ਨਹੀਂ ਪਾਣਾ ਪ੍ਰਭਾਵੀ ਕੋਈ ਨਹੀਂ ਬਿਲਕੁਲ ਹੈਨਾ ਉਹ ਕਿੰਨਾ ਔਖਾ ਹੈ ਕਿਉਂਕਿ ਹੁਣ ਤਾਂ ਮੈਂ ਬਾਅਦ ਚ ਤਾਂ ਬਹੁਤ ਕਿਤਾਬਾਂ ਉਹ ਦੇਖਦਾ ਇਹ ਤੋਂ ਬਾਅਦ ਪਰ ਜਦੋਂ ਇਹ ਆਉਂਦੀ ਹੈ ਨਾ ਉਦੋਂ ਨਹੀਂ ਅਸੀਂ ਜਿਹੜੀ ਨਾ ਗੱਲ ਕਰਨ ਤੋਂ ਵੀ ਸਾਡੇ ਲੇਖਕ ਜਿਹੜੇ ਡਰਦੇ ਨੇ ਗੱਲ ਕਿਉਂ ਨਹੀਂ ਕਿਸੇ ਦੀ ਕਰਨੀ ਤੁਸੀਂ ਸਵੀਕਾਰ ਹੋਣ ਦੀ ਭੁੱਖ ਹੈ ਬਹੁਤ ਬਹੁਤ ਸਵੀਕਾਰ ਹੋਣ ਦੀ ਵੀ ਸਾਨੂੰ ਜੀ ਰੱਦ ਨਾ ਕਰ ਦਿੱਤਾ ਜਾਵੇ ਸਾਨੂੰ ਕੋਈ ਆਹ ਨਾ ਕਹਿ ਜਵੇ ਉਹ ਤੇਰੀ ਕਿਹੜੀ ਯਾਰ ਫੀਤੀ ਲੈ ਚੱਲੀ ਐ ਏਡੀ ਹੂੰ ਜੇ ਤੂੰ ਦੇਖੋ ਮੈਂ ਜਿਹੜੀ ਗੱਲਾਂ ਕਰਦਾ ਹਾਂ ਮੈਂ ਗਲਤ ਠੀਕ ਹੋ ਸਕਦਾ ਪਰ ਮੈਂ ਬੇਈਮਾਨ ਤਾਂ ਨਾ ਹੋਵਾਂ ਸਭ ਤੋਂ ਵੱਡੀ ਗੱਲ ਹੀ ਉਹ ਹੈ ਤੁਸੀਂ ਬੇਈਮਾਨ ਤਾਂ ਨਾ ਹੋਵੋ ਤੁਸੀਂ ਮੈਂ ਹੁਣ ਗੱਲ ਕਰ ਅਮਰਤਪਾਲ ਦੀ ਆਪਾਂ ਭਾਈ ਅਮਰਤਪਾਲ ਸਿੰਘ ਕਹਿੰਦੇ ਨੇ ਉਹਨਾਂ ਦੀ ਗੱਲ ਅੱਜ ਕਿਉਂ ਨਾ ਕਰੀਏ ਬਈ ਪੰਜਾਬ ਨਾਲ ਸੰਬੰਧਤ ਉਹ ਗੱਲ ਹੈ ਸਾਰੀ ਉਹਨਾਂ ਦਾ ਜਿਹੜਾ ਉਹਨਾਂ ਬਾਰੇ ਗੱਲ ਕਰਦੇ ਆ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਵੀ ਤੁਸੀਂ ਮੈਨੂੰ ਉਹਦੋਂ ਬਹੁਤ ਹੀ ਲੱਗਦਾ ਸੀ ਕਿ ਯਾਰ ਇਹ ਕਹੀ ਜਾਂਦੇ ਨੇ ਵੀ ਉਹ ਦੇਖੋ ਜੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵਾਂਗੂ ਨੀਵੀਂ ਪਾਉਂਦਾ ਜੀ ਉਹਨਾਂ ਵਾਂਗੂ ਸ਼ਸਤਰ ਉਹਨਾਂ ਵਾਂਗੂ ਤੁਰਦਾ ਇਹਦੇ ਨਾਲ ਥੋੜਾ ਗੱਲਾਂ ਬਣ ਜਾਂਦੀਆਂ ਨੇ ਯਾਰ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਬਾਰੇ ਜਾਣਦੇ ਕੀ ਹੋ ਉਹਨਾਂ ਨਾਲ ਸਹਿਮਤ ਹੋਣਾ ਨਾ ਹੋਣਾ ਉਹ ਅਲੱਗ ਗੱਲ ਐ ਲੇਕਿਨ ਲੋਕ ਉਹਨਾਂ ਨੂੰ ਟਕਸਾਲ ਤੋਂ ਜਾਣਦੇ ਨੇ ਸਿਰਫ ਇੱਕ ਗੱਲ ਵੀ ਉਹ ਜੀ ਉੱਤੇ ਧੁੱਪੇ ਬੈਠ ਜਾਂਦੇ ਸੀ ਜੇਠਾੜ ਦੇ ਮਹੀਨੇ 'ਚ ਤੇ ਤਪੱਸਿਆ ਕਰਦੇ ਸੀ ਕੋਈ ਉਹਨਾਂ ਦੇ ਬਚਪਨ ਤੱਕ ਗਿਆ ਮੇਰਾ ਰੋਡਿਆ ਨਾਲ ਬਹੁਤ ਸਬੰਧ ਹੈ ਮੇਰਾ ਛੋਟਾ ਭਰਾ ਰੋਡੇ ਵਿਹਾਇਆ ਹੋਇਆ ਤੇ ਉੱਥੇ ਗਰਜੰਟ ਸਿੰਘ ਬਰਾੜ ਹੁਣੇ ਗੁਰਦੇਵ ਸਿੰਘ ਹੁਣੇ ਸਾਰੇ ਇਕੱਠੇ ਜਾਂਦਾ ਆਉਣਾ ਵੀ ਰਹਿਣਾ ਹੁਣ ਉਹ ਬਚਪਨ ਦੇ ਵਿੱਚ ਜਦੋਂ ਪੰਜਵੀਂ ਕਰ ਲਈ ਇਹ ਅਮਰਤਪਾਲ ਸਿੰਘ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨਾ ਦੀ ਮਤਲਬ ਰੀਸ ਕਰ ਰਹੇ ਹੋ ਤੇ ਉਹ ਹੈ ਉਸਰੇ ਕਿਵੇਂ ਸੀ ਉਹ ਤੇ ਉਹ ਪੜ੍ਹਾਈ ਛੱਡ ਦਿੰਦੇ ਨੇ ਹੈਡਮਾਸਟਰ ਘਰ ਆਉਂਦਾ ਹੈ ਬਾਬਾ ਜਗਿੰਦਰ ਸਿੰਘ ਕੋਲੇ ਬਈ ਇਹ ਇੰਟੈਲੀਜੈਂਟ ਹੈ ਜਰਨੈਲ ਇਹਨੂੰ ਪੜਨ ਭੇਜੋ ਉਹ ਆੜੀ ਜਾਂਦੇ ਨੇ ਸੰਤ ਜਰਨੈਲ ਸਿੰਘ ਵੀ ਮੈਂ ਜਿਹੜਾ ਨਾ ਮੈਂ ਤਾਂ ਗੁਰਬਾਣੀ ਪੜਨੀ ਹੈ ਨਹੀਂ ਤੇ ਉਸ ਵੇਲੇ ਦੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਦੱਸਦੇ ਨੇ ਵੀ ਘਰੇ ਵੀ ਉਹਨਾਂ ਨੇ ਰੋੜ ਬਿਛਾਏ ਹੋਏ ਸੀਗੇ ਬਚਪਨ ਤੋਂ ਕਿਉਂਕਿ ਪਰਿਵਾਰ ਟਕਸਾਲ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਸੀਗਾ ਤੇ ਉਹ ਜਿਹੜੀ ਇੱਕ ਹੱਠ ਯੋਗ ਵਾਲੀ ਤਪੱਸਿਆ ਵਾਲੀ ਸਾਧਨਾ ਵਾਲੀ ਸੀ ਗੱਲ ਉਹ ਉਹਨਾਂ ਦੀ ਬਚਪਨ ਤੋਂ ਹੀ ਚੱਲਦੀ ਸੀ ਨਿਤਨੇਮ ਬਚਪਨ ਤੋਂ ਚੱਲਦਾ ਸੀ ਜਦੋਂ ਵਿਆਹ ਹੋਇਆ ਉਹਨਾਂ ਦਾ ਭਤੀਜਾ ਜਿਵੇਂ ਚਾਚੇ ਭਤੀਜੇ 'ਚ ਮਖੌਲ ਹੁੰਦੇ ਨੇ ਉਹਨੇ ਪੁੱਛਿਆ ਵੀ ਚਾਚਾ ਅੱਜ ਤੂੰ ਖੁਸ਼ ਬਾਹਤ ਹੈ ਉਹ ਕਹਿੰਦਾ ਤੈਨੂੰ ਪਤਾ ਮੈਂ ਖੁਸ਼ ਕਿਉਂ ਆਂ ਕਹਿੰਦੇ ਅੱਜ ਵੀ ਮਤਲਬ ਮੇਰਾ ਕਹਿੰਦੇ ਜਿਹੜਾ ਨਿਤਨੇਮ ਸੀ ਉਹ ਟੁੱਟਿਆ ਨਹੀਂ ਹੈਗਾ ਉਹ ਮੈਂ ਪੂਰਾ ਕਰ ਲਿਆ ਮੈਨੂੰ ਇਹ ਖੁਸ਼ੀ ਹੈ ਹੁਣ ਇੱਕ ਵਿਜ਼ਨ ਹੈ ਤੁਸੀਂ ਇੱਕ ਜਦੋਂ ਗਏ ਨਾ ਆਪਣੇ ਜੁਦੇਸ਼ਟਰ ਹੁਣੀ ਸਾਰੇ ਪਾਂਡਵ ਉੱਪਰ ਸਵਰਗ ਦੇ ਵਿੱਚ ਤੇ ਬਹੁਤ ਮਹਾਬੂਹਾਂ ਚੜਾ ਕੇ ਵੀ ਅਸੀਂ ਬੜੇ ਚੰਗੇ ਕੰਮ ਕਰਕੇ ਆਏ ਆ ਸਵਰਗ ਵਿੱਚ ਸੀਟ ਮਿਲੀ ਹੈ ਕਹਿੰਦੇ ਦਰਯੋਦਨ ਪਹਿਲਾਂ ਖੜਾ ਉੱਥੇ ਸਵਰਗ ਵਿੱਚ ਤੇ ਉਹ ਧਰਮਰਾਜ ਨਾਲ ਲੜਨ ਲੱਗ ਗਏ ਇਹਦਾ ਕੀ ਮਤਲਬ ਇਹਨੇ ਐ ਕੀਤਾ ਸੀ ਇਹਨੇ ਕੀਤਾ ਸੀ ਉਹ ਕਨਾਂ ਉਹ ਲੱਗ ਗੱਲਾਂ ਨੇ ਜੋ ਕੁਛ ਇਹਨੇ ਕੀਤਾ ਪਰ ਜਿਸ ਰਾਤ ਇਹ ਚੱਲਿਆ ਅੰਦਰੋਂ ਬਾਹਰੋਂ ਇੱਕ ਹੋ ਕੇ ਚੱਲਿਆ ਰਾਹ ਚਾਹੇ ਮਾੜਾ ਸੀ ਚਾਹੇ ਚੰਗਾ ਸੀ ਕਿਤੇ ਥੜਕਿਆ ਨਹੀਂ ਹੈਗਾ ਆਪਣੇ ਰਾਹ ਤੇ ਸਿਰੇ ਤੱਕ ਨਿਭਿਆ ਬਹੁਤ ਸਾਰੀਆਂ ਇਹ ਜੀਆਂ ਗੱਲਾਂ ਸੀ ਜਿੱਥੇ ਇਹ ਡਰ ਕੇ ਸਮਝੌਤਾ ਕਰ ਜਾਂਦਾ ਕ੍ਰਿਸ਼ਨ ਜੀ ਦੇ ਝਾਂਸੇ 'ਚ ਆ ਜਾਂਦਾ ਉਹ ਆ ਜਾਂਦਾ ਇਸ ਬੰਦੇ ਦੀ ਜਿਹੜੀ ਦ੍ਰਿੜਤਾ ਹੈਗੀ ਹੈ ਸਿਰੇ ਤੱਕ ਨਿਭ ਜਾਣ ਦੀ ਉਹ ਇਹਨੂੰ ਸਵਰਗ 'ਚ ਲਈ ਬੈਠੀ ਤੁਹਾਡੇ ਤੋਂ ਪਹਿਲਾਂ ਹਾਂ ਉਹਨਾਂ ਨਾਲ ਯਾਰੀ ਵੀ ਉਹਨਾਂ ਨਾਲ ਰੋਲਨ ਦੇ ਕਰਨ ਨਾਲ ਜਿਹੜੀ ਯਾਰੀ ਉਹਨੇ ਨਭਾਈ ਆ ਹਾਂ ਜਿਹੜੀ ਕਰਨ ਨਾਲ ਯਾਰੀ ਨਭਉਂਦਾ ਉਹ ਤਾਂ ਪੂਰਾ ਜਟਵਾੜ ਹੋ ਗਏ ਉੱਥੇ ੜਕੇ ਵੀ ਬਿਲਕੁਲ ਮੇਰਾ ਯਾਰ ਆ ਬਸ ਇਹਦਾ ਜੋ ਕਹਿਤਾ ਪਾਰਾਂ ਰਿਹਾ ਤਾਂ ਅਸੀਂ ਬਈ ਥੋੜਾ ਜਆ ਮਾੜਾ ਜਆ ਐ ਕਹ ਲੋ ਵੀ ਤੁਰ ਕੇ ਜੇ ਇੱਧਰ ਨੂੰ ਆਗੇ ਤਾਂ ਇੱਥੇ ਬਹਿ ਕੇ ਤੁਹਾਡੇ ਨਾਲ ਗੱਲਬਾਤ ਆਪਾਂ ਜਿਹੜੀ ਤੁਹਾਡੇ ਨਾਲ ਵੀ ਹੋਈ ਰਹੀ ਆ ਆਪਾਂ ਸਾਰੇ ਜਿਹੜੇ ਬੈਠੇ ਹੁੰਨੇ ਆ ਹਨਾ ਜੁੜਿਆ ਬਾਈ ਹੁੰਦਾ ਬੰਦਾ ਨਾਲੇ ਜਿਹੜਾ ਹੁਣ ਤੱਕ ਬਹਿ ਗਿਆ ਨਾ ਉਹ ਸੱਚੀ ਮੈਂ ਕਹਣਾ ਗੱਲਬਾਤ ਵਿੱਚ ਸ਼ਾਮਲੀ ਆ। ਅੱਛਾ। ਅਸਲ 'ਚ ਮੈਂ ਤਾਂ ਇੰਟਰਵਿਊ ਹਾਂ ਦੇ ਹੀ ਨਹੀਂ ਰਿਹਾ ਤੁਹਾਨੂੰ। ਹੂੰ। ਮੈਨੂੰ ਐਂ ਲੱਗਦਾ ਵੀ ਆਪਾਂ ਨਾ ਬਸ ਪਰਿਵਾਰ 'ਚ ਬੈਠੇ ਜਿਵੇਂ ਆਮ ਗੱਲਾਂ ਕਰਦੇ ਆ। ਹੂੰ। ਸੱਚੀਓ ਸੀਬਿਆ ਸਾਹਿਬ। ਇਸ ਤਰ੍ਹਾਂ ਦਾ ਇੱਕ ਤਾਂ ਮਾਹੌਲ ਇਸ ਤਰ੍ਹਾਂ ਦਾ ਹੈ। ਤੇ ਉਹ ਉਹ ਕਰ ਰਹੇ ਆ। ਇੱਕ ਬਈ ਲੇਖਕ ਜਿਹੜਾ ਵੀ ਆ ਹੂੰ। ਉਹਨੂੰ ਕੀ ਹੁੰਦਾ ਨਾ ਉਹ ਕਈ ਵਾਰੀ ਹੋ ਸਕਦਾ ਤੁਸੀਂ ਤਾਂ ਮੇਰੇ ਬਾਰੇ ਬਹੁਤ ਘੱਟ ਜਾਣਦੇ ਹੋ। ਪਰ ਕਿਉਂਕਿ ਉਹ ਤੁਹਾਨੂੰ ਪੜਦਾ ਹੂੰ ਉਹ ਤੁਹਾਡੇ ਬਾਰੇ ਉਹਨੂੰ ਤਾਂ ਤੁਹਾਡੀ ਹਰ ਗੱਲ ਪਤਾ ਆ ਜਿਹੜੀ ਲਿਖੀ ਹੈ ਬਿਲਕੁਲ ਹੈਨਾ ਤੇ ਚਲੋ ਆਪਾਂ ਹੁਣ ਥੋੜੀ ਇੱਕ ਤਾਂ ਆਉਣੇ ਆ ਇਸ ਗੱਲ ਨੂੰ ਲੈ ਕੇ ਕਿ ਤੁਹਾਡੀ ਯਾਤਰਾ ਤੇ ਵੀ ਗੱਲ ਕਰਦੇ ਹਾਂ ਇੱਕ ਤਾਂ ਆ ਜਿਹੜੀ ਸਰਹੱਦੀ ਇਲਾਕਿਆਂ ਦੇ ਵਿੱਚ ਹੈ ਹੈਨਾ ਉਹ ਉਹ ਕੀ ਹੈ ساری ਯਾਤਰਾ ਦੇ ਇੱਕ ਤਾਂ ਜ਼ਰੂਰ ਮੜਾ ਜਾ ਉਹ ਮੈਂ ਇੱਕ ਇਹ ਵੀ ਹੈ ਗੱਲ ਹਾਂ ਕਿ ਮੈਨੂੰ ਇਹ ਵੀ ਨਹੀਂ ਚੰਗਾ ਬਹੁਤਾ ਲੱਗਦਾ ਹੁੰਦਾ ਕਿ ਤੁਸੀਂ ਜਿਹੜੀਆਂ ਪਿਛਲੀਆਂ ਗੱਲਾਂ ਕਰੀ ਜਾਂਦੇ ਹੋ ਨਾ ਹਾਂ ਸਾਬਕਾ ਫੌਜੀ ਵਾਂਗੂ ਹਾਂ ਵੀ ਉਦੋਂ ਫਿਰ ਸਾਹਬ ਨੇ ਕਿਹਾ ਤੂੰ ਗੋਲੀ ਚਲਾ ਦੇ ਮੈਂ ਗੋਲੀ ਫਿਰ ਮੈਂ ਉਸ ਮੋਰਚੇ ਤੇ ਆ ਕੀਤਾ ਆ ਕੀਤਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਬੰਦਾ ਅੱਜ ਕੁਝ ਨਹੀਂ ਕਰ ਰਿਹਾ ਜਿਹੜਾ ਤੁਹਾਨੂੰ ਪਿਛਲੀਆਂ ਕਹਾਣੀਆਂ ਸੁਣਾਉਂਦਾ ਹੈ ਨਾ ਮੈਂ ਤਾਂ ਹਾਲਾਂਕਿ ਇਹਨਾਂ ਤੋਂ ਥੋੜਾ ਜਿਹਾ ਚੱਲਦਾ ਹੁੰਦਾ ਨਹੀਂ ਤਾਂ ਉਹਦੇ ਕੋਲੇ ਸੁਣਾਉਣ ਨੂੰ ਅੱਜ ਵਾਲੀ ਗੱਲ ਹੋਊਗੀ ਅੱਜ ਵਾਲੀ ਹੋਊਗੀ ਹੂੰ ਤੇ ਮੈਂ ਅੱਜ ਇਹਨਾਂ ਕੁਝ ਕਰ ਰਿਹਾ ਮੈਂ ਤਾਂ ਕਦੇ ਪਹਿਲਾਂ ਮੈਂਦਾ ਹੀ ਨਹੀਂ ਹੈਗਾ ਹੂੰ ਕਦੇ ਵੀ ਤੇ ਮੈਂ ਆਪਣਾ ਜਿਹੜਾ ਕੰਮ ਹੈ ਉਹ ਲਗਾਤਾਰ ਕਰਦਾ ਚੱਲੋ ਇਹ ਗੱਲਾਂ ਪਿੱਛੋਂ ਆਪਣੀ ਲੜੀ ਜੁੜੀ ਆਉਂਦੀ ਹੈ ਹਾਂ ਪਰ ਕਦੇ ਅੱਜ ਵਾਲੀ ਵੀ ਕਰ ਲਾਂਗੇ ਜਿਹੜੀ ਤੁਸੀਂ ਪੁੱਛੀ ਹੈ ਮੈਂ ਉਹ ਵੀ ਗੱਲ ਕਰ ਲੈਣਾ ਕਿਉਂਕਿ ਮੈਨੂੰ ਨਾ ਇਹ ਹੈ ਕਿ ਹਮੇਸ਼ਾ ਹੀ ਮੈਂ ਇਤਿਹਾਸ ਦਾ ਵੀ ਵਿਦਿਆਰਥੀ ਰਿਹਾ ਹੂੰ ਤੇ ਸਹਿਤ ਦਾ ਵੀ ਦਰਸ਼ਨ ਦਾ ਧਰਮ ਦਾ ਇਹ ਮੇਰਾ ਰਹਿੰਦਾ ਤੇ ਇਹਦੇ ਬਾਰੇ ਮੈਂ ਵਿਦਵਾਨਾਂ ਨਾਲ ਗੱਲਾਂ ਵੀ ਕਰਦਾ ਸਿੱਖਦਾ ਵੀ ਹਾਂ ਹੂੰ ਉੱਥੇ ਨਾ ਮੈਨੂੰ ਜਿਹੜੀ ਤੁਸੀਂ ਯਾਤਰਾ ਦੀ ਗੱਲ ਕਰਦੇ ਹੋ ਉੱਥੇ ਇੱਕ ਕਿਤਾਬ ਲਿਖੀ ਹੋਈ ਬਰਗੇਡੀਅਰ ਕੁਲਦੀਪ ਸਿੰਘ ਮਿਲੇ ਮੈਨੂੰ ਠੀਕ ਹੈ ਜੀ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਮਹਾਭਾਰਤ ਟੂ ਕਾਰਗਿਲ ਮੈਂ ਇਹ ਮੇਰਾ ਜਿਹੜਾ ਰਹਿਮਾ ਉਹਨਾਂ ਨਾਲ ਇਕੱਠੇ ਰਿਉ ਕਿਉਂਕਿ ਮੇਰੇ ਮਨ 'ਚ ਇੱਕ ਗੱਲ ਬੜੀ ਹੂੰ ਬਹੁਤ ਸਾਰਿਆਂ ਦੇ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ ਕਿ ਯਾਰ ਉਹ ਜੇ ਉਹ ਅੰਗਰੇਜ਼ਾਂ ਨਾਲ ਲੜਦੇ ਤਾਂ ਜਿਹੜਾ ਸੀਗਾ ਅੰਗਰੇਜ਼ਾਂ ਨੂੰ ਉਹ ਬੜੇ ਆਰਾਮ ਨਾਲ ਹਰਾ ਸਕਦੇ ਸੀਗੇ ਜਿੱਤਦੇ ਕਿਉਂਕਿ ਬਾਅਦ ਦੀਆਂ ਲੜਾਈਆਂ ਨੇ ਸਿੱਧ ਕੀਤਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਹੀ ਫੌਜਾਂ ਬਸ ਹਾਰੀਆਂ ਨਹੀਂ ਤਾਂ ਜਿੱਤੀਆਂ ਹੋਈਆਂ ਸੀ ਔਰ ਹੈ ਵੀ ਇਹ ਠੀਕ ਹੈ ਜਿਤੀਆਂ ਹੋਣੀਆਂ ਸੀ ਨਹੀਂ کافی ਵੱਡੀ ਗਿਣਤੀ ਚ ਲੋਕ ਹੈਗੇ ਆ ਜਿਹੜੇ ਮੰਨਦੇ ਕਿ ਉਦੋਂ ਯੁੱਧ ਕਰਨਾ ਚਾਹੀਦਾ ਸੀ ਯੁੱਧ ਕਰਨਾ ਚਾਹੀਦਾ ਸੀ ਹੁਣ ਮੈਨੂੰ ਵੀ ਇਹ ਲੱਗਦਾ ਰਿਹਾ ਕਿ ਕਿਉਂ ਨਹੀਂ ਪਰ ਕਿਥੋਂ ਇਤਿਹਾਸ ਚੋਂ ਨਾ ਜਵਾਬ ਨਹੀਂ ਸੀ ਮਿਲਦਾ ਹਮ ਮੈਂ ਤੁਹਾਨੂੰ ਦੱਸਦਾ ਵੀ ਬੰਦਾ ਕਿਹੜਾ ਜਵਾਬ ਕੌਣ ਲੱਭ ਸਕਦਾ ਹੁੰਦਾ ਔਰ ਮਹਾਰਾਜਾ ਨਜੀਦ ਸਿੰਘ ਬਾਰੇ ਉਹ ਸ਼ਾਹ ਮੁਹੰਮਦ ਵੀ ਕਹਿੰਦਾ ਕਿ ਸ਼ਾਹ ਮੁਹੰਮਦ ਆ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਪੀ ਕਿਉਂ ਨਹੀਂ ਯਾਰ ਕੀਤਾ ਹੈਗਾ ਕਿਉਂ ਇਹਨਾਂ ਨੇ ਹਮਲਾ ਨਹੀਂ ਕੀਤਾ ਅੰਗਰੇਜ਼ਾਂ ਤੇ ਕਿਉਂ ਸੰਧੀ ਕਰ ਲਈ ਹੂੰ ਤਾਂ ਹੋਰ ਕਿਤੋਂ ਜਵਾਬ ਨਹੀਂ ਮਿਲਿਆ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਿਤਾਬ ਪੜ੍ਹੀ ਕਿਹੜੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਬਾਰੇ ਆ ਉਹ ਆਖਰੀ ਡੁੱਬਦੇ ਸੂਰਜ ਦੇ ਆਖਰੀ ਲੰਮੇ ਵਾਲੀ ਪੰਜਾਬੀ ਚੁਨਵਾਦ ਹੋਈ ਮੈਂ ਪੜ੍ਹੀ ਉਹ ਜੀ ਤੇ ਉਹਦੇ ਵਿੱਚ ਇੱਕ ਵੇਰਵਾ ਆਉਂਦਾ ਹੈ ਕਿਉਂਕਿ ਇਹ ਆਪ ਕੈਪਟਨ ਰਹੇ ਨੇ ਲੜਾਈ ਦੀ ਸਟ੍ਰੈਟਜੀ ਦਾ ਪਤਾ ਹੁੰਦਾ ਹੂੰ ਇਹਨਾਂ ਨੇ ਉਹਦੇ ਵਿੱਚ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਹਮ ਸਿੱਖਾਂ ਦੀ ਫੌਜ ਸੀ ਜਿਹੜੀ ਖਾਲਸਾ ਉਹਨਾਂ ਨੂੰ ਸਿਖਲਾਈ ਦੇਣਾ ਚਾਹੁੰਦੇ ਸੀ ਉਦੋਂ ਪਹਿਲਾਂ ਹਮ ਜਿਹੜੀਆਂ ਖਾਲਸਾ ਫੌਜਾਂ ਸੀਗੀਆਂ ਇਹ ਉਹਦੇ ਵਿੱਚ ਦਰਜ ਹੈ ਉਹਨਾਂ ਨੇ ਜੋ ਕੁਝ ਸਿੱਖਿਆ ਸੀ ਉਹ ਯੁੱਧਾਂ ਦੌਰਾਨ ਹੀ ਸਿੱਖਿਆ ਸੀ ਠੀਕ ਹੈ ਜੀ ਪਹਿਲਾਂ ਕੋਈ ਬਾਕਾਇਦਾ ਸਿਖਲਾਈ ਨਹੀਂ ਸੀ ਹੁੰਦੀ ਸਿਖਲਾਈ ਯਾਫਤਾ ਫੌਜ ਨਹੀਂ ਸੀਗੀ ਯੁੱਧਾਂ ਦੇ ਵਿੱਚੋਂ ਐਸਚੋ ਸਿੱਖ ਲਿਆ ਵੀ ਪਿਛਲੀ ਵਾਰੀ ਯਾਰ ਆ ਆ ਹੋਇਆ ਸੀਗਾ ਆਪਾਂ ਇੱਧਰ ਸੱਜੇ ਪਾਸੇ ਹੋ ਨਹੀਂ ਸੀ ਪਾਏ ਹੈਗੇ ਇੱਥੇ ਕਿ ਇਧਰੋਂ ਵੀ ਪੈਣਾ ਤੇ ਐਂ ਕਰਨਾ ਉਹ ਸਟ੍ਰੈਟਜੀ ਐਂ ਬਣਦੀ ਸੀ ਉੱਥੋਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਅੰਗਰੇਜ਼ ਫੌਜ ਹੈ ਜਿਹੜੀ ਉਹ ਬਾਕਾਇਦਾ ਸਿਖਲਾਈ ਯਾਫਤਾ ਹੈ ਤੇ ਫੇਰ ਉਹ ਉਹ ਵੈਂਟੂਰਾ ਵਗੈਰਾ ਨੇਪੋਲੀਅਨ ਦੇ ਜਿਹੜੇ ਸੀਗੇ ਸੈਨਾਪਤੀ ਉਹਨਾਂ ਨੂੰ ਲੈ ਕੇ ਆਉਂਦੇ ਨੇ ਆਪਣੀ ਫੌਜ ਨੂੰ ਟ੍ਰੇਨਿੰਗ ਦੇ ਰਹੇ ਨੇ ਤੇ ਟ੍ਰੇਨਿੰਗ ਦੇ ਰਹੇ ਨੇ ਔਰ ਉਡੀਕ ਰਹੇ ਨੇ ਮੌਕਾ ਕਿ ਜਿੱਦਣ ਸਾਡੀ ਫੌਜ ਕੋਲੇ ਵੀ ਇਹ ਸਿਖਲਾਈ ਆ ਗਈ ਉਹਨਾਂ ਨੂੰ ਉਸ ਵੇਲੇ ਸਿਰਫ ਪੰਜਾਬ ਦਾ ਬਚਾਉਣ ਦੀ ਗੱਲ ਨਹੀਂ ਸੀ ਉਹਨਾਂ ਦੇ ਦਿਮਾਗ 'ਚ ਜਿਹੜੀ ਮੈਂ ਸਮਝਦਾ ਉਸ ਕਿਤਾਬ ਨੂੰ ਪੜ੍ਹ ਕੇ ਉਹਨਾਂ ਦੇ ਅੰਗਰੇਜ਼ ਨੂੰ ਇੱਥੋਂ ਭਜਾਉਣ ਦੀ ਸੀ ਪੂਰੀ ਵੀ ਜਿਹੜਾ ਹਿੰਦੁਸਤਾਨ ਹੈ ਉਹ ਵੀ ਲੈਣਾ ਤੇ ਸਾਡੇ ਕੋਲੇ ਫੌਜ ਜਿਹੜੀ ਆ ਉਹ ਬਕਾਇਦਾ ਸਿਖਲਾਈ ਵਾਲੀ ਹੋਣੀ ਚਾਹੀਦੀ ਹੈ ਸਹੀ ਹੈ ਤਾਂ ਇਹ ਇਹ ਗੱਲ ਜਣੀ ਮੈਨੂੰ ਉੱਥੋਂ ਪਤਾ ਲੱਗਦੀ ਹੈ ਹਾਂ ਮੈਂ ਇਹ ਸਾਰੀ ਗੱਲ ਮੇਰੇ ਆਪਣੇ ਦਿਮਾਗ ਦੇ ਵਿੱਚ ਕਲੀਅਰ ਹੋ ਜਾਂਦੀ ਹੈ ਮੈਂ ਕਿਸੇ ਨੂੰ ਕਰ ਸਕਦਾ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਸਪਸ਼ਟ ਹੋਣਾ ਹੁੰਦਾ ਹੈ ਨਾ ਵੀ ਸਵਾਲ ਤਾਂ ਉੱਠਦਾ ਹੈ ਹਾਂਜੀ ਇਹ ਹਨਾ ਮੈਂ ਕਈ ਵਾਰੀ ਜਿਵੇਂ ਹੁਣ IAS ਦੀ ਤਿਆਰੀ ਕਰਾਉਂਦੇ ਆ ਨਾ ਜਿਹੜੇ ਉਹਨਾਂ ਦੇ ਚੈਨਲ ਆ ਅੱਜਕੱਲ YouTube ਤੇ ਜੀ ਉਹ ਕਾਫੀ ਵੀਡੀਓਜ਼ ਪਾਉਂਦੇ ਆ ਉਹਨਾਂ ਵਿੱਚ ਮੈਂ ਦੋ ਤਿੰਨ ਬੰਦਿਆਂ ਤੋਂ ਇਹ ਸਵਾਲ ਵੀ ਜੇ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਯੁੱਧ ਕਰ ਦਿੰਦੇ ਤਾਂ ਅੱਜ ਭਾਰਤ ਦੀ ਤਸਵੀਰ ਹੋਰ ਹੁੰਦੀ ਹੋਰ ਹੁੰਦੀ ਹਾਂ ਏਨਜੀ ਉਹ ਜੋ ਉਹ ਦੋਤੇ ਭੱਜ ਰਹੇ ਸੀਗੇ ਉਹਨਾਂ ਨੂੰ ਤਿਆਰੀ ਕਰ ਉਹ ਤਿਆਰੀ ਕਰ ਰਹੇ ਸੀਗੇ ਹਮਮ ਵਕਤ ਨਹੀਂ ਮਿਲਿਆ ਖੈਰ ਉਹ ਇਸੇ ਕੜੀ ਦੇ ਵਿੱਚ ਹਮ ਉਹ ਕੁਲਦੀਪ ਸਿੰਘ ਹੁਰੀ ਬ੍ਰਿਗੇਡੀਅਰ ਕੁਲਦੀਪ ਸਿੰਘ ਰਾਜਪੂਤ ਉਹ ਮੈਨੂੰ ਮਿਲਦੇ ਨੇ ਕਿਉਂਕਿ ਉਹ ਇਹ ਇੱਕ ਸਰਹੱਦੀ ਯਾਤਰਾ ਕੱਢੀ ਗਈ ਜੰਮੂ ਤੋਂ ਲੈ ਕੇ ਇਹ ਰਾਜਸਥਾਨ ਤੱਕ ਜਿੱਥੇ ਵੀ ਪਾਕਿਸਤਾਨ ਦਾ ਬਾਰਡਰ ਲੱਗਦਾ ਜਿੱਥੇ ਜਿੱਥੇ ਬੀਐਸਐਫ ਹੈ ਸਾਡੀ ਹਮ ਬਾਰਡਰ ਸਕਿਉਰਿਟੀ ਫੋਰਸ ਹਮ ਉਹਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਤੇ ਬੀਐਸਐਫ ਨੂੰ ਜੋੜਿਆ ਜਾਵੇ ਤਾਂ ਕਿ ਸਰਹੱਦ ਮਜ਼ਬੂਤ ਹੋਵੇ ਬੀਐਸਐਫ ਵਾਲੇ ਲੋਕਾਂ ਤੇ ਸ਼ੱਕ ਕਰੀ ਜਾਂਦੇ ਨੇ ਉਹ ਬੀਐਸਐਫ ਵਾਲਿਆਂ ਨੂੰ ਕਹਿੰਦੇ ਨੇ ਵੀ ਇਹ ਸਾਨੂੰ ਤੰਗ ਕਰਦੇ ਨੇ ਤੇ ਉਸ ਵੇਲੇ ਸਿਵੀਆ ਸਾਹਿਬ ਜੋ ਹਾਲਤ ਮੈਂ ਬਾਰਡਰ ਦੇ ਉਹ ਤਾਰ ਤੋਂ ਪਾਰ ਜਿਹੜੇ ਲੋਕ ਖੇਤੀ ਕਰਦੇ ਨੇ ਉਹਨਾਂ ਦੀ ਵੇਖੀ ਹਮ ਤੁਸੀਂ ਛੱਡ ਦਿਓ ਮਤਲਬ ਮੈਨੂੰ ਆਪਣਾ ਇਧਰ ਲਈ ਮੈਂ ਸ਼ਿਕਾਇਤ ਕਰਨੀ ਭੁੱਲ ਗਿਆ ਲੁਧਿਆਣੇ ਜ਼ਿਲ੍ਹੇ ਦੀ ਪਟਿਆਲੇ ਦੀ ਤੇ ਮੈਨੂੰ ਲੱਗਦਾ ਵੀ ਅਸੀਂ ਸਵਰਗ 'ਚ ਬੈਠੇ ਆ ਜਿਵੇਂ ਨਾ ਸਿਹਤ ਹੂੰ ਨਾ ਕੋਈ ਤੁਸੀਂ ਇੱਥੇ ਆਪਣੇ ਹੀ ਦੇਖ ਲਓ ਪਟਿਆਲੇ ਕੋਈ ਹੋਵੇ ਨਾ ਅਫਸਰ ਕੋਈ ਵੀ ਵੀ ਕੋਈ ਨਹੀਂ ਤੇਰੀ ਫਿਰ ਕਰਾਉਣੇ ਆ ਬਦਲੀ ਬਾਰਡਰ ਤੇ ਹੂੰ ਇਹੀ ਹੁੰਦਾ ਨਾ ਉੱਥੇ ਕੋਈ ਨਹੀਂ ਜਾਣਾ ਚਾਹੁੰਦਾ ਨਾ ਸਿਹਤ ਹੈ ਨਾ ਉੱਥੇ ਤੁਹਾਡਾ ਸਕੂਲ ਨੇ ਨਾ ਸੜਕਾਂ ਨੇ ਬਹੁਤ ਬੁਰੀ ਹਾਲਤ ਹੈ ਤੇ ਉਹ ਇੱਕ ਯਾਤਰਾ ਸੀ ਜਿਹਦੇ ਵਿੱਚ ਇਕ ਤਾਂ ਬਰਗੇਡੀਅਰ ਸੀ ਹਮ ਇੱਕ ਸੰਤ ਰੱਖੇ ਸੀਗੇ ਸੰਗ ਨੇ ਉਹਨਾਂ ਚੋਂ ਬਹੁਤਾ ਮਹੀਂ ਸੀ ਇਹ ਗੱਲ ਕਰਨ ਵਾਲਾ ਕਿਉਂਕਿ ਉਹਨਾਂ ਨੂੰ ਪਤਾ ਹੈ ਪੰਜਾਬੀ ਦੇ ਵਿੱਚ ਨਹੀਂ ਇੱਕ ਤਾਂ ਗੱਲ ਕਰਨ ਵਾਲੇ ਸਾਡੇ ਸੰਤ ਤੇ ਮੈਂ ਤਾਂ ਜਿੱਥੇ ਵੀ ਜਾਂਦਾ ਪੰਜਾਬੀ ਚ ਬੋਲਦਾ ਇੱਕ ਲੈ ਮੁਹੰਮਦ ਲਤੀਫ ਤੋਂ ਤੇ ਖੁਸ਼ਵੰਤ ਸਿੰਘ ਹੁਣਾ ਤੋਂ ਪੰਜਾਬ ਦੀ ਹਿਸਟਰੀ ਕੋ ਪੜ੍ਹੀ ਹੋਈ ਹੈ ਸਾਰਾ ਇਹਦਾ ਕੀ ਹੈ ਤੇ ਉਹ ਮੇਰਾ ਇੱਕ ਅਨੁਭਵ ਸੀ ਉਹਨਾਂ ਬਰਗੇਡੀਅਰ ਰਹੇ ਹੋਏ ਲੋਕਾਂ ਦੇ ਨਾਲ 15 ਦਿਨ ਇਕੱਠੇ ਰਹਿਣਾ ਤੇ ਉਹ ਕਿਤਾਬ ਵਾਲੇ ਬੰਦੇ ਮੈਨੂੰ ਇੰਨਾ ਕੁਝ ਉਸ ਬਰਗੇਡੀਅਰ ਤੋਂ ਪਤਾ ਲੱਗਿਆ ਹਾਲਾਂਕਿ 2 ਦਿਨ ਜਿਹੜੇ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਸੀ ਇਹ ਵੀ ਆਏ ਆਖਰੀ 2 ਦਿਨਾਂ ਦੇ ਵਿੱਚ ਇਹ ਵੀ ਸਾਡੇ ਨਾਲ ਸੀ ਅੰਮ੍ਰਿਤਸਰ ਜਦੋਂ ਅਸੀਂ ਪਹੁੰਚੇ ਆ ਉੱਥੇ ਇਹ ਹੋਇਆ ਕਿ ਫੋਨ ਚੱਲਦੇ ਨਹੀਂ ਹੈਗੇ ਤੇ ਇਧਰ ਮੇਰੇ ਪਿਤਾ ਦੀ ਡੈਥ ਹੋ ਗਈ ਉਹ 88 ਸਾਲ ਦੇ ਸੀਗੇ ਹਾਂ ਤੇ ਉਹ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੀ ਰਿਹਾ ਮਤਲਬ ਜਿਵੇਂ ਇੱਕ ਕਿਰਤੀ ਦਾ ਕਿਸਾਨ ਦਾ ਜੱਟ ਦਾ ਹੁੰਦਾ ਹੈ ਇਸੇ ਤਰ੍ਹਾਂ ਉਹ ਤੇ ਉਹ ਗਏ ਵੀ ਆਏ ਨੇ ਬਸ ਚਲੇ ਗਏ ਤੇ ਮੇਰਾ ਫੋਨ ਨਹੀਂ ਲੱਗਿਆ ਤੇ ਰਾਤ ਨੂੰ ਜਾ ਕੇ ਕੁਦਰਤੀ ਅਸੀਂ ਉੱਥੋਂ ਅੰਮ੍ਰਿਤਸਰ ਆ ਗਏ ਉੱਥੇ ਸਮਾਗਮ ਸੀ ਜਿਹਦੇ ਚ ਸਾਰਿਆਂ ਨੇ ਇਕੱਠੇ ਹੋਣਾ ਸੀਗਾ ਤੇ ਉੱਥੇ ਫੋਨ ਮਿਲਿਆ ਤੇ ਮੈਨੂੰ ਦੱਸਿਆ ਗਿਆ ਵੀ ਆਹ ਗੱਲ ਹੋ ਗਈ ਤੇ ਸਵੇਰੇ ਜਿਹੜਾ ਉਹ ਸੰਸਕਾਰ ਕਰਨਾ ਹੈ ਹਾਂ ਮੈਂ ਦੱਸਦਾ ਤੁਹਾਨੂੰ ਵੀ ਕਿਵੇਂ-ਕਿਵੇਂ ਮੇਰੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ ਮੇਰੇ ਉਸ ਪਿਤਾ ਨੂੰ ਮੈਨੂੰ ਲੱਗਦਾ ਹੈ ਕਿ ਹੋਰ ਮੈਂ ਇਦੋਂ ਵੱਡੀ ਕੋਈ ਗੱਲ ਉਹਦੇ ਵਾਸਤੇ ਨਹੀਂ ਸੀ ਕਰ ਸਕਦਾ ਤੇ ਉਹ ਮੈਂ ਇਕੱਲਿਆਂ ਨੂੰ ਜਸਵੀਰ ਜੀ ਨੂੰ ਦੱਸਦਾ ਮੈਂ ਖਿਆ ਗੱਲ ਹੋ ਗਈ ਮੈਂ ਜਾਊਂਗਾ ਜਰਾਤ ਨੂੰ ਸਵੇਰੇ ਮੈਂ ਸੰਸਕਾਰ ਕਰਕੇ ਤੇ ਫਿਰ ਮੈਂ ਵਾਪਸ ਆ ਜੂਗਾ ਅੱਗੇ ਜਾਣਾ ਸੀ ਰਾਜਸਥਾਨ ਨੂੰ ਵੀ ਹੋਰ ਕਿਸੇ ਨੂੰ ਦੱਸਿਓ ਨਾ ਤੇ ਆ ਸਮਾਗਮ ਜਿਹੜਾ ਹੋਣਾ ਰੱਖਿਆ ਹੋਇਆ ਰਾਤ ਦਾ ਸ਼ਾਮ ਦਾ ਉੱਥੇ ਇਹ ਮੈਂ ਕਰਕੇ ਜਾਊਂਗਾ ਤੇ ਪਰੋ ਇਸ ਤਰ੍ਹਾਂ ਹੋਇਆ ਕਿ ਜਦੋਂ ਸਾਰੇ ਬੈਠ ਕੇ ਬਰਗੇਡੀਅਰ ਹੋਰ ਸਾਰੇ ਫੌਜ ਦੇ ਅਫਸਰ ਤਾਂ ਉਹਨਾਂ ਨੇ ਸਟੇਜ ਤੋਂ ਅਨਾਉਂਸ ਕਰਤਾ ਤੇ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਕਹਿੰਦੇ ਵੀ ਨਹੀਂ ਫਿਰ ਆਪਾਂ ਉੱਠੋ ਤੇ 2 ਮਿੰਟ ਦਾ ਉਹਨਾਂ ਨੂੰ ਜਿਹੜਾ ਉਹ ਮੌਨ ਆਪਾਂ ਅਫਸੋਸ ਕਰੀਏ ਤੇ ਇਹ ਤੇ ਉਹ ਏਡੇ ਏਡੇ ਵੱਡੇ ਅਫਸਰ ਫੌਜ ਵਾਲੇ ਮੇਰੇ ਪਿਤਾ ਜੀ ਨੂੰ ਜਿਹੜੇ ਮੇਰੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਅਹਿਮੀਅਤ ਮੈਂ ਉਹਨਾਂ ਦੀ ਜ਼ਿੰਦਗੀ ਦੇਖੀ ਆ ਮਤਲਬ ਉਹਨਾਂ ਨੂੰ ਲੜਦਿਆਂ ਦੇਖਿਆ ਖੇਤਾਂ ਦੇ ਵਿੱਚ ਵੀ ਉਹ ਇੱਕ ਉਹ ਫੌਜੀ ਹੋਈ ਸੀ ਜਿਹੜਾ ਤੇ ਕਿਵੇਂ ਇਹ ਇੱਕ ਕੁਦਰਤ ਬਣਾਉਂਦੀ ਆ ਖੇੜ ਕਿ ਉਹ ਏਡੇ ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਸ਼ਰਧਾਂਜਲੀ ਦੇ ਰਹੇ ਨੇ ਸਹੀ ਉਹ ਮੇਰੇ ਵਾਸਤੇ ਇਹ ਇੱਕ ਬੜੀ ਵੱਡੀ ਗੱਲ ਸੀਗੀ ਇਸ ਤਰ੍ਹਾਂ ਦੀਆਂ ਇੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਕਿ ਮੈਂ ਹੋਰ ਉਹਨਾਂ ਵਾਸਤੇ ਕੁਝ ਕਰ ਸਕਿਆ ਨਹੀਂ ਕਰ ਸਕਿਆ ਹਾਲਾਂਕਿ ਮੈਨੂੰ ਪਤਾ ਹੈ ਕਿ ਉਹ ਮੇਰੇ ਤੇ ਬੜਾ ਮਾਣ ਕਰਦੇ ਹੁੰਦੇ ਸੀ ਜਦੋਂ ਮੈਂ ਭੈਣੀ ਸਾਹਿਬ ਹੁੰਦਾ ਸੀ ਤੇ ਉਹ ਦੇਖਦੇ ਹੁੰਦੇ ਸੀ ਕਿ ਮੈਂ ਵੀ ਸੀ ਪੁੱਤ ਕੀ ਦਾ ਹਾਂ ਪੁੱਤ ਕੀ ਦਾ ਇਹ ਇਹ ਵੀ ਉਹਨਾਂ ਦੀਆਂ ਗੱਲਾਂ ਸੀ ਉਹ ਵੀ ਦਰਬਾਰ ਲੱਗਿਆ ਤੇ ਉਹ ਆਪਣੇ ਕਿਸੇ ਨਾ ਕਿਸੇ ਨਾ ਯਾਰ ਦੋਸਤ ਨੂੰ ਲੈ ਕੇ ਆਉਂਦੇ ਹੁੰਦੇ ਸੀ ਤੇ ਬਾਹਰੋਂ ਮੁੰਡਿਆਂ ਨੇ ਕਹਿਣਾ ਜਿਹੜੇ ਉਹ ਗਨਮੈਨਾਂ ਨੇ ਵੀ ਆਓ Papa ਜੀ ਅੰਦਰ ਨਾ ਨਾ ਉਹਨੂੰ ਕੰਮ ਕਰਨ ਦੋ ਮੈਂ ਤਾਂ ਬਸ ਇਹਨਾਂ ਨੂੰ ਦਿਖਾਉਣ ਹੀ ਆਇਆ ਸੀ ਮਤਲਬ ਮਾਣ ਨਾਲ ਉਹਨਾਂ ਨੇ ਜਿਹੜਾ ਸੀ ਇਹ ਉਹ ਦਿਖਾਉਂਦੇ ਰਹੇ ਸਹੀ ਹੈ ਜੀ ਤੇ ਮੇਰੀ ਜਿਹੜੀ ਮਾਂ ਮੇਰੇ ਕੋਲੋਂ ਮਤਲਬ ਖੁਸ਼ ਨਹੀਂ ਗਈ ਹਾਂ ਉਹ ਉਦੋਂ ਖੁਸ਼ ਰਹੀ ਜਦੋਂ ਮੈਂ ਭੈਣੀ ਸਾਹਿਬ ਦੇ ਵਿੱਚ ਬਹੁਤ ਕੰਮ ਕਰਦਾ ਹੁੰਦਾ ਸੀਗਾ ਹਾਂ ਤੇ ਜਦੋਂ ਉਹਨੂੰ ਲੱਗਦਾ ਸੀ ਵੀ ਇਹਦੇ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਨੇ ਤਾਂ ਮੇਰੀ ਮਾਂ ਮੇਰੇ ਤੇ ਖੁਸ਼ ਹੁੰਦੀ ਸੀ ਤੇ ਜਦੋਂ ਉੱਥੋਂ ਮੈਂ ਛੱਡ ਕੇ ਆ ਗਿਆ ਉਦੋਂ ਬਾਅਦ ਉਹ ਮੇਰੇ ਨਾਲ ਨਾ ਉਹ ਉਹਦਾ ਰਿਹਾ ਨਹੀਂ ਹੈਗਾ ਵੀ ਨਹੀਂ ਇਹ ਨਾ ਇਹ ਇਹ ਮਨਮੁਖ ਹੋ ਗਿਆ ਇਸ ਤਰ੍ਹਾਂ ਦਾ ਤੇ ਅੱਜ ਵੀ ਮੈਂ ਲਗਾਤਾਰ ਜਿਹੜਾ ਆਪਣਾ ਲਿਖਣ ਦਾ ਪੜ੍ਹਨ ਦਾ ਮੈਂ ਕੰਮ ਕਰ ਰਿਹਾ ਆ ਜਿਹੜੀ ਆਇਨ ਕੋਸ਼ ਨਹੀਂ ਵਾਲੀ ਕਿਤਾਬ ਹੈ ਇਹਦੇ ਵਿੱਚ ਜੇ ਤੁਸੀਂ ਸਿੰਗਲ ਮਾਲਟ ਕਹਾਣੀ ਪੜਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਉਹ ਅੰਦਰੇ ਕਮਰਿਆਂ 'ਚ ਬੈਠ ਕੇ ਨਹੀਂ ਲਿਖੀਆਂ ਜਾ ਸਕਦੀਆਂ ਬੇਸ਼ੱਕ ਮੈਂ ਲਿਖ ਵੀ ਨਹੀਂ ਸਕਦਾ ਮੌਨ ਦੀ ਬਾਬਾ ਦਰਗਾਹ ਧਾਰਾ ਵਰਗੀ ਕਹਾਣੀ ਮੈਂ ਐਨ ਕੋਸ਼ ਨਹੀਂ ਇਹ ਸਾਰਾ ਕੁਝ ਮੈਂ ਆਪਣਾ ਲਿਖਣ ਪੜਨ ਦਾ ਕੰਮ ਕਰਦਾ ਤੇ ਹੋਰ ਵੀ ਕੰਮ ਜਿਹੜੇ ਨੇ ਉਹ ਕਰ ਰਹੇ ਆ ਉਹਦੇ ਬਾਰੇ ਫੇਰ ਵੀ ਕਦੇ ਗੱਲਾਂ ਕਰਾਂਗੇ ਨਹੀਂ ਆਪਾਂ ਮੈਂ ਤਾਂ ਹੀ ਕਹਿਣਾ ਵੀ ਉਹਦੇ ਤੇ ਤਾਂ ਇੱਕ ਲੈਦਾ ਚੈਪਟਰ ਖੋਲਾਂਗੇ ਆਪਾਂ ਇੱਕ ਤੇ ਕਹਾਣੀਆਂ ਤੇ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਸਾਰਾ ਸਾਰਿਆਂ ਦਾ ਹੀ ਜਿਨ੍ਹਾਂ ਨੇ ਤੁਹਾਡੇ ਜਿਹੜੇ ਸਰੋਤ ਬਾਲਾ ਟਾਈਮ ਹੋ ਗਿਆ ਸੀਗਾ ਸਕੀਮਾਂ ਕਰਦਿਆਂ ਨੂੰ ਬਹੁਤ ਮੈਂ ਉਹਦੇ ਲਈ ਉਹਦੇ ਲਈ ਮਾਫੀ ਚਾਹੁੰਨਾ ਮੈਂ ਬਹੁਤ ਨਹੀਂ ਨਹੀਂ ਤਾਂ ਮਾਫੀ ਵਾਲੀ ਤਾਂ ਗੱਲ ਨਹੀਂ ਪਰ ਮੈਂ ਤਾਂ ਕਹਿੰਦਾ ਵੀ ਸੁਭਾਵੀ ਵਸਾਂ ਆ ਵੀ ਕੁਦਰਤ ਤਾਂ ਗੇੜ ਹੀ ਆ ਜਿਹੜਾ ਉਹ ਅੱਜ ਆਇਆ ਨਹੀਂ ਹੋ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਵੀਡੀਓ ਦਾ ਹਿੱਸਾ ਬਣਨਾ ਚਾਹੁੰਦੇ ਹੋ ਉਸਦੇ